ਅੱਜ ਮੈਂ ਆਪ ਜੀ ਨੂੰ ਹਿਸਟਰੀ ਦੀ ਤਿਆਰੀ ਕਰਵਾਉਣ ਜਾ ਰਿਹਾ ਹਾਂ ਤੇ ਇਸ ਦੇ ਵਿੱਚ ਕਿਹੜੇ ਇੰਪੋਰਟੈਂਟ ਕੁਐਸਚਨ ਨੇ ਜੋ ਅਕਸਰ ਹੀ ਵਕ ਵਕ ਐਗਜ਼ਾਮਸ ਦੇ ਵਿੱਚ ਪੁੱਛੇ ਜਾਂਦੇ ਹਨ ਤਾਂ ਪਹਿਲਾਂ ਆਪਾਂ ਕਰਾਂਗੇ ਪ੍ਰਾਚੀਨ ਇਤਿਹਾਸ ਸੀਗਾ ਉਸ ਬਾਰੇ ਦੇਖੋ ਇੱਕ ਕੁਐਸਚਨ ਹਨ ਵੈਦਾਂ ਦੀ ਰਚਨਾ ਜਿਹੜੀ ਹੈਗੀ ਆ ਮਹਾਰਿਸ਼ੀ ਰਿਸ਼ਨ ਦੇ ਪਾਇਨ ਵੈਦ ਵਿਆਸ ਜੀ ਨੇ ਕੀਤੀ ਹੈ ਰਿਗਵੇਦ ਵਿੱਚ ਦੇਖੋ 10 ਮੰਡਲ ਹਨ ਤੇ 1028 ਸ਼ਲੋਕ ਹਨ ਇਸ ਵਿੱਚ ਆਰੀਅਨ ਦੇ ਬਾਰੇ ਤੇ ਰਾਜਨੀਤੀ ਜਾਣਕਾਰੀ ਮਿਲਦੀ ਹੈ ਅੱਗੇ ਹੈ ਗਾਇਤਰੀ ਮੰਤਰ ਜਿਹੜਾ ਹੈਗਾ ਸavitri ਨੂੰ ਸਮਰਪਿਤ ਹੈ ਉਸ ਤੋਂ ਬਾਅਦ ਰਿਗਵੇਦ ਦੇ 10ਵੇਂ ਮੰਡਲ ਪੁਰਸ਼ ਸ਼ੁਕਤ ਵਿੱਚ ਵਰਨ ਸਿਸਟਮ ਦਾ ਵਰਣਨ ਕੀਤਾ ਗਿਆ ਹੈ ਉਸ ਤੋਂ ਬਾਅਦ ਅੱਜ ਕੱਲ ਗੋਰਗियन ਕੈਲੰਡਰ ਚੱਲ ਰਿਹਾ ਹੈ ਜਿਸ ਨੂੰ ਇਸਾਈ ਕੈਲੰਡਰ ਜਾਂ ਫਿਰ ਜੂਲੀਅਨ ਕੈਲੰਡਰ ਵੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਰਿਗਵੇਦ ਜਿਹੜੇ ਵੇਦਾਂ ਬਾਰੇ ਹੈ ਵੀ ਵੇਦ ਚਾਰ ਹਨ ਰਿਗਵੇਦ ਸ਼ਾਮਵੇਦ ਯਈਰਵੇਦ ਅਥਰਵੇਦ ਇਸ ਨੂੰ ਆਪਾਂ ਏਰੀ ਛੋਟੀ ਜੀ ਐਬ੍ਰੀਵੀਏਸ਼ਨ ਵੀ ਲਿਖ ਸਕਦੇ ਹਾਂ ਆਰ ਐਸ ਵੀ ਏ ਤੇ ਵੇਦਾਂ ਨੂੰ ਜਿਹੜਾ ਹੈਗਾ ਸਮਿਤਾ ਵੀ ਕਿਹਾ ਜਾਂਦਾ ਹੈ ਅਵੇਦ ਸੁਣ ਕੇ ਯਾਦ ਕੀਤੇ ਜਾਂਦੇ ਸਨ ਜਿਸ ਨੂੰ ਸ਼ਰੂਤੀ ਕਹਿੰਦੇ ਸਨ ਤੇ ਉਸ ਤੋਂ ਬਾਅਦ ਹੈ ਉਪਨਿਸ਼ਦ ਹਨ ਉਹਨਾਂ ਦੀ ਸੰਖਿਆ ਦੇਖੋ 108 ਹੈ ਤੇ ਪੁਰਾਣਾਂ ਦੀ ਜਿਹੜੀ ਸੰਖਿਆ ਹੈ ਉਹ 18 ਹੈ ਇਹਨਾਂ ਵਿੱਚੋਂ 18 ਵਿੱਚੋਂ ਮਤਸਯ ਵਾਇੂ ਤੇ ਬ੍ਰਹਮਨ ਅਤੇ ਵਿਸ਼ਨੂੰ ਬਹੁਤ ਪ੍ਰਸਿੱਧ ਹਨ ਇਸੇ ਤਰ੍ਹਾਂ ਅਗੇ ਜਿਹੜਾ ਕੁਐਸਚਨ ਹੈ ਔਰਤਾਂ ਨੂੰ ਵੇਦ ਪੜਨ ਦੀ ਇਜਾਜ਼ਤ ਨਹੀਂ ਸੀ ਅਤੇ ਨਾਲ ਨਾਲ ਦੇ ਨਾਲ ਹੀ ਜਿਹੜੇ ਸ਼ੁੱਧਰ ਸੀਗੇ ਉਹਨਾਂ ਨੂੰ ਵੀ ਵੇਦ ਪੜਨ ਦੀ ਜਿਹੜੀ ਹੈਗੀ ਆ ਇਜਾਜ਼ਤ ਨਹੀਂ ਦਿੱਤੀ ਗਈ ਸੀ ਉਸ ਤੋਂ ਬਾਅਦ ਅਗਲਾ ਕੁਸ਼ਣ ਹੈ ਜਤਕਾ ਵਿੱਚ ਬੁੱਧ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਹੈ ਉਸ ਤੋਂ ਬਾਅਦ ਅਗਲਾ ਕੁਸ਼ਣ ਹੈ ਤ੍ਰਿਪਿਟਕ ਬੁੱਧ ਧਰਮ ਦੇ ਗ੍ਰੰਥ ਹਨ ਸੁਤ ਪਿਟਕ ਠੀਕ ਹੈ ਮਠਾ ਮਠਾ ਦੀ ਇਹਦੇ ਵਿੱਚ ਜਿਹੜੀ ਹੈਗੀ ਆ ਉਹ ਜਾਣਕਾਰੀ ਦਿੱਤੀ ਗਈ ਹੈ ਵਿਨੇ ਪਿਟਕ ਉਸ ਤੋਂ ਬਾਅਦ ਬੁੱਧ ਧਰਮ ਦੇ ਉਪਦੇਸ਼ ਦੱਸੇ ਗਏ ਹਨ ਤੇ ਅਵਿਦਮ ਪਿਟਕ ਇਸ ਬੁੱਧ ਧਰਮ ਦੀ ਜਿਹੜੀ ਹੈਗੀ ਹੈ ਫਿਲਾਸਫੀ ਦਾ ਵਰਣਨ ਕੀਤਾ ਗਿਆ ਹੈ ਉਸ ਤੋਂ ਬਾਅਦ ਅਰਸ਼ ਸ਼ਾਸਤਰ ਜੋ ਹੈਗੀ ਹੈ ਕੋਟੱਲਿਆ ਨੇ ਲਿਖੀ ਹੈ ਤੇ ਕੋਟੱਲਿਆ ਦੇ ਦੇਖੋ ਹੋਰ ਵੀ ਨਾਮ ਨੇਗੇ ਉਹਨੂੰ ਚਾਨਕਿਆ ਤੇ ਵਿਸ਼ਨੂੰ ਗੁਪਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਅਰਸ਼ ਸ਼ਾਸਤਰ ਰਾਜਨੀਤੀ ਤੇ ਜਿਹੜੀ ਹੈਗੀ ਹੈ ਆਧਾਰਤਨ ਆਧਾਰਤ ਹੈ ਇਸ ਨੂੰ ਸਟੇਟ ਕ੍ਰਾਫਟ ਤੇ ਆਧਾਰਿਤ ਵੀ ਕਿਹਾ ਜਾਂਦਾ ਹੈਗਾ ਕਲੌਣ ਨੇ ਜਿਹੜੀ ਹੈਗੀ ਰਾਜ ਤਰੰਗਣੀ ਲਿਖੀ ਜੋ ਕਿ ਕਸ਼ਮੀਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੀ ਹੈ ਅਤੇ ਇਹ ਜਿਹੜੀ ਹੈਗੀ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਹੋਈ ਕਿਤਾਬ ਹੈ ਅ ਅਰਬਾਂ ਦੀ ਜਿਹੜੀ ਸਿੰਧ ਜਿੱਤ ਦਾ ਵਰਣਨ ਚਿਤਨਾਮਾ ਵਿੱਚ ਹੈ ਜੋ ਕਿ ਅਲੀ ਅਹਿਮਦ ਨੇ ਲਿਖੀ ਹੈ ਇਹ ਫਾਰਸੀ ਭਾਸ਼ਾ ਦੇ ਵਿੱਚ ਲਿਖੀ ਹੋਈ ਕਿਤਾਬ ਹੈ ਅੱਗੇ ਹੈ ਅਸ਼ਟ ਅਧਿਆਏ ਪਾਨਣੀ ਨੇ ਲਿਖੀ ਹੈ ਜੋ ਕਿ ਸੰਸਕ੍ਰਿਤ ਵਿਆਕਰਨ ਤੇ ਆਧਾਰਿਤ ਹੈ ਇਹ ਮੌਰੀਆ ਸਮੇਂ ਵਿੱਚ ਲਿਖੀ ਗਈ ਹੈ ਅੱਗੇ ਹੈ ਪਤਾਂਜਲੀ ਨੇ ਕਿਤਾਬ ਲਿਖੀ ਹੈ ਸ਼੍ਰੀ ਮਹਾਭਾਸ਼ਿਆਨ ਸੰਸਕ੍ਰਿਤ ਵਿੱਚ ਹੈ ਤੇ ਅੰਤਾਂਜਲੀ ਨੇ ਯੋਗ ਗੁਰੂ ਵੀ ਕਹਿੰਦੇ ਹਨ ਉਸ ਤੋਂ ਬਾਅਦ ਅੱਗੇ ਹੈ ਹੈਰੋਡੋਟਸ ਨੇ 5ਵੀਂ శతాब्दी ਵਿੱਚ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਹਿਸਟੋਰੀਆ ਹੈ ਜੋ ਕਿ ਗ੍ਰੀਕ ਤੇ ਰੋਮਨ ਦੇ ਯੁੱਧ ਦਾ ਵਰਣਨ ਕਰਦੀ ਹੈ ਇਸ ਤੋਂ ਬਾਅਦ ਅੱਗੇ ਆ ਗਿਆ ਮੈਗਨੀਥੀਸ ਵਾਰੇ ਜੋ ਕਿ ਰਾਜਦੂਸੀ ਇਸ ਦਾ ਰਾਜਦੂਸੀ ਸੈਲਕਸ ਦਾ ਸੀ ਜੋ ਕਿ ਚੰਦਰਗੁਪਤ ਮੌਰੀਆ ਦੇ ਸਮੇਂ ਆਇਆ ਇਸਨੇ ਇੰਡੀਕਾ ਕਿਤਾਬ ਲਿਖੀ ਇੰਡੀਕਾ ਕਿਤਾਬ ਦੇਖੋ ਗ੍ਰੀਕ ਯਾਨੀ ਕਿ ਯੂਨਾਨੀ ਭਾਸ਼ਾ ਵਿੱਚ ਲਿਖੀ ਗਈ ਕਿਤਾਬ ਹੈ ਇਸ ਵਿੱਚ ਮੌਰੀਆ ਸਾਮਰਾਜ ਬਾਰੇ ਜਾਣਕਾਰੀ ਅਤੇ ਪਾਟਲੀਪੁੱਤਰ ਬਾਰੇ ਜੋ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਤੇ ਪਾਟਲੀਪੁੱਤਰ ਦਾ ਇਸ ਦੇ ਵਿੱਚ ਬਹੁਤ ਸਾਰੀ ਪ੍ਰਸ਼ੰਸਾ ਜਿਹੜੀ ਹੈਗੀ ਹੈ ਉਹ ਕੀਤੀ ਹੋਈ ਹੈ ਉਸ ਤੋਂ ਬਾਅਦ ਜੀਓਗ੍ਰਾਫੀ ਆਫ ਇੰਡੀਆ ਜਾਂ ਭਾਰਤ ਦਾ ਪੰਗੋਲ ਟਾਲਮੀ ਨੇ ਲਿਖੀ ਹੈ ਇਸ ਤੋਂ ਬਾਅਦ ਚੀਨੀ ਯਾਤਰੀ ਫਾਹਿਆਂ ਪੰਜ ਬੀਸੀ ਵਿੱਚ ਚੰਦਰਗੁਪਤ ਦੂਜੇ ਦੇ ਸਮੇਂ ਭਾਰਤ ਵਿੱਚ ਆਇਆ ਸੀ ਚੰਦਰਗੁਪਤ ਦੂਜੇ ਦਾ ਦੂਸਰਾ ਨਾਮ ਦੇਖੋ ਵਿਕਰਮਾਦਿੱਤ ਹੈ ਫਾਹਿਆਂ ਨੇ ਮੱਧ ਪ੍ਰਦੇਸ਼ ਦੇ ਇਤਿਹਾਸ ਬਾਰੇ ਲਿਖਿਆ ਹੈ ਇਸ ਤੋਂ ਬਾਅਦ ਦੇਖੋ ਹਿਊਨ ਸ਼ਾਂਗ ਹਰਸ਼ਵਰਧਨ ਦੇ ਸਮੇਂ ਵਿੱਚ ਆਇਆ ਦੇਖੋ ਇਹਨੂੰ ਯਾਦ ਕਰਨ ਦਾ ਇੱਕ ਟੰਗ ਹੈ ਹਾਹੇ ਤੇ ਹਿਊਨ ਸ਼ਾਂਗ ਹਾਹੇ ਤੇ ਹਰਸ਼ਵਰਧਨ ਤੇ ਇਸ ਨੇ ਕਿਤਾਬ ਲਿਖੀ ਸੀ ਸਯੁਕੀ ਜਿਸ ਵਿੱਚ 138 ਦੇਸ਼ਾਂ ਦਾ ਵਰਣਨ ਹੈ ਇਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਹਾਂ ਇਤਸਹਾਰਾ ਇਸ ਨੇ ਵਿਕਰਮਸ਼ਿਲਾ ਯੂਨੀਵਰਸਿਟੀ ਬਾਰੇ ਲਿਖਿਆ ਇਹ 7ਵੀਂ ਸਦੀ ਵਿੱਚ ਭਾਰਤ ਆਇਆ ਤੇ ਇਹ ਭਾਰਤ ਆਉਣ ਵਾਲਾ ਆਖਰੀ ਜਿਹੜਾ ਹੈਗਾ ਜੀਨੀ ਯਾਤਰੀ ਸੀ ਤੇ ਅੱਗੇ ਆਪਾਂ ਚੱਲਦੇ ਹਾਂ ਅਲ ਬਰੂਨੀ ਇਹ ਮਹਿਮੂਦ ਗਜ਼ਨਵੀ ਦੇ ਨਾਲ ਭਾਰਤ ਆਇਆ ਸੀ ਇਸ ਨੇ ਕਿਤਾਬ ਲਿਖੀ ਸੀ ਕਿਤਾਬ ਉਲ ਹਿੰਦ ਜਾਂ ਤਰੀਕੇ-ਏ-ਹਿੰਦ ਠੀਕ ਹੈ ਇਹ ਕਿਹੜੀ ਭਾਸ਼ਾ ਦੇ ਵਿੱਚ ਸੀ ਇਹ ਅਰਬੀ ਭਾਸ਼ਾ ਦੇ ਵਿੱਚ ਲਿਖੀ ਹੋਈ ਕਿਤਾਬ ਹੈ ਉਸ ਤੋਂ ਬਾਅਦ ਅੱਗੇ ਆਪਾਂ ਆਣਿਆ ਈਬਨ ਬਤੂਤਾ ਤੇ ਇਹ ਮਰੱਕੋ ਤੋਂ 14ਵੀਂ ਸਦੀ ਵਿੱਚ ਭਾਰਤ ਆਇਆ ਸੀ ਇਸਨੇ ਭਾਰਤ ਦੀ ਸਮਾਜਿਕ ਸਥਿਤੀ ਬਾਰੇ ਲਿਖਿਆ ਇਹ ਮੁਹੰਮਦ ਬਿੰਤ ਤੁਗਲਕ ਦੇ ਸਮੇਂ ਭਾਰਤ ਆਇਆ ਸੀ ਇਸ ਨੂੰ ਦਿੱਲੀ ਦਾ ਕਾਜੀ ਵੀ ਨਿਯੁਕਤ ਕੀਤਾ ਗਿਆ ਸੀ ਉਸ ਤੋਂ ਬਾਅਦ ਅਸੀਂ ਅੱਗੇ ਗੱਲ ਕਰਦੇ ਹਾਂ ਸਤੀ ਪ੍ਰਥਾ ਬਾਰੇ ਸਭ ਤੋਂ ਪਹਿਲਾਂ ਸਾਨੂੰ ਭਾਨੂ ਗੁਪਤਾ ਦੇ ਸ਼ਾਸਨ ਕਾਲ ਤੋਂ ਪਤਾ ਲੱਗਦਾ ਹੈ ਉਸ ਤੋਂ ਬਾਅਦ ਹੈਪੀਗ੍ਰਾਫੀ ਕੀ ਹੁੰਦੀ ਹੈ ਇਹ ਹੁੰਦੀ ਹੈ ਪੁਰਾਣੇ ਲੇਖ ਦੀ ਸਟੱਡੀ ਨੂੰ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਅੱਗੇ ਸਿੱਕਿਆਂ ਦੇ ਗਿਆਨ ਨੂੰ ਜੋ ਹੈ ਨਿਮਿਕ ਦਾ ਨਾਮ ਦਿੱਤਾ ਗਿਆ ਹੈ ਅੱਗੇ ਹੈਗਾ 30 ਤੋਂ 40 ਹਜ਼ਾਰ ਸਾਲ ਪਹਿਲਾਂ ਹੋਮੋ ਸੇਪੀਅਨ ਧਰਤੀ ਤੇ ਰਹਾ ਕਰਦੇ ਸੀ ਉਸ ਤੋਂ ਬਾਅਦ ਅੱਗ ਦੀ ਖੋਜ ਪੁਰਾਣੇ ਪੱਥਰ ਯੁੱਗ ਵਿੱਚ ਹੋਈ ਅਤੇ ਪਈਏ ਦੀ ਖੋਜ ਨਵੇਂ ਪੱਥਰ ਯੁੱਗ ਵਿੱਚ ਕੋਈ ਮਨੁੱਖ ਨੇ ਸਭ ਤੋਂ ਪਹਿਲਾਂ ਤਾਂਬਾ ਦਾ ਤੱਤ ਦੀ ਖੋਜ ਕੀਤੀ ਇਸ ਤੋਂ ਪਹਿਲਾਂ ਕੁਲਹਾੜੀ ਬਣਾਈ ਗਈ ਸੀ ਉਸ ਤੋਂ ਬਾਅਦ ਅੱਗੇ ਆਪਾਂ ਕਰਦੇ ਹਾਂ ਮਨੁੱਖ ਨੇ ਸਭ ਤੋਂ ਪਹਿਲਾਂ ਇਹ ਤਾਂ ਚਲੋ ਹੋ ਗਿਆ ਆਪਣਾ ਕੁਐਸਚਨ ਅੱਗੇ ਹੈ ਰੌਬਰਟ ਬਰੂਸਫਰਟ ਨੇ 1863 ਵਿੱਚ ਪ੍ਰਾਤਨ ਪੱਥਰ ਯੁੱਗ ਦੇ 2 ਹਜ਼ਾਰਾਂ ਦੀ ਖੋਜ ਕੀਤੀ ਸੀ ਉਸ ਤੋਂ ਬਾਅਦ ਹੈ 1921 ਦੇ ਵਿੱਚ ਦਿ亚ਰਾਮ ਸਾਨੀ ਨੇ ਹੜੱਪਾ ਦੀ ਖੋਜ ਕੀਤੀ ਇਸੇ ਤਰ੍ਹਾਂ ਮੋਹਨਜੋਦੜੋ ਦੀ ਖੋਜ ਜਿਹੜੀ ਹੈ ਉਹ ਜਿਹੜਾ ਹੈਗਾ ਰਾਖਲ ਦਾਸ ਬੈਨਰਜੀ ਨੇ 1922 ਈਸਵੀ ਵਿੱਚ ਕੀਤੀ ਸੀ ਮੋਹਨਜੋਦੜੋ ਵਿੱਚ ਇੱਕ ਵੱਡਾ ਇਸ਼ਨਾਨ ਘਰ ਮਿਲਿਆ ਹੈ ਅਤੇ ਇੱਕ ਵੱਡਾ ਅਨਾਜ ਘਰ ਜਾਂ ਗੋਦਾਮ ਮਿਲਿਆ ਹੈ ਮੋਹਨਜੋਦੜੋ ਸਭ ਤੋਂ ਪੁਰਾਣਾ 86 ਅਤੇ ਛੋਟੇ 6 ਅਨਾਜcar ਮਿਲੇ ਹਨ ਜੋ ਆਪਾਂ ਨੂੰ ਹੜੱਪਾ ਤੋਂ ਮਿਲੇ ਹਨ ਹੜੱਪਾ ਸਭੇ ਤਾਂ 2500 ਤੋਂ ਲੈ ਕੇ 1700 ਸਾਲ ਪੁਰਾਣੀ ਹੈ ਹੜੱਪਾ ਦੇ ਸਭ ਤੋਂ ਜ਼ਿਆਦਾ ਖੇਤਰ ਜਿਹੜਾ ਹੈਗਾ ਉਹ ਗੁਜਰਾਤ ਵਿੱਚ ਮਿਲਿਆ ਹੈ ਉਸ ਤੋਂ ਬਾਅਦ ਸਿਰਕੋਟੜਾ ਗੁਜਰਾਤ ਵਿੱਚ ਹੈ ਇੱਥੇ ਕੋੜੇ ਦੇ ਅਵਸ਼ੇਸ਼ ਜਿਹੜੋ ਹੈ ਉਹ ਆਪਾਂ ਨੂੰ ਮਿਲੇ ਹਨ ਹੜੱਪਾ ਦੇ ਦੋ ਬੰਦਰਗਾਹ ਸਿਰਕੋਟਲਾ ਅਤੇ ਲੋਥਲ ਹਨ ਬਨਾਵਲੀ ਅਤੇ ਮਿੱਥਲ ਜਿਹੜੇ ਹੈਗੇ ਆ ਹਰਿਆਣਾ ਆਲਮਗੀਰਪੁਰ ਉੱਤਰ ਪ੍ਰਦੇਸ਼ ਵਿੱਚ ਹਨ ਜੋਤੇ ਹੋਏ ਖੇਤ ਜੋ ਆਪਾਂ ਨੂੰ ਕਾਲੀ ਬੰਗਾ ਵਿੱਚ ਮਿਲੇ ਹਨ ਅਤੇ ਕਾਲੀ ਬੰਗਾ ਉਹ ਕਿੱਥੇ ਹੈ ਉਹ ਰਾਜਸਥਾਨ ਵਿੱਚ ਹੈ ਕੋਟਲਾ ਨਿਹੰਗ ਖਾਨ ਰੋਪੜ ਵਿੱਚ ਹੈ ਸੰਗੋਲ ਜੋ ਹੈ ਫਤਿਹਗੜ੍ਹ ਸਾਹਿਬ ਵਿੱਚ ਹੈ। ਅੱਛਾ ਉਸ ਤੋਂ ਬਾਅਦ ਅੱਗੇ ਹੈ ਅਗਨੀਕੁੰਡ ਮਿਲੇ ਹਨ ਲੋਥਲ ਅਤੇ ਕਾਲੀ ਬੰਗਣ ਵਿਖੇ। ਅੱਛਾ ਤੋਲਾ ਵਿਰਾ ਵਿੱਚੋਂ ਸਿੰਚਾਈ ਬਾਰੇ ਪਤਾ ਲੱਗਦਾ ਹੈ। ਚੁੰਹੋਦੜੋ ਅਤੇ ਲੋਥਲ ਵਿੱਚੋਂ ਸਾਨੂੰ ਮੰਨ ਕੇ ਮਿਲੇ ਹਨ। ਉਸ ਤੋਂ ਬਾਅਦ 1200 ਜੋ ਮੋਹਰਾ ਹੜੱਪਾ ਵਿੱਚ ਮਿਲੀਆਂ ਹਨ ਅਤੇ ਮੋਹਨਜੋਦੜੋ ਤੋਂ 2000 ਮੋਰਾ ਮਿਲੀਆਨ ਤੇ ਇਸੇ ਤਰ੍ਹਾਂ ਸਿੰਧ ਘਾਟੀ ਦੇ ਲੋਕ ਮਾਤ ਦੇਵੀ ਦੀ ਪੂਜਾ ਕਰਦੇ ਸਨ ਅਤੇ ਸ਼ਿਵ ਦੀਵੀ ਪੂਜਾ ਕਰਦੇ ਸਨ ਹੜੱਪਾ ਦੀ ਲਿਪੀ ਦੇਖੋ ਕਿਹੜੀ ਸੀ ਚਿੱਤਰਮਈ ਲਿਪੀ ਸੀ ਇਹ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਸੀ ਭਾਸ਼ਾ ਦੇ ਇਸ ਸਟਾਈਲ ਨੂੰ ਬੋਨਾ ਫਸਟ ਕਹਿੰਦੇ ਹਨ ਚੋਲ ਜਿਹੜੇ ਆਪਾਂ ਨੂੰ ਰੰਗਪੁਰ ਅਤੇ ਲੋਥਲ ਤੋਂ ਮਿਲੇ ਹਨ ਚੋਲ ਜਿਹੜੇ ਆਪਾਂ ਚੋਲ ਖਾਂਦੇ ਹਾਂ ਇਹ ਜਿਹੜੇ ਇਹਨਾਂ ਦਾ ਜਿਹੜਾ ਆਪਾਂ ਨੂੰ ਵਿਸ਼ੇਸ਼ ਜੋ ਹੈ ਆਪਾਂ ਨੂੰ ਰੰਗਪੁਰ ਅਤੇ ਲੋਥਲ ਤੋਂ ਮਿਲੇ ਹਨ ਇਹ ਲੋਕ ਜੋ ਭਾਂਡਿਆਂ ਉੱਤੇ ਜਿਓਮੈਟ੍ਰੀਕਲ ਡਿਜ਼ਾਈਨ ਬਣਾਉਂਦੇ ਸਨ ਕਾਲੇ ਰੰਗ ਨਾਲ ਲਾਲ ਭਾਂਡੇ ਹੁੰਦੇ ਸਨ ਇਹ ਲੋਕ ਇਹ ਤਾਂ ਹੋ ਗਿਆ ਕੁਐਸਚਨ ਅੱਗੇ ਦੇਖਦੇ ਆ ਵੈਦ ਕਾਲ ਨੂੰ ਦੋ ਭਾਗਾਂ ਵਿੱਚ ਜੋ ਹੈ ਵੰਡਿਆ ਗਿਆ ਹੈ ਰਿਗਵੇਦ ਕਾਲ ਅਤੇ ਉੱਤਰ ਵੈਦਿਕ ਕਾਲ ਇਹਨਾਂ ਦੀ ਦੇਖੋ ਟਾਈਮਿੰਗ ਲਿਖੀ ਹੋਈ ਹੈ ਰਿਗਵੇਦ ਕਾਲ ਦੀ ਜੋ ਟਾਈਮਿੰਗ ਹੈ 1500 ਤੋਂ ਲੈ ਕੇ 1000 ਬੀਸੀ ਅਤੇ ਉੱਤਰ ਵੈਦਿਕ ਕਾਲ ਦੀ 1000 ਤੋਂ ਲੈ ਕੇ 600 ਬੀਸੀ ਇਹਨਾਂ ਦੀ ਟਾਈਮਿੰਗ ਹੈ ਆਰੀਆ ਲੋਕ ਪਹਿਲਾਂ ਅਫਗਾਨਿਸਤਾਨ ਅਤੇ ਪੰਜਾਬ ਵਿੱਚ ਆਏ ਸੀ ਆਰੀਆ ਦੀ ਇਕਾਈ ਪੰਜ ਭਾਗਾਂ ਵਿੱਚ ਵੰਡੀ ਹੋਈ ਸੀ ਕੁੱਲ ਗ੍ਰਾਮ ਵਿਸ਼ ਜਨ ਅਤੇ ਰਾਸ਼ਟਰ ਅੱਗੇ ਹੈ ਕੁਐਸਚਨ ਯੁੱਧ ਲਈ ਗਵਿਸ਼ਟ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਸੀ ਜੋ گاਵਾਾਂ ਦੀ ਖੋਜ ਤੇ ਆਧਾਰਿਤ ਸੀ ਲੋਹੇ ਨੂੰ ਆਰੀਅਨ ਸ਼ਿਆਮ ਐਯਾਨ ਕਹਿੰਦੇ ਸਨ ਪਣੀ ਦੂਰ ਦੂਰ ਵਪਾਰ ਕਰਨ ਲਈ ਜਾਣ ਵਾਲਿਆਂ ਨੂੰ ਕਿਹਾ ਜਾਂਦਾ ਸੀ ਵੈਗਨਟ OC ਜੋ ਪੈਸੇ ਵਿਆਜ ਦੇ ਦਿੰਦੇ ਸੀ ਰਿਗਵੇ ਦੀ ਮਹੱਤਵਪੂਰਨ ਨਦੀ ਸਰਸਵਤੀ ਹੈ ਇਸ ਦੇ ਉਲਟ ਯਮਨਾ ਦਾ ਲੇਖ ਤਿੰਨ ਵਾਰੀ ਹੁੰਦਾ ਹੈ ਪਰ ਸਭ ਤੋਂ ਵੱਧ ਵਾਰ ਸਿੰਧ ਨਦੀ ਦਾ ਉਲੇਖ ਰਿਗਵੇਦ ਵਿੱਚ ਜੋ ਹੈ ਕੀਤਾ ਗਿਆ ਹੈ ਆ ਰਾਜਪਤੀ ਉੱਤਰਵੈਦਿਕ ਕਾਲ ਦਾ ਸਭ ਤੋਂ ਵੱਡਾ ਗॉड ਸੀ ਤੇ ਰਾਜ ਇਸ ਯਗ ਨਾਲ ਨਵਾਂ ਰਾਜ ਬੰਦਾ ਸੀ ਹਲ ਨੂੰ ਸਿਰਤੇ ਰੇਖਾ ਨੂੰ ਸੀਤਾ ਕਿਹਾ ਜਾਂਦਾ ਸੀ ਪੱਕੀਆਂ ਇੱਟਾਂ ਦੇ ਵਰਤੋਂ ਕੋ ਸ਼ਾਂਬੀ ਵਿੱਚ ਕੀਤੀ ਗਈ ਸੀ ਮਹਾਭਾਰਤ ਦਾ ਪੁਰਾਣਾ ਨਾਮ ਜੈ ਸਹਿਤਾ ਸੀ ਤੇ ਜਨਪਦ ਜੋ ਸਨ ਉਹ ਉਹਨਾਂ ਦੀ ਸੰਖਿਆ ਜੋ ਹੈ 16 ਸੀ ਇਸੀ ਤਰ੍ਹਾਂ ਜੈਨੀਆਂ ਦਾ ਪਹਿਲਾ ਮੋਢੀ ਰਿਸ਼ਭਦੇਵ ਸੀ ਜਾਂ ਆਦੀਨਾਥ ਵੀ ਉਹਨਾਂ ਦਾ ਦੂਜਾ ਨਾਮ ਸੀ ਉਸ ਤੋਂ ਬਾਅਦ ਜੋ 23ਵੇਂ ਤੀਰਥੰਕਰ ਪਾਰਸ਼ਵਨਾਥ ਸਨ ਤੇ ਜਿਹੜੇ 24ਵੇਂ ਤੀਰਥੰਕਰ ਸਨ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਹਾਂ ਉਹਨਾਂ ਦਾ ਨਾਮ ਮਹਾਵੀਰ ਸੀ ਜਿਨ੍ਹਾਂ ਦਾ ਜਨਮ 540 ਈਸਵੀ ਪੂਰਵ ਵਿੱਚ ਕੁੰਡਗ੍ਰਾਮ ਵਿਸ਼ਾਲੀ ਦੇ ਵਿੱਚ ਪੈਂਦਾ ਸੀ ਤੇ ਵਿਸ਼ਾਲੀ ਅੱਗੇ ਜੋ ਬਿਹਾਰ ਰਾਜ ਵਿੱਚ ਆਉਂਦੀ ਸੀ ਵਿੱਚ ਹੋਇਆ ਸੀ ਪਿਤਾ ਦਾ ਨਾਮ ਸਿਧਾਰਥ ਸੀ ਅਤੇ ਮਾਤਾ ਦਾ ਨਾਮ ਤ੍ਰਿਸ਼ਲਾ ਸੀ ਪਤਨੀ ਦਾ ਨਾਮ ਯਸ਼ੋਧਰਾ ਅਤੇ ਇਹਨਾਂ ਦੇ ਬਚਪਨ ਦਾ ਨਾਮ ਵਰਦਮਾਨ ਸੀ ਇਹ ਦੇਖੋ ਇੱਕ ਲਾਈਨ ਦੇ ਵਿੱਚ ਹੀ ਆਪਾਂ ਸਾਰੀਆਂ ਗੱਲਾਂ ਉਹਨਾਂ ਦੀਆਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸੇ ਤਰ੍ਹਾਂ ਅੱਗੇ ਕੋਸ਼ਨ ਹੈ ਮਹਾਵੀਰ ਨੇ ਅਰਧਮਗਦੀ ਭਾਸ਼ਾ ਵਿੱਚ ਉਪਦੇਸ਼ ਦਿੱਤੇ ਸਨ ਮਹਾਵੀਰ ਦਾ ਪਹਿਲਾ ਅਣਾਈ ਜਮਾਲੀ ਸੀ ਜੋ ਕਿ ਉਸ ਦੀ ਪੁੱਤਰੀ ਪ੍ਰਿਆਦਰਸ਼ਨੀ ਦਾ ਪਤੀ ਸੀ ਦੋ ਸੰਪਰਦਾਂ ਵਿੱਚ ਇਹ ਜੋ ਵੰਡਿਆ ਗਿਆ ਸੀ ਸ਼ਵੇਤੰਬਰ ਅਤੇ ਦੇਗੰਬਰ ਸ਼ਵੇਤੰਬਰਾਂ ਦਾ ਮੁਖ ਮੁਖੀ ਜੋ ਸੀ ਉਹ ਥੂਲਪਦਲ ਸੀ ਅਤੇ ਦੇ ਬੰਗੜਾਂ ਦਾ ਜੋ ਮੁਖੀ ਸੀ ਉਹ ਭਦਰਪਾਉ ਸੀ ਉਸ ਤੋਂ ਬਾਅਦ ਜੈਨ ਧਰਮ ਦੇ ਜਿਹੜੇ ਤਿੰਨ ਰਤਨ ਹਨ ਸੱਚਾ ਗਿਆਨ ਸੱਚਾ ਵਿਸ਼ਵਾਸ ਅਤੇ ਸੱਚਾ ਆਚਰਨ ਉਸ ਤੋਂ ਅੱਗੇ ਕੋਸ਼ਨ ਹੈ ਖੁਜਰਾਹੋ ਵਿੱਚ ਜੈਨ ਮੰਦਰਾਂ ਦਾ ਨਿਰਮਾਣ ਚੰਦੇਲਾਂ ਨੇ ਕਰਵਾਇਆ ਸੀ ਮੌਰੀਆ ਸਮੇਂ ਜੈਨ ਧਰਮ ਦਾ ਪ੍ਰਸਿੱਧ ਕੇਂਦਰ ਮਥੁਰਾ ਸੀ ਜੈਨ ਤੀਰਥੰਕਰ ਦੀ ਜੀਵਨੀ ਭੱਦਰਬਾਹੂ ਨੇ ਕਪਲਸੂਤਰ ਵਿੱਚ ਲਿਖੀ ਹੈ ਤੇ ਇਸੇ ਤਰ੍ਹਾਂ ਅਗਲਾ ਕੋਸ਼ਨ ਹੈ महावीर जी जो मौत थी वो 468 ईसवी पूर्व पावापुरी ਵਿੱਚ ਹੋਈ ਸੀ ਉਸ ਤੋਂ ਬਾਅਦ ਅੱਗੇ ਗੋਸ਼ਣ ਹੈ ਮਹਾਤਮਾ ਬੁੱਧ ਜੀ ਨੂੰ ਲਾਈਟ ਆਫ এਸ਼ੀਆ ਵੀ ਕਿਹਾ ਜਾਂਦਾ ਹੈ ਜਨਮ लुम्बिਨੀ ਵਿਖੇ 563 ईसवी पूर्व ਵਿੱਚ ਹੋਇਆ ਸੀ ਪਿਤਾ ਦਾ ਨਾਮ ਇਸੋਦਨ ਸੀ ਅਤੇ ਮਾਤਾ ਦਾ ਨਾਮ महामाया सी पुत्र ਦਾ ਨਾਮ ਰਾਹੁਲ ਸੀ ਤੇ ਬਚਪਨ ਦਾ ਨਾਮ ਇਹਨਾਂ ਦਾ ਸਿਧਾਰਥ ਸੀ ਇਸ ਤੋਂ ਬਾਅਦ ਅਗਲਾ ਕੁਐਸਚਨ ਹੈ ਅਲਕ람 ਸੀ ਧਾਰਤ ਦਾ ਪਹਿਲਾ ਗੁਰੂ ਸੀ ਨਰੰਜਨਾ ਨਦੀ ਵਿਖੇ ਗਿਆਨ ਦੀ ਪ੍ਰਾਪਤੀ ਹੋਈ ਸੀ ਇਹਨਾਂ ਨੂੰ ਇਹਨਾਂ ਦੇ ਆਪਣੀ ਪਹਿਲਾ ਉਪਦੇਸ਼ ਜੋ ਆਪਣਾ ਪਹਿਲਾ ਜੋ ਸੈਰਮਨ ਜਿਹਨੂੰ ਆਪਾਂ ਕਹਿੰਦੇ ਆਂ ਉਹ ਸਾਰਨਾਥ ਵਿਖੇ ਦਿੱਤਾ ਸੀ ਇਸ ਨੂੰ ਧਰਮ ਪਰਿਵਰਤਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹਨਾਂ ਦੀ ਜੋ ਮੌਤ ਨੂੰ ਆਪਾਂ ਮਹਾ ਪਰਿਵਾਨ ਕਹਿ ਕੇ ਬੁਲਾਉਂਦੇ ਹਾਂ ਵਿਸ਼ਵ ਦੁੱਖਾਂ ਦਾ ਘਰ ਹੈ ਇਹ ਸਿਧਾਂਤ ਬੁੱਧ ਨੇ ਉਪਨਿਸ਼ਦਾਂ ਤੋਂ ਲਿਆ ਹੈ ਕਈ ਵੀ ਇਹੀ ਕੁਐਸਚਨ ਪੁੱਛ ਲੈਂਦੇ ਆ ਕਿ ਜਿਹੜਾ ਦੁੱਖ ਮਤਲਬ ਕੀ ਹੈਗੇ ਨੇ ਵਿਅਕਤੀ ਦੇ ਇਹ ਮਤਲਬ ਕੀ ਇਹ ਜਿਹੜਾ ਸਿਧਾਂਤ ਹੈ ਕਿੱਥੋਂ ਲਿਆ ਗਿਆ ਤੇ ਇਹ ਉਪਨਿਸ਼ਦਾਂ ਤੋਂ ਲਿਆ ਗਿਆ ਹੈ ਬੁੱਧਧਰਮ ਦੇ ਜਿਹੜੇ ਤਿੰਨ ਰਤਨ ਕਿਹੜੇ ਸਨ ਬੁੱਧ ਧੰਮ ਅਤੇ ਸੰਗ ਇਹ ਬੁੱਧਧਰਮ ਦੀਆਂ ਸੁਭਾਵਾਂ ਦਾ ਵਰਣਨ ਦੇਖੋ ਕੀਤਾ ਗਿਆ ਹੈ ਇਹ ਇੱਕ ਚਾਰਟ ਬਣਾਇਆ ਗਿਆ ਹੈ ਤੁਹਾਡੀ ਸੁਖਦਾ ਲਈ ਤਾਂ ਕਿ ਤੁਹਾਨੂੰ ਇਹ ਜਿਹੜਾ ਕੁਐਸਚਨ ਹੈ ਬਿਲਕੁਲ ਪ੍ਰੋਪਰ ਇਸ ਤਰ੍ਹਾਂ ਯਾਦ ਹੋ ਜਾਵੇ ਦੇਖੋ ਉੱਪਰ ਸਥਾਨ ਲਿਖਿਆ ਹੈ ਤੇ ਉਸ ਟਾਈਮ ਕਿਹੜਾ ਅਧਿਐਕਸ਼ ਸੀ ਤੇ ਉਸ ਟਾਈਮ ਸ਼ਾਸਨ ਕਾਲ ਕਿ ਰਾਜੀ ਇਹ ਤਿੰਨ ਇਹਹੀ ਕੁਐਸਚਨ ਪੁੱਛਿਆ ਜਾਂਦਾ ਹੈ ਤੇ ਦੇਖੋ ਪਹਿਲੀ ਜਿਹੜੀ ਹੈਗੀ ਹੈ ਬੋਧੀ ਸਭਾ ਰਾਜਗਿਰਿਆ ਵਿਖੇ ਹੋਈ ਸੀ ਤੇ ਉਹਦਾ ਅਧਿਐਕਸ਼ ਸੀਗਾ ਮਹਾਕਸ਼ ਉਸ ਤੋਂ ਬਾਅਦ ਇਹ ਹੋਈ ਕਿਸ ਦੇ ਸਮੇਂ ਸੀ ਆਜਾਤ ਸ਼ਤਰੂ ਦੇ ਸਮੇਂ ਹੋਈ ਸੀ ਉਸ ਤੋਂ ਬਾਅਦ ਦੂਜੀ ਦੇਖੋ ਇਹ ਵਿਸ਼ਾਲੀ ਚ ਹੋਈ ਸੀਗੀ ਸਭਾ ਕਾਮੀ ਤੇ ਕਾਲਾ ਸ਼ੋਕਾ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਜਿਹੜੀ ਤੀਜੀ ਹੋਈ ਹੈ ਇਹ ਪਾਟਲੀਪੁੱਤਰ ਵਿਖੇ ਹੋਈ ਹੈ ਮੌਲਗੀ ਪੁੱਤਰ ਤੀਸਾ ਉਹ ਵਿਅਕਤੀ ਦਾ ਨਾਮ ਸੀ ਜੋ ਇਜ਼ਾ ਦੇਕਸੀ ਤੇ ਅਸ਼ੋਕ ਦੇ ਸਮੇਂ ਹੋਈ ਹੈ ਉਸ ਤੋਂ ਬਾਅਦ ਅਗਲੀ ਆ ਦੇਖੋ ਕੁੰਲ ਕੁੰਡਲ ਵਨ ਤੇ ਕਸ਼ਮੀਰ ਵਿਖੇ ਹੋਈ ਹੈ ਵਿਸ਼ਨੂੰ ਮਿੱਤਰ ਅਤੇ ਅਸ਼ਵਗੋਸ਼ ਇਹਦੇ ਦੋ ਅਧਿਕਸ਼ਣ ਤੇ ਕਨਿਸ਼ਕ ਦੇ ਸਮੇਂ ਦੇਖੋ ਇਹ ਹੋਈ ਸੀ ਅਜੋ ਦੇਖੋ ਚੌਥੀ ਮਹਾ ਸਭਾ ਦੇ ਸਮੇਂ ਇੱਕ ਨਿਸ਼ਕ ਦੇ ਸਮੇਂ ਬੁੱਧ ਧਰਮ ਦੇ ਦੋ ਸੰਪਰਦਾਇਆਂ ਵਿੱਚ ਵੰਡਿਆ ਗਿਆ ਸੀ ਮਹਾਯਾਨ ਅਤੇ ਹੀਨਯਾਨ ਜਿਵੇਂ ਉਹ ਦਿਗੰਬਰ ਸ਼ਤੰਬਰ ਦੇ ਵਿੱਚ ਵੰਡਿਆ ਗਿਆ ਸੀ ਨਾ ਜੀ ਆਪਣਾ ਜੋ ਮਹਾਵੀਰ ਜੈਨ ਦਾ ਧਰਮ ਸੀਗਾ ਜੈਨ ਧਰਮ ਤੇ ਇਸੇ ਤਰ੍ਹਾਂ ਜਿਹੜਾ ਬੁੱਧ ਧਰਮ ਹੈ ਇਹ ਚੌਥੀ ਸਭਾ ਵਿੱਚ ਇਹ ਦੋ ਭਾਗਾਂ ਵਿੱਚ ਵੰਡਿਆ ਗਿਆ ਮਹਾਯਾਨ ਅਤੇ ਹੀਨਯਾਨ ਤੇ ਮਹਾਤਮਾ ਬੁੱਧੀ ਸਭ ਤੋਂ ਵਦ ਮੂਰਤੀ ਮਤਲਬ ਕਿ ਵੱਡੀ ਮੂਰਤੀ ਜਿਹੜੀਆਂ ਆਪਾਂ ਕਹਿ ਸਕਦੇ ਆ ਉਹ ਗੰਧਾਰ ਸ਼ੈਲੀ ਵਿੱਚ ਬਣੀਆਂ ਗਈਆਂ ਨੇ ਵੱਧ ਤੋਂ ਵੱਧ ਜਿਹੜੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਉਹ ਗੰਧਾਰ ਸ਼ੈਲੀ ਚ ਬਣਾਈਆਂ ਗਈਆਂ ਹਨ ਪਰ ਸਭ ਤੋਂ ਪਹਿਲੀ ਮੂਰਤੀ ਜਿਹੜੀ ਹੈਗੀ ਆ ਉਹ ਮਥੁਰਾ ਕਾਲ ਮਥੁਰਾ ਕਲਾ ਦੇ ਵਿੱਚ ਬਣਾਈ ਗਈ ਹੈ ਤੇ ਇਹ ਇਸ ਬਾਰੇ ਇਦਾਂ ਦਾ ਕੁਐਸਚਨ ਕਈ ਵਾਰੀ ਪੁੱਛ ਲੈਂਦੇ ਨੇ ਵੀ ਸਭ ਤੋਂ ਵੱਧ ਮੂਰਤੀਆਂ ਕਿਸ ਸ਼ੈਲੀ ਵਿੱਚ ਬਣੀਆਂ ਨੇ ਤੇ ਪਹਿਲੀ ਵੀ ਪੁੱਛ ਲੈਂਦੇ ਹਨ ਉਸ ਤੋਂ ਬਾਅਦ ਹੈ 123 ਫੁੱਟ ਉੱਚੀ ਰਿਵਾਲਸਰ ਝੀਲ ਜਿਹੜੀ ਹੈਗੀ ਹੈ ਹਿਮਾਚਲ ਪ੍ਰਦੇਸ਼ ਵਿੱਚ ਹੈ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਲਿੰਕ ਪੂਜਾ ਦਾ ਸਬੂਤ ਮਤਸੇਪ੍ਰਾਣ ਵਿੱਚ ਮਿਲਦਾ ਹੈ ਉਸ ਤੋਂ ਬਾਅਦ ਕਲਾਸ਼ ਮੰਦਰਾਂ ਦਾ ਨਿਰਮਾਣ ਰਾਸ਼ਟ੍ਰਕੂਟਾ ਨੇ ਕਰਵਾਇਆ ਸੀ ਅੱਗੇ ਹੈ ਮਗਧ ਦਾ ਜਿਹੜਾ ਆਖਰੀ ਸਮਰਾਟ ਬ੍ਰਿਦਰਤ ਸੀ ਜਿਸ ਨੂੰ ਉਸਦੇ ਸੈਨਾਪਤੀ ਪੁਸ਼ਯ ਮਿੱਤਰ ਸ਼ੁੰਗ ਨੇ ਮਾਰ ਕੇ ਸ਼ੁੰਗ ਵੰਸ਼ ਦੀ ਨੀਂਹ ਰੱਖੀ ਸੀ ਉਸ ਤੋਂ ਬਾਅਦ ਹੈ ਹਰੀਅੰਕ ਵੰਸ਼ ਦੀ ਨੀਂਹ ਜਿਹੜੀ ਹੈਗੀ ਹੈ ਬਿੰਬੂ ਬਿੰਦੂ ਬਿੰਬੀਸਰ ਬਿੰਬੀਸਰ ਨੇ ਰੱਖੀ ਸੀ ਇਹ ਮਗਧ ਵਿੱਚ 554 ਈਸਵੀ ਪੂਰਤੋਂ ਲੈ ਕੇ 412 ਈਸਵੀ ਪੂਰਵ ਤੱਕ ਇਹ ਮਹਾਤਮਾ ਬੁੱਧ ਦਾ ਸਮਕਾਲੀ ਸੀ ਅੱਗੇ ਹੈ ਬਿੰਬੀਸਰ ਦੀ ਹੱਤਿਆ ਉਸਦੇ ਪੁੱਤਰ ਅਜਾਸ਼ਤ్ర ਨੇ ਕੀਤੀ ਸੀ ਅਤੇ ਯਾਸ਼ਸ਼ਤ੍ਰ ਦੀ ਹੱਤਿਆ ਉਸਦੇ ਪੁੱਤਰ ਉਦੈਨ ਨੇ ਕੀਤੀ ਸੀ ਉਦੈਨ ਨੇ ਜਿਹੜਾ ਪਾਟਲੀ ਪੁੱਤਰ ਦੀ ਸਥਾਪਨਾ ਕੀਤੀ ਇਸ ਦਾ ਪੱਤਰ ਨਾਗਦਸ਼ਕ ਸੀ ਇਸ ਦਾ ਇਸ ਦਾ ਪੁੱਤਰ ਜੋ ਸੀ ਉਹ ਨਾਗਦਸ਼ਕ ਸੀ ਤੇ ਅੱਗੇ ਹੈ ਆਜਾਦ ਸ਼ਤ్రੂ ਨੇ ਵਾਚ ਫੋਰਡ ਮਤਲਬ ਕਿ ਜੇ ਜੇ ਲਾਲ ਦੁਰਗਾ ਬਣਾਇਆ ਸੀ ਪਾਰਟਲੀ ਵਿਖੇ ਗੰਗਾ ਨਦੀ ਦੇ ਕਿਨਾਰੇ ਤੇ ਉਸ ਤੋਂ ਬਾਅਦ ਹੈ ਨਾਗਦਸ਼ਕ ਨੂੰ ਸ਼ਿਸ਼ੂਨਾਗ ਜਾ ਨਾਗਵੰਸ਼ ਨੇ ਹਰਾਇਆ ਸੀ ਇਹ ਉਸ ਦੇ ਉਸ ਤੋਂ ਬਾਅਦ ਸ਼ਿਸ਼ੂਨਾਗ ਦਾ ਪੁੱਤਰ ਕਾਲਾਸ਼ੋਕਾ ਸੀ ਕਾਲਾਸ਼ੋਕੇ ਨੇ ਵੇਸ਼ਾਲੀ ਤੋਂ ਅਟਲੀ ਪੁੱਤਰ ਬਣਾਇਆ ਸੀ ਅੱਗੇ ਹੈ ਨੰਦਵੰਸ਼ ਦਾ ਸੰਸਥਾਪਕ ਜਿਹੜਾ ਹੈਗਾ ਮਹਾ ਪਦਮਨੰਦ ਸੀ ਅਤੇ ਆਖਰੀ ਸ਼ਾਸਕ ਤਨਾਨਨ ਸੀ ਤਨਾਨਨ ਨੂੰ ਚੰਦਰਗੁਪਤ ਮੌਰੀਆ ਨੇ ਹਰਾਇਆ ਅਤੇ मगध ਤੇ ਰਾਜ ਕੀਤਾ ਸੀ ਉਸ ਤੋਂ ਬਾਅਦ ਆਪਾਂ ਹੁਣ ਪਹੁੰਚ ਗਏ ਸਿਕੰਦਰ ਦੇ ਸਿਕੰਦਰ ਬਾਰੇ ਦੇਖੋ ਕਿੜੀਆਂ ਕਿੜੀਆਂ ਗੱਲਾਂ ਨੇ ਇਹ ਮੈਂ ਕੋਸ਼ਿਸ਼ ਕੀਤੀ ਹੈ ਦੋ ਤਿੰਨ ਲਾਈਨਾਂ ਦੇ ਵਿੱਚ ਹੀ ਸਿਕੰਦਰ ਨੂੰ ਕਵਰ ਕਰਨ ਦੀ ਸਿਕੰਦਰ ਦੇ ਪਿਤਾ ਦਾ ਨਾਮ ਦੇਖੋ ਫਿਲਪਸੀ ਉਸ ਉਸ ਦਾ ਜਨਮ 356 ਈਸਵੀ ਪੂਰਬ ਵਿੱਚ ਹੋਇਆ ਸੀ ਇਹ ਮੈਸੋਡੋਨੀਆ ਦਾ ਸ਼ਾਸਕ ਸੀ 20 ਸਾਲ ਦੀ ਉਮਰ ਵਿੱਚ ਸ਼ਾਸ਼ਕ ਬਣਿਆ ਸੀ 300 26 ਇਸਵੀ ਵਿੱਚ ਸਿਕੰਦਰ ਨੇ ਪੋਰਸ ਵਿਚਕਾਰ ਜੇਲਮ ਨਦੀ ਦੇ ਕਿਨਾਰੇ ਯੁੱਧ ਹੋਇਆ ਜੇਲਮ ਦਾ ਨਾ ਵਿਤਸਤ ਸੀ ਅਤੇ ਗ੍ਰੀਕ ਭਾਸ਼ਾ ਵਿੱਚ ਹਾਈਡਾਸ ਸੀ 86 ਇਸ ਦੀ ਇਸ ਦੀ ਜਿਹੜੀ ਮੌਤ ਹੈ ਉਹ 386 ईसवी पूरक भारत ਤੋਂ ਬਾਹਰ ਬੈਬਿਲੋਨ ਵਿੱਚ ਇਸ ਦੀ ਮੌਤ ਜਿਹੜੀ ਹੈਗੀ ਹੈ 323 ईसवी ਵਿੱਚ 33 ਸਾਲ ਦੀ ਉਮਰ ਵਿੱਚ ਹੋ ਗਈ ਸੀ ਇਹ 86ਵਾਂ ਨੰਬਰ ਜੋ ਕੁਐਸਚਨ ਸੀਗਾ ਉਹ ਨਾਲ ਲਿਖਿਆ ਗਿਆ ਇਸ ਕਰਕੇ ਉਹ 86 ਪੜਿਆ ਗਿਆ ਤੇ 86ਵਾਂ ਇਹ ਕੁਐਸਚਨ ਹੈ ਤੇ ਮੌਤ ਜਿਹੜੀ ਹੈਗੀ ਹੈ ਉਹ 323 ईसवी ਵਿੱਚ ਇਸਵੀ ਪੂਰਵ ਤੇ 33 ਸਾਲ ਦੀ ਉਮਰ ਵਿੱਚ ਹੋਈ ਸੀ ਇਹ ਅ ਰਸਤੂ ਦਾ ਚੇਲਾ ਸੀ ਸਿਕੰਦਰ ਦਾ ਮੁੱਖ ਕੋੜਾ ਬਹਾਗੇ ਬਲਾ ਸੀ ਇਸ ਦੇ ਨਾਂ ਤੇ ਹੀ ਜਲਮ ਨਦੀ ਦੇ ਕੰਢੇ ਇੱਕ ਨਗਰ ਵੀ ਵਸਾਇਆ ਗਿਆ ਹੈ ਉਸ ਤੋਂ ਬਾਅਦ ਦੇਖੋ 87ਵਾਂ ਕੁਐਸਚਨ ਜਿਹੜਾ ਹੈਗਾ ਉਹ ਹੈ ਅਸ਼ੋਕਾ ਬਾਰੇ ਅਸ਼ੋਕਾ ਬਾਰੇ ਵੀ ਜਿਹੜਾ ਅਸ਼ੋਕ ਮਹਾਨ ਸੀ ਉਸ ਬਾਰੇ ਵੀ ਅ ਦੋ ਤਿੰਨ ਲਾਈਨਾਂ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅ 269 ਇਸਵੀ ਵਿੱਚ ਗੱਦੀ ਤੇ ਅ ਬੈਠਿਆ ਸੀ ਅ ਉਪਗੁਪਤ ਨੇ ਅਸ਼ੋਕ ਨੂੰ ਬੁੱਧ ਧਰਮ ਦੀ দীક્ષા ਦਿੱਤੀ ਸੀ ਅ 13ਵੇਂ ਅਭਿਲੇਖ ਵਿੱਚ ਕਲਿੰਗ ਦਾ ਜਿਹੜਾ ਯੁੱਧ ਹੋਇਆ ਸੀ ਉਸ ਦਾ ਉਲੇਖ ਹੈ ਉਸ ਦੇ ਧਰਮ ਪਰਿਵਰਤਨ ਦੀ ਗੱਲ ਕੀਤੀ ਗਈ ਹੈ ਅਸ਼ੋਕ ਦਾ ਜਿਹੜਾ 7ਵਾਂ ਬਿਲੇਖ ਸਭ ਤੋਂ ਲੰਬਾ ਬਲੀਕ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਦੇਖੋ 88ਵਾਂ ਕੁਐਸਚਨ ਜੋ ਹੈ ਹਰਿਅੰਕ ਵੰਸ਼ ਬਿੰਬੀਸਰ ਨਾਗ ਵੰਸ਼ ਸ਼ਿਸ਼ੂਨਾਗ ਨੰਦ ਵੰਸ਼ ਮਹਾ ਪਦਮਾਨੰਦ ਤੇ ਮੌਰੀਆ ਵੰਸ਼ ਚੰਦਰਗੁਪਤ ਮੌਰੀਆ ਸ਼ੁੰਗ ਵੰਸ਼ ਪੁਸ਼ਵ ਮਿੱਤਰ ਸ਼ੁੰਗ ਇਹ ਇਹਨਾਂ ਦੇ ਜਿਹੜੇ ਸੰਸਥਾਪਕ ਸੀ ਇਹਨਾਂ ਦੇ ਨਾਮ ਨੇ ਤੇ ਇਹ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਰਾਜਵੰਸ਼ ਹੈ ਉਹਨਾਂ ਦੇ ਅੱਗੇ ਨਾਮ ਲਿਖੇ ਹੋਏ ਨੇ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਸਤਵਾਨਾ ਨੇ ਐਲੋਰਾ ਤੇ ਅਜੰਤਾ ਦੀਆਂ ਗੁਫਾਵਾਂ ਬਣਾਈਆਂ ਸਨ ਵਿਦੇਸ਼ੀ ਮੁਲਕ ਜਿਨ੍ਹਾਂ ਨੇ ਭਾਰਤ ਤੇ ਹਮਲੇ ਕੀਤੇ ਹਿੰਦੂ ਯੂਨਾਨੀ ਸ਼ੱਕ ਪੱਲਵ ਤੇ ਕੁਸ਼ਾਨ ਉਸ ਤੋਂ ਬਾਅਦ ਅੱਗੇ ਆਪਾਂ ਕਰ ਰਹੇ ਹਾਂ ਭਾਰਤ ਤੇ ਸਭ ਤੋਂ ਪਹਿਲਾ ਹਮਲਾ 19 ईसवी पूर्व ਵਿੱਚ ਡੈਮਟੋਰੀਅਨ ਯਾਨਕੀ ਬੈਕਟੀਰੀਆ ਸ਼ਾਸਕਾਂ ਨੇ ਕੀਤਾ ਸੀ ਉਸ ਤੋਂ ਬਾਅਦ ਅੱਗੇ ਹੈ ਸ਼ੱਕਾਂ ਦਾ ਸਭ ਤੋਂ ਮਹੱਤਵਪੂਰਨ ਸ਼ਾਸਕ ਜਿਹੜਾ ਰੂਦਰ ਦਮਨ ਸੀ ਇਸ ਨੇ ਸੁਦਰਸ਼ਨ ਲੇਖ ਦੀ ਰਿਪੇਅਰ ਕਰਵਾਈ ਸੀ ਜੋ ਕਿ ਮੌਰੀਆ ਨੇ ਬਣਾਈ ਸੀ ਇਹ ਬਹੁਤ ਵਾਰੀ ਕੁਐਸਚਨ ਬਾਰ-ਬਾਰ ਰਿਪੀਟ ਹੁੰਦਾ ਹੈ ਕਿ ਜਿਹੜੀ ਦੱਸੋ ਜੀ ਜਿਹੜੀ ਸੁਦਰਸ਼ਨ ਲੇਖ ਸੀ ਉਸਦੀ ਰਿਪੇਅਰ ਕਿੰਨੇ ਕਰਵਾਈ ਸੀ ਜਾਂ ਸੁਦਰਸ਼ਨ ਲੇਖ ਬਾਰੇ ਪੁੱਛਿਆ ਜਾਂਦਾ ਹੈ ਕਿ ਕਿਸ ਨੇ ਬਣਵਾਈ ਸੀ ਦੇਖੋ ਦੋਨੇ ਕੁਐਸਚਨ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਬਾਅਦ ਅੱਗੇ ਹੈ ਭਾਰਤ ਦਾ ਆਇਨਸਟਾਈਨ ਨਾਗਰਜੁਨ ਨੂੰ ਕਿਹਾ ਜਾਂਦਾ ਹੈ ਉਸ ਦਮਲੇ ਗੁਪਤ ਵੰਸ਼ ਦੀ ਨਹੀਂ ਜਿਹੜੀ ਸ਼੍ਰੀ ਗੁਪਤ ਨੇ 240 ਤੋਂ 280 ਈਸਵੀ ਵਿੱਚ ਰੱਖੀ ਸੀ ਇਸ ਦਾ ਮਹਾਨ ਜੋ ਰਾਜਾ ਚੰਦਰਗੁਪਤ ਪਹਿਲਾ ਸੀ ਚੰਦਰਗੁਪਤ ਦਾ ਉਪਤਲੇ ਅਧਿਕਾਰੀ ਸਮੁੰਦਰਗੁਪਤੀ ਜਿਸ ਨੂੰ ਭਾਰਤ ਦਾ ਨੈਪੋਲੀਅਨ ਵੀ ਕਿਹਾ ਜਾਂਦਾ ਹੈ ਇਹ ਵੀ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ ਚੰਦਰਗੁਪਤ ਜਿਹੜਾ ਸੰਗੀਤ ਪ੍ਰੇਮੀ ਸੀ ਇਸ ਦੀ ਜਿਹੜੀ ਵੀਨਾ ਵਜਾਉਂਦੇ ਦੀ ਤਸਵੀਰ ਸਿੱਕਿਆਂ ਉੱਤੇ ਛਪੀ ਹੋਈ ਹੈ ਸਮੁੰਦਰਗੁਪਤ ਦਾ ਉਪਤਲੇ ਅਧਿਕਾਰੀ ਜੋ ਹੈ ਚੰਦਰਗੁਪਤ ਦੂਜਾ ਸੀ ਜਿਸ ਨੂੰ ਵਿਕਰਮਦਿੱਤ ਵੀ ਕਿਹਾ ਜਾਂਦਾ ਹੈ ਛੱਕਾਂ ਉੱਤੇ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਵਿੱਚ ਇਸ ਨੇ ਚਾਂਦੀ ਦੇ ਸਿੱਕੇ ਛੁਲਾਏ ਸਨ ਇਹ ਕੁਐਸਚਨ ਬਹੁਤ ਵਾਰੀ ਆਉਂਦਾ ਹੈ ਕਿ ਚਾਂਦੀ ਦੇ ਸਿੱਕੇ ਕਿੰਨਾ ਨੇ ਚੁਲਾਏ ਸਨ ਤੇ ਕਿਸ ਦੀ ਖੁਸ਼ੀ ਵਿੱਚ ਚੁਲਾਏ ਗਏ ਸਨ ਅਗਲਾ ਕੁਐਸਚਨ ਹੈ ਨਲੰਦਾ ਯੂਨੀਵਰਸਿਟੀ ਕੁਮਾਰ ਗੁਪਤ ਦੀ ਦੇਣ ਹੈ ਆਖਰੀ ਗੁਪਤ ਸ਼ਾਸਕ ਵਿਸ਼ਨੂੰ ਗੁਪਤ ਸੀ ਆਹ ਕੁਐਸਚਨ ਬਹੁਤ ਵਾਰੀ ਰਿਪੀਟ ਹੁੰਦਾ ਹੈ ਜਿਹੜਾ ਹੁਣ ਮੈਂ ਪੜਨ ਲੱਗਾ ਹਾਂ ਗੁਪਤ ਕਾਲ ਸਮੇਂ ਭੂਮੀ ਪੰਜ ਭਾਗਾਂ ਵਿੱਚ ਵੰਡੀ ਹੋਈ ਸੀ ਤੇ ਇਹ ਕੁਐਸਚਨ ਪੁੱਛਦੇ ਆ ਉਸ ਟਾਈਮ ਟੈਕਸ ਕਿੰਨਾ ਲਿਆ ਜਾਂਦਾ ਸੀ ਟੈਕਸ ਦੀ ਦੇਖੋ ਦੋ ਮਿqdਾਰਾਂ ਸੀ 1/4 ਤੇ 1/6 ਜਿਹੜਾ ਟੈਕਸ ਹੈਗਾ ਉਸ ਟਾਈਮ ਪ੍ਰਚਲਿਤ ਸੀ ਇੰਨਾ ਟੈਕਸ ਜਿਹੜਾ ਉਸ ਟਾਈਮ ਲਿਆ ਜਾਂਦਾ ਸੀ ਅਗਲਾ ਕੁਐਸਚਨ ਹੈ ਗੁਪਤ ਕਾਲ ਸਮੇਂ ਭਾਰਤ ਤੋਂ ਵੱਦ ਸੋਨੇ ਦੇ ਸਿੱਕੇ ਇਹ ਚਲਾਏ ਗਏ ਗੈਸੀ ਜਿਨ੍ਹਾਂ ਨੂੰ ਦਿਨਾਰ ਜਿਹੜਾ ਹੈਗਾ ਕਿਹਾ ਜਾਂਦਾ ਸੀਗਾ ਇਹ ਅਗਲਾ ਹੈ ਗੁਪਤ ਵੈਸ਼ਨਵ ਧਰਮ ਦੇ ਉਪਾਸਕ ਸਨ ਵੈਸ਼ਨਵ ਧਰਮ ਹੁੰਦਾ ਜੀ ਜਿਹੜਾ ਵਿਸ਼ਨੂੰ ਨੂੰ ਆਪਾਂ ਮੰਨਦੇ ਹੈਗੇ ਇਹਨਾਂ ਦਾ ਜਿਹੜਾ ਰਾਜ ਚਿੰਨ ਸੀਗਾ ਗਰੂੜ ਸੀ ਇਹ ਕੁਐਸਚਨ ਵੀ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਇਸ ਵਿੱਚ ਇਸ ਸਾਰੇ ਨੋਟਸਾਂ ਵਿੱਚ ਆਪਾਂ ਉਹ ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋਗੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਤੇ ਆਪਾਂ ਕੋਸ਼ਿਸ਼ ਕੀਤੀ ਹੈਗੀ ਇੱਕ ਇੱਕ ਲਾਈਨ ਦੇ ਵਿੱਚ ਉਹਨਾਂ ਨੂੰ ਕਵਰ ਕੀਤਾ ਜਾਵੇ ਅੱਗੇ ਆਪਾਂ ਦੇਖੋ ਅਗਲਾ ਕੁਐਸਚਨ ਦੱਸ ਰਹੇ ਹਾਂ 100 ਨੰਬਰ ਕੁਐਸਚਨ ਹੈ ਇਹ ਤੇ ਬੜਾ ਇੰਪੋਰਟੈਂਟ ਹੈ ਕਾਲੀਦਾਸ ਜੋ ਹੈ ਚੰਦਰਗੁਪਤ ਦੂਜੇ ਦੇ ਸਮੇਂ ਦਾ ਕਵੀ ਸੀ ਅਤੇ ਵੈਦ ਧਨਵੰਤਰੀ ਮਤਲਬ ਕਿ ਇਹ ਵੈਦ ਧਨਵੰਤਰੀ ਅਤੇ ਜਿਹੜੇ ਚੰਦਰਗੁਪਤ ਚੰਦਰਗੁਪਤ ਦੂਜੇ ਦੇ ਸਮੇਂ ਇਹ ਤੇ ਕਾਲੀਦਾਸ ਇਹ ਮਤਲਬ ਕਿ ਇੱਕੋ ਹੀ ਸਮੇਂ ਦੇ ਹਨ ਸਾਰੇ ਤੇ ਉਸ ਤੋਂ ਬਾਅਦ ਅੱਗੇ ਹੈਗਾ ਸੰਸਾਰ ਦੀ ਸਭ ਤੋਂ ਪ੍ਰਚੀਨ ਲਿਖਤ ਪੰਚਤ ਤੰਤਰ ਗੁਪਤ ਕਾਲ ਵਿੱਚ ਹੀ ਵਿਸ਼ਨੂ ਗੁਪਤ ਦੁਆਰਾ ਲਿਖੀ ਗਈ ਸੀ ਉਸ ਤੋਂ ਬਾਅਦ ਆਰਿਆ ਪੱਟ ਨੇ ਗੁਪਤ ਸਮੇਂ ਵਿੱਚ ਹੀ ਆਰਿਆ ਪਟਮ ਅਤੇ ਸੂਰਿਆ ਸਿਧਾਂਤ ਕਿਤਾਬ ਲਿਖੀ ਇਸ ਨੇ ਹੀ ਦੱਸਿਆ ਗਈ ਧਰਤੀ ਜਿਹੜੀ ਹੈਗੀ ਆ ਸੂਰਜ ਦਵਾਲੀ ਜੋ ਹੈ ਘੁੰਮਦੀ ਹੈ ਅੱਗੇ ਹੈ ਪੁਰਾਣਾ ਦੀ ਗਿਣਤੀ 18 ਹੈ ਇਹ ਵੀ ਗੁਪਤ ਸਮੇਂ ਵਿੱਚ ਹੀ ਲਿਖੇ ਗਿਆ ਨੇ ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ ਇਸ ਕੁਐਸਚਨ ਨੂੰ ਤੇ ਉਦੋਂ ਆਪਾਂ ਇਕੱਲੀ ਸੰਖਿਆ ਦੱਸੀ ਸੀ ਤੇ ਹੁਣ ਆਪਾਂ ਥੋੜੀ ਜਿਹੀ ਹੋਰ ਡਿਟੇਲ ਦੱਸੀ ਹੈ ਕਿ ਇਹ ਜਿਹੜੇ ਗੁਪਤਾਂ ਦੇ ਸਮੇਂ ਜਿਹੜੇ ਹੈਗੇ ਲਿਖੇ ਗਏ ਸਨ ਅੱਗੇ ਹੈ ਗੁਪਤਾਂ ਦੀ ਰਾਜ ਭਾਸ਼ਾ ਦੇਖੋ ਕਿਹੜੀ ਸੀ ਉਸ ਤੋਂ ਮੇ ਪ੍ਰਕਿਰਤ ਭਾਸ਼ਾ ਚੱਲਦੀ ਸੀਗੀ ਠੀਕ ਹੈ ਜੀ ਤੇ ਗੁਪਤ ਕਾਲ ਨੂੰ ਸੁਨਹਿਰੀ ਕਾਲ ਵੀ ਕਿਹਾ ਜਾਂਦਾ ਹੈ ਦੇਖੋ ਗੁਪਤ ਕਾਲ ਨੂੰ ਸੁਨਹਿਰੀ ਕਾਲ ਇਸ ਕਰਕੇ ਕਹਿੰਦੇ ਆ ਕਿਉਂਕਿ ਦੇਖੋ ਵੱਡੇ ਵੱਡੇ ਦੇਖੋ ਵਿਦਵਾਨ ਕਾਲੀਦਾਸ ਵਗੈਰਾ ਹੋ ਗਏ ਤਨਵੰਤਰੀ ਜੋ ਮਤਲਬ ਕੀ ਅ ਸੀਗਾ ਇਸ ਤਰ੍ਹਾਂ ਦੇ ਵਿਅਦ ਸੀਗਾ ਤਨਵੰਤਰੀ ਇਸ ਤਰ੍ਹਾਂ ਦੇ ਜੋ ਮਤਲਬ ਕੀ ਵੱਡੇ ਵੱਡੇ ਜਿਹੜੇ ਸੀਗੇ ਆਰੀਆ ਭਟ ਵਗੈਰਾ ਇਹ ਸਾਰੇ ਜਾਨੀ ਕਿ ਇਹਨਾਂ ਦੇ ਸਮੇਂ ਦੌਰਾਨ ਹੋਏ ਸੀਗੇ ਤੇ ਉਸ ਟਾਈਮ ਸੋਨੇ ਦੇ ਸਿੱਕੇ ਵੀ ਚੱਲੇ ਸੀਗੇ ਤੇ ਇਹ ਸਾਰਾ ਜਿਹੜਾ ਮਤਲਬ ਕਿ ਇਹਨਾਂ ਗੱਲਾਂ ਕਰਕੇ ਦੇਖੋ ਇਹਨਾਂ ਨੂੰ ਸੁਨੈਰੀ ਕਾਲ ਜਿਹੜਾ ਕਿਹਾ ਜਾਂਦਾ ਹੈਗਾ ਅੱਗੇ ਹੈਗਾ ਹਰਸ਼ਵਰਧਨ ਨੂੰ ਸ਼ਿਲਾਦਿੱਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਹਰਸ਼ਵਰਧਨ ਨੇ ਇਹ ਇਸ ਦੇ ਪੁਰਵਜ ਸ਼ਿਵ ਤੇ ਸੂਰਜ ਦੇ ਉਪਾ ਪਾਸਕ ਸਨ ਪਰ ਬਾਅਦ ਵਿੱਚ ਜਿਹੜੇ ਚੀਨੀ ਯਾਤਰੀ ਹਿਉਨ ਸ਼ਾਂ ਦੇ ਆਉਣ ਤੇ ਇਸ ਨੇ ਜਿਹੜਾ ਹੈਗਾ ਬੋਧੀ ਧਰਮ ਦਾ ਇਹ ਜਿਹੜਾ ਹੈਗਾ ਬੋਧੀ ਦੀ ਮਹਾਯਾਨ ਜੋ ਸ਼ਾਖਾ ਸੀਗੀ ਉਹ ਉਹ ਇਸ ਨੇ ਨੇ ਅਡਾਪਟ ਕਰ ਲਈ ਸੀਗੀ ਕਿੰਨਾਂ ਨੇ ਹਰਸ਼ਵਰਧਨ ਨੇ ਅੱਗੇ ਹੈਗਾ ਬਾਣਪੱਟ ਹਰਸ਼ ਦੇ ਦਰਬਾਰ ਦਾ ਕਵੀ ਸੀ ਇਸ ਨੇ ਹਰਸ਼ ਚరిత్ర ਜੋ ਹੈਗੀ ਆ ਕਿਤਾਬ ਜਿਹੜੀ ਹੈਗੀ ਆ ਉਹ ਲਿਖੀ ਹੈ ਅੱਗੇ ਹੈਗਾ ਗੁਪਤ ਕਾਲ ਵਿੱਚ ਸਭ ਤੋਂ ਪਹਿਲਾ ਮੰਦਿਰ ਬਣਾਉਣੇ ਸ਼ੁਰੂ ਕੀਤੇ ਗਏ ਸਨ ਅੱਗੇ ਹੈਗਾ ਪੱਲਵਾਂ ਦਾ ਸੰਸਤਾਪਕ ਸਿੰਘ ਵਿਸ਼ਨੂੰ ਸੀ ਇਸ ਦੀ ਰਾਜਧਾਨੀ ਕਾਂਚੀਪੁਰਮ ਸੀ ਇਹ ਵੈਸ਼ਵਤਰਮ ਨੂੰ ਮੰਨਦੇ ਸਨ ਉਸ ਤੋਂ ਬਾਅਦ ਹੈਗਾ ਮਹਾਬਲੀਪੁਰਮ ਮੰਦਿਰ ਦਾ ਜੋ ਹੈ ਨਿਰਮਾਣ ਪੱਲਵਾਂ ਨੇ ਕਰਵਾਇਆ ਸੀ ਇਸ ਦਾ ਆਖਰੀ ਸ਼ਾਸਕ ਅਪਰਾਜੀ ਵਰਦਨ ਸੀ ਉਸ ਤੋਂ ਬਾਅਦ ਕਲਾਸ਼ ਮੰਦਰਾਂ ਦਾ ਜਿਹੜਾ ਨਿਰਮਾਣ ਹੈ ਨਰਸਿੰਘ ਵਰਮਨ ਦੂਜੇ ਨੇ ਕਰਵਾਇਆ ਸੀ ਇਹ ਜਿਹੜਾ ਕਾਂਚੀ ਵਿਖੇ ਹਨ ਉਸ ਤੋਂ ਬਾਅਦ ਰਾਸ਼ਟਰਕੂਟਾਂ ਦਾ ਸੰਸਥਾਪਕ ਦੰਤੀਦੁਰਗ ਸੀ ਐਲੋਰਾ ਦੇ ਕਲਾਸ਼ ਮੰਦਰਾਂ ਦਾ ਨਿਰਮਾਣ ਕ੍ਰਿਸ਼ਨ ਪਹਿਲੇ ਨੇ ਕਰਵਾਇਆ ਸੀ ਉਸ ਤੋਂ ਹੈਗਾ ਧਰੂਵ ਨੇ ਤ੍ਰੇ ਪੱਖੀ ਸੰਘਰਸ਼ ਕੀਤਾ ਸੀ ਰਾਸ਼ਟਰਕੂਟਾਂ ਦਾ ਸ਼ਾਸਕ ਸੀ ਆਖਰੀ ਸ਼ਾਸਕ ਜਿਹੜਾ ਹੈਗਾ ਕ੍ਰਿਸ਼ਨ ਤੀਜਾ ਸੀ ਐਲੋਰਾ ਤੇ ਐਲੀਫੈਂਟਾ ਦੀਆਂ ਗੁਫਾਵਾਂ ਦਾ ਨਿਰਮਾਣ ਰਾਸ਼ਟਰਕੁਟਾਂ ਸਮੇਂ ਹੋਇਆ ਸੀ ਐਲੋਰਾ ਵਿੱਚ 34 ਗੁਫਾਵਾਂ ਸਨ ਜਿਨ੍ਹਾਂ ਵਿੱਚੋਂ 12 ਗੁਫਾਵਾਂ ਬੁੱਧ ਪੰਜ ਜੈਨ ਜੈਨਾਂ ਦੀਆਂ ਤੇ ਉਸ ਤੋਂ ਬਾਅਦ 17 ਜਿਹੜੀਆਂ ਹਿੰਦੂਆਂ ਦੀਆਂ ਸਨ ਇਹਨਾਂ ਨੇ ਹੀ ਪਹਿਲੀ ਵਾਰੀ ਮੁਸਲਮਾਨਾਂ ਨੂੰ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਸੀ ਉਸ ਤੋਂ ਬਾਅਦ ਦੇਖੋ ਕੁਐਸਚਨ ਨੰਬਰ 113ਵਾਂ ਆ ਗਿਆ ਚਾਲੁਕਿਆ ਵੰਸ਼ ਦੀ ਜਿਹੜਾ ਸਥਾਪਨਾ ਤੈਵਲ ਦੂਜਾ ਨੇ ਕਲਿਆਣੀ ਤੇ ਬੈਤਬੀ ਨੇ ਕੀਤੀ ਸੀ ਅੱਗੇ ਹੈ ਚੋਲ ਵੰਸ਼ ਦਾ ਜਿਹੜਾ ਸੰਸਥਾਪਕ ਵਿਜੇ ਆਲਿਆਸੀ ਇਸ ਦੇ ਰਾਜ ਰਾਜਧਾਨੀ ਦੇਖੋ ਇਹਦੀ ਤਨੋਸ ਸੀ ਵਿਜੇ ਆਲਿਆ ਨੇ ਨਨਕੇਸਰੀ ਨਰਕੇਸਰੀ ਨਰਕੇਸਰੀ ਦੀ ਜਿਹੜੀ ਉਪਾਧੀ ਉਹ ਧਾਰਨ ਕੀਤੀ ਹੋਈ ਸੀ ਉਸ ਤੋਂ ਬਾਅਦ ਹੈ ਆ ਰਾਜਾ ਰਾਜ ਪਹਿਲਾਂ ਨੇ ਸ਼ਿਵ ਯਾਨਕੀ ਸ਼ੈਵ ਮੰਦਰਾਂ ਦਾ ਨਿਰਮਾਣ ਕੀਤਾ ਇਹ ਸ਼ੈਵ ਧਰਮ ਦਾ ਅਨਿਆਈ ਸੀ ਇਸ ਨੇ ਹੀ ਰਾਜਾ ਜੀ ਸ਼੍ਰੀ ਮੰਦਰ ਦਾ ਨਿਰਮਾਣ ਵੀ ਕਰਵਾਇਆ ਸੀ ਇਸ ਨੇ ਹੀ ਸ਼੍ਰੀਲੰਕਾ ਤੇ ਹਮਲਾ ਕੀਤਾ ਅੰਤਿਮ ਅੰਤਿਮ ਸ਼ਾਸਕ ਰਾਜਾ ਰਜਿੰਦਰ ਤੀਜਾ ਸੀ ਉਸ ਤੋਂ ਬਾਅਦ ਉਰ ਵਿੱਚ ਸਧਾਰਨ ਲੋਕ ਸ਼ਾਮਲ ਹੁੰਦੇ ਸਨ ਵਪਾਰੀਆਂ ਦੀਆਂ ਸੁਭਾਵਾਂ ਨੂੰ ਨਗਰਮ ਕਹਿੰਦੇ ਸਨ ਇਹਨਾਂ ਦੇ ਸਮੇਂ ਜਿਹੜਾ ਹੈਗਾ ਟੈਕਸ 1/3 ਲਿਆ ਜਾਂਦਾ ਸੀ ਜੀ ਹੁਣ ਅੱਗੇ ਹੈਗਾ ਬ੍ਰਾਹਮਣਾਂ ਨੂੰ ਦਿੱਤੀ ਗਈ ਕਰ ਮੁਕਤ ਭੂਮੀ ਚਕਤਵੇ ਦੀ ਮੰਗਲ ਅਤੇ ਦਾਨ ਵਿੱਚ ਦਿੱਤੀ ਗਈ ਭੂਮੀ ਨੂੰ ਬ੍ਰਹਮ ਦੇਵ ਕਹਿੰਦੇ ਸਨ ਇਹਨਾਂ ਦੇ ਸਮੇਂ ਸੋਨੇ ਦੇ ਸਿੱਕਿਆਂ ਨੂੰ ਕਲਯੂ ਕਿਹਾ ਜਾਂਦਾ ਸੀ ਇਹਨਾਂ ਦੀ ਮੁੱਖ ਸੈਨਾ ਜਿਹੜੀ ਪੈਦਲ ਸੈਨਾ ਸੀ ਤੇ ਨਟਰਾਜ ਦੀ ਮੂਰਤੀ ਚੌਲਾਂ ਦੇ ਸਮੇਂ ਦੀ ਮੂਰਤੀ ਹੈ ਉਸ ਤੋਂ ਹੈ ਮਨੀਗ੍ਰਾਮ ਨਾਨਕ ਕੋਦੋਸੀ ਵਲ ਜੀ ਆਰ ਚੋਲ ਵੰਸ਼ ਦੇ ਵਪਾਰੀ ਸਮੂਹ ਸਨ ਇਹ ਵਪਾਰੀ ਸਮੂਹ ਹਨ ਜਿਵੇਂ ਮਨੀਗ੍ਰਾਮ ਅੱਜ ਕੱਲ ਵੀ ਦੇਖੋ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਨੇਵੀ ਜਿਹੜੀ ਹੈਗੀ ਹੈ ਉਹ ਚੋਲ ਵੰਸ਼ ਨੇ ਹੀ ਬਣਾਈ ਸੀ ਠੀਕ ਹੈ ਜੀ ਜਲਸ ਹੈ ਨਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਸ ਤੋਂ ਬਾਅਦ ਕੁਐਸਚਨ ਨੰਬਰ 100 ਦੇ 120 ਦੇ ਆਪਾਂ ਪਹੁੰਚ ਗਏ ਆ ਪਾਲ ਵੰਸ਼ ਦਾ ਜਿਹੜਾ ਸੰਸਥਾਪਕ ਗੋਪਾਲ ਸੀ ਇਸ ਦਾ ਮਹਾਨ ਸ਼ਾਸਕ ਧਰਮਪਾਲ ਸੀ ਇਸ ਨੇ ਵਿਕਰਮਸ਼ਿਲਾ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ ਇਹ ਬੁੱਧ ਧਰਮ ਨੂੰ ਮੰਨਦੇ ਸਨ ਇਸੇ ਤਰ੍ਹਾਂ ਜੈਨ ਵੰਸ਼ ਅਗੇ ਸੌਰੀ ਸੈਨ ਵੰਸ਼ ਹੈ ਸੈਨ ਵੰਸ਼ ਸੈਨ ਵੰਸ਼ ਦੀ ਸਥਾਪਨਾ ਜਿਹੜੀ ਹੈਗੀ ਆ ਅ ਸਨਮਤ ਸੈਨ ਨੇ ਕੀਤੀ ਸੀ ਇਸ ਦੀ ਰਾਜਧਾਨੀ ਨਾ ਨਾਦੀਆ ਸੀ ਉਸ ਤੋਂ ਬਾਅਦ ਗੁਜਰ ਪ੍ਰਤੀਹਾਰਾ ਦਾ ਜਿਹੜਾ ਸੰਸਥਾਪਕ ਸੀ 나ਗਪਟ ਸੀ ਉਹ 나ਗਪਟ ਪਹਿਲਾ ਸੀ ਸਭ ਤੋਂ ਜਿਹੜਾ ਪ੍ਰਸਿੱਧ ਰਾਜਾ ਸਹਿਪੂਜ ਸੀ ਇਸਨੇ ਆਪਣੀ ਰਾਜਧਾਨੀ ਕਨੋਜ ਬਣਾਈ ਸੀ ਇਸ ਦਾ ਆਖਰੀ ਰਾਜਾ ਜਿਹੜਾ ਹੈਗਾ ਜਸਪਾਲ ਸੀ ਅੱਗੇ ਹੈ ਦਿੱਲੀ ਨਗਰ ਦੀ ਜਿਹੜੀ ਸਥਾਪਨਾ ਹੈਗੀ ਹੈ ਤੇ ਮੋਰ ਨਰੇਸ਼ ਨਗਪਾਲ ਨੇ 11ਵੀਂ ਸਦੀ ਵਿੱਚ ਕੀਤੀ ਸੀ ਦੇਖੋ ਜਿਹੜੀ ਦਿੱਲੀ ਹੈਗਾ ਉਹ 11ਵੀਂ ਸਦੀ ਦੇ ਵਿੱਚ ਦੇਖੋ ਬਸਾਇਆ ਗਿਆ ਸੀਗਾ ਚੋਹਾਨਾ ਦਾ ਸੰਸਥਾਪਕ ਵਾਸੂਦੇਵ ਸੀ ਚਾਂਦ ਬਦਾਈ ਨੇ ਪ੍ਰਸਿੱਧ ਨੇ ਪ੍ਰਥਵੀ ਰਾਜ ਰਸੋ ਲਿਖੀ ਸੀ ਇਹ ਪ੍ਰਿਥਵੀ ਰਾਜ ਚੋਹਾਨ ਤੀਜੇ ਦਾ ਦਰਬਾਰੀ ਕਵੀ ਸੀ ਉਸ ਤੋਂ ਬਾਅਦ ਅੱਗੇ ਹੈਗਾ ਤਰਾਇਨ ਦਾ ਪਹਿਲਾ ਯੁੱਧ ਪ੍ਰਿਥਵੀ ਰਾਜ ਚੋਹਾਨ ਤੀਜਾ ਅਤੇ ਮੁਹੰਮਦ ਗੋਰੀ ਵਿਚਕਾਰ 1191 ਈਸਵੀ ਵਿੱਚ ਹੋਇਆ ਸੀ ਮੁਹੰਮਦ ਗੋਰੀ ਦੀ ਹਾਰ ਹੋਈ ਇਸ ਵਿੱਚ ਅੱਗੇ ਹੈ ਤਰਾਇਨ ਦੀ ਦੇਖੋ ਦੂਜੀ ਲੜਾਈ ਦੇਖੋ ਅ ਇੱਕ ਨੈਕਸਟ ਸਾਲ ਦੇ ਵਿੱਚ ਯਾਨੀ ਕਿ 1192 ਇਸਵੀ ਵਿੱਚ ਹੋਈ ਸੀ ਇਸ ਵਿੱਚ ਪ੍ਰਥਵੀ ਰਾਜ ਚੋਹਾਨ ਦੀ ਹਾਰ ਹੋਈ ਸੀ ਤੇ ਗੋਰੀ ਦੀ ਜਿੱਤ ਯਾਨੀ ਕਿ ਉਲਟ ਹੋ ਗਿਆ ਸੀਗਾ ਉਸ ਤੋਂ ਬਾਅਦ ਹੈ ਚੋਹਾਨ ਵੰਸ਼ ਦਾ ਆਖਰੀ ਸ਼ਾਸਕ ਜਿਹੜਾ ਪ੍ਰਥਵੀ ਰਾਜ ਚੋਹਾਨ ਤੀਜਾ ਸੀ ਅੱਗੇ ਹੈ ਪਰਿਮਾਰ ਵੰਸ਼ ਦਾ ਸੰਸਥਾਪਕ ਉਪ ਉਪਿੰਦਰ ਰਾਜ ਸੀ ਜਿਸ ਦੀ ਰਾਜਧਾਨੀ ਦਾਰਾ ਨਗਰੀ ਸੀ ਇਸ ਦਾ ਮੁੱਖ ਰਾਜਾ ਰਾਜਾ ਭੋਜ ਸੀ ਇਸ ਨੇ ਭਪਾਲ ਵਿੱਚ ਭੋਜਪੁਰ ਝੀਲ ਦਾ ਨਿਰਮਾਣ ਕਰਵਾਇਆ ਸੀ ਰਾਜਾ ਭੋਜ ਨੇ ਕਵੀ ਰਾਜ ਦੀ ਪਾਦੀ ਲਈ ਹੋਈ ਸੀ ਇਸ ਨੇ ਸਰਸਵਤੀ ਮੰਦਰ ਬਣਵਾਇਆ ਦਾਰਾ ਨਗਰੀ ਵਿਖੇ ਉਸ ਤੋਂ ਬਾਅਦ 129ਵਾਂ ਕੁਐਸਚਨ ਦੇਖੋ ਇਹ ਹੋ ਗਿਆ ਇਹ ਹੈ ਬੁਦੇਲਖੰਡ ਵਿੱਚ ਚੰਦੇਲਾ ਦਾ ਉਦੇ ਹੋਇਆ ਅਤੇ ਬੁਦੇਲਖੰਡ ਦਾ ਪੂਰਾ ਨਾਮ ਜੱਜਾ ਕੁਬ ਬੁਤਰੀ ਸੀ ਇਸ ਵੰਸ਼ ਦਾ ਸੰਸਥਾਪਕ ਨੂੰਨਕ ਸੀ ਚੰਦੇਲਾ ਦੀ ਰਾਜਧਾਨੀ ਖੁਜਰਾਹੋ ਸੀ ਰਾਜਾ ਤਰਾਨੇ ਆਪਣੀ ਰਾਜਧਾਨੀ ਕਲਿੰਜਰ ਤੋਂ ਖੁਜਰਾਹੋ ਕੀਤੀ ਇਹਨਾਂ ਦਾ ਸਭ ਤੋਂ ਪ੍ਰਤਾਪੀ ਜਨ ਰਾਜਾ ਹੈ ਯਸ਼ੋਵਰਦਨ ਹੀ ਤਰਾਨੇ ਜੀਜਨਾਥ ਵਿਸ਼ਵਨਾਥ ਵਦਨਾਥ ਮੰਦਿਰ ਦਾ ਨਿਰਮਾਣ ਕਰਵਾਇਆ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬੋਰੀ ਮਹਾਰਾਸ਼ਟਰ ਵਿੱਚ ਸਭ ਤੋਂ ਪਹਿਲਾਂ 1.4 ਮਿਲੀਅਨ ਸਾਲ ਪਹਿਲਾਂ ਵਿਅਕਤੀ ਪੈਦਾ ਹੋਇਆ ਸੀ ਪੁਰਾਣੇ ਪੱਥਰ ਯੁੱਗ ਦੇ ਆਖਰੀ ਵਿੱਚ ਹੋਮੋ ਸੈਪੀਅਨ ਪੈਦਾ ਹੋਇਆ ਸੀ ਮੱਧ ਪੱਥਰ ਯੁੱਗ ਦੇ ਵਿੱਚ ਵਿਅਕਤੀ ਪੇਂਟਿੰਗ ਕਰਨ ਲੱਗ ਗਿਆ ਸੀ ਜਿਸ ਦਾ ਪ੍ਰਮਾਣ भीमबेटका मध्य प्रदेश ਤੋਂ ਮਿਲਦਾ ਹੈ ਇਸੇ ਤਰ੍ਹਾਂ ਪਹੀਏ ਦੀ ਖੋਜ ਨਵੇਂ ਪੱਥਰ ਯੁੱਗ ਵਿੱਚ ਹੋਈ ਸੀ ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ ਸਭ ਤੋਂ ਪਹਿਲਾਂ ਕਪਾਹ ਭਾਰਤ ਵਿੱਚ ਪੈਦਾ ਕੀਤੀ ਗਈ ਮੋਹਨਜੋਦੜੋ ਤੋਂ ਕਪਾਹ ਦੇ ਸਬੂਤ ਮਿਲੇ ਹਨ ਗ੍ਰੀਕ ਲੋਕ ਕਪਾਹ ਨੂੰ ਸੀਡਨ ਕਹਿੰਦੇ ਹਨ ਕਾਂਸੇ ਦੀ ਨਰਤਕੀ ਦੀ ਮੂਰਤੀ ਮੋਹਨਜੋਦੜੋ ਤੋਂ ਮਿਲੀ ਹੈ Vedic ਸਮੇਂ ਵਿੱਚ ਸਮ੍ਰਿਤੀ ਵਿੱਚ ਆਮ ਲੋਕ ਸਮਿਤੀ ਵਿੱਚ ਆਮ ਲੋਕ ਤੇ ਸਭਾ ਵਿੱਚ ਵੱਡੇ ਲੋਕ ਜੋ ਸ਼ਾਮਲ ਹੁੰਦੇ ਸਨ ਆ ਰਾਸ਼ਟਰ ਸ਼ਬਦ ਦੀ ਵਰਤੋਂ ਵੈਦਿਕ ਸਮੇਂ ਵਿੱਚ ਕੀਤੀ ਗਈ ਸੀ ਵੈਦਾਂ ਦੀ ਉਪੋਵੈਦ ਹਨ ਤਨੁਰਵੇਦ ਗੰਧਰਵ ਵੈਦ ਸ਼ਿਲਵੈਤ ਆਯੁਰਵੇਦ ਇਹ ਦੇਖੋ ਕਈ ਵਾਰੀ ਐਦਾਂ ਹੀ ਕੁਐਸਚਨ ਪੁੱਛ ਲੈਂਦੇ ਆਯੁਰਵੇਦ ਕੀ ਹੈ ਆਯੁਰਵੇਦ ਕਈ ਵਾਰੀ ਬੱਚੇ ਜੋ ਹੈਗੇ ਆ ਆਨਸਰ ਲਗਾ ਦਿੰਦੇ ਹਨ ਇਹ ਵੇਦ ਹੈ ਇਹ ਵੇਦ ਨਹੀਂ ਹੈ ਇਹ ਉਪਵੇਦ ਹੈ ਅੱਗੇ ਹੈ ਦੇਖੋ ਮੱਧਕਾਲੀਨ ਇਤਿਹਾਸ ਬਾਰੇ ਕੁਝ ਕੁਐਸਚਨ ਹੈ ਫਿਰ ਉਸ ਤੋਂ ਬਾਅਦ ਆਧੁਨਿਕ ਇਤਿਹਾਸ ਬਾਰੇ ਆਪਾਂ ਪੜਾਂਗੇ ਮੱਧਕਾਲੀਨ ਜਿਹੜਾ ਇਤਿਹਾਸ ਹਨ ਇਸ ਦੇ ਵਿੱਚ ਵੀ ਬੜੇ ਇੰਪੋਰਟੈਂਟ ਕੁਐਸਚਨ ਆ ਜਾਂਦੇ ਹਨ ਤੇ ਆਪਾਂ ਉਹ ਡਿਸਕਸ ਕਰਦੇ ਹਾਂ 139ਵਾਂ ਨੰਬਰ ਕੁਐਸਚਨ ਹੈ ਦੇਖੋ ਗੁਲਾਮ ਵੰਸ਼ ਨੂੰ ਮੈਂ ਦੋ ਤਿੰਨ ਲਾਈਨਾਂ ਦੇ ਵਿੱਚ ਹੀ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਲਾਮ ਵੰਸ਼ ਦਾ ਜਿਹੜਾ ਸ਼ਾਸਕ ਹੈ ਕੁਤਬੁਦੀਨ ਐ ਬਕਸੀ ਇਹ ਗੋਰੀ ਦਾ ਗੁਲਾਮ ਸੀ ਇਹ 1206 ਈਸਵੀ ਵਿੱਚ ਸੁਲਤਾਨ ਬਣਿਆ ਇਸਨੇ ਆਪਣੀ ਰਾਜਧਾਨੀ ਲਾਹੌਰ ਬਣਾਇਆ ਇਸ ਨੇ ਕੁਤਬੁਦੀਨ ਇਸਨੇ ਦੇਖੋ ਕੁਤਬ ਮੀਨਾਰ ਤੇ 2.5 ਦਿਨ ਦਾ ਝੌਂਪੜਾ ਬਣਾਇਆ ਸੀ ਇਸ ਨੂੰ ਲਖ ਬਖਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਇਹ ਕਿਸ ਦੀ ਗੱਲ ਹੋ ਰਹੀ ਹੈ ਇਹ ਕੁਤਬਉਦੀਨ ਐਬਕ ਦੀ ਗੱਲ ਹੋ ਰਹੀ ਹੈ ਉਸ ਤੋਂ ਬਾਅਦ ਦੇਖੋ ਨਲੰਦਾ ਵਿਸ਼ਵ ਵਿਦਿਆਲਿਆ ਇਸਨੇ ਤੇ ਇਸ ਦੇ ਸੈਨਾ ਨਾਇਕ ਬਖਤਿਆਰ ਖਿਲਜੀ ਨੇ ਢਾਇਆ ਸੀ ਦੇਖੋ ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਤੇ ਇਹ ਕੁਐਸਚਨ ਹੈਗਾ ਕਿਹੜੀ ਯੂਨੀਵਰਸਿਟੀ ਇਸਨੇ ਤੋਂ ਆਈਸੀ ਉਹ ਸੀ ਕਿ ਨਲੰਦਾ ਯੂਨੀਵਰਸਿਟੀ ਇਸ ਦੀ ਚੌਸਰ ਜਾਂ ਚੋਗਾਨ ਇੱਕ ਗੇਮ ਹੈ ਇੱਕ ਖੇਡ ਹੈ ਉਹ ਘੋੜੇ ਤੋਂ ਡਿੱਗ ਕੇ ਇਸ ਦੀ ਜਿਹੜੀ ਹੈਗੀ ਹੈ ਇਹ ਗੇਮ ਖੇੜਦੇ ਹੋਏ ਮੌਤ ਜਿਹੜੀ ਹੈਗੀ ਆ ਉਹ ਹੋ ਗਈ ਸੀ ਇਸ ਤੋਂ ਬਾਅਦ ਅਗ ਹੈ ਇਲਤਮਿਸ਼ ਜੋ ਕਿ ਇਸ ਤੋਂ ਬਾਅਦ ਜਿਹੜਾ ਸੁਲਤਾਨ ਬਣਿਆ ਉਹ ਉਹ ਇਸ ਦਾ ਜਿਹੜਾ ਹੈਗਾ ਜਵਾਈ ਸੀਗਾ ਤੇ ਗੁਲਾਮ ਸੀ ਇਸ ਨੇ ਆਪਣੀ ਰਾਜਤਾਨੀ ਲਾਹੌਰ ਤੋਂ ਦਿੱਲੀ ਜਿਹੜਾ ਹੈਗਾ ਬਣਾ ਲਈ ਸੀ ਇਸ ਨੂੰ ਮਕਬਰਿਆਂ ਦਾ ਸੁਲਤਾਨ ਵੀ ਕਹਿੰਦੇ ਹਨ ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਮਕਬਰਿਆਂ ਦਾ ਸੁਲਤਾਨ ਕਿਸ ਨੂੰ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਹੈ ਇਲਤੁਮਿਸ਼ ਨੇ ਜਿਹੜਾ ਹੈਗਾ ਸੁਲਤਾਨ ਦੀ ਜਿਹੜੀ ਹੈਗੀ ਆ ਉਪਾਦੀ ਜਿਹੜੀ ਹੈਗੀ ਆ ਉਹ ਪਰਮਾਨਤਾ ਬਗਦਾਦ ਦੇ ਖਲੀਫਾ ਤੋਂ ਲਈ ਸੀ ਮਤਲਬ ਕਿ ਬਗਦਾਦ ਦੇ ਖਲੀਫਾ ਨੇ ਜਿਹੜੀ ਮਤਲਬ ਕਿ ਇਸ ਨੂੰ ਇਹ ਉਪਾਧੀ ਜਿਹੜੀ ਹੈਗੀ ਆ ਉਹ ਦਿੱਤੀ ਹੋਗੀ ਸੀਗੀ ਅੱਗੇ ਹੈ ਨਸੀਰਉਦੀਨ ਮੁਹੰਮਦ ਇੱਕ ਅਜੀਹਾ ਸੁਲਤਾਨ ਸੀ ਜੋ ਕਿ ਟੋਪੀਆਂ ਬਣਾ ਕੇ ਆਪਣਾ ਗੁਜ਼ਾਰਾ ਜੋ ਹੈ ਉਹ ਕਰਦਾ ਸੀ ਬਲਬਨ ਨੇ ਸਿਜਾਦ ਪ੍ਰਥਾ ਅਤੇ ਪਬੋਸ ਪ੍ਰਥਾ ਦੀ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਸੀ ਇਸ ਨੇ ਜਿਹੜੀ ਹੈ ਲੋਹ ਦੀ ਨੀਤੀ ਵੀ ਚਲਾਈ ਸੀ ਅਮੀਰ ਖੁਸਰੋ ਇਸ ਦੇ ਦਰਬਾਰ ਦਾ ਜਿਹੜਾ ਹੈਗਾ ਮੁੱਖ ਕਵੀ ਸੀ ਇਸ ਨੂੰ ਜਿੱਲੇ ਇਲਾਹੀ ਵੀ ਕਿਹਾ ਜਾਂਦਾ ਹੈ ਇਹ ਕੁਐਸਚਨ ਪੁੱਛਿਆ ਜਾਂਦਾ ਵੀ ਜਿੱਲੇ ਇਲਾਹੀ ਕਿਸ ਨੂੰ ਕਿਹਾ ਜਾਂਦਾ ਹੈ ਪਬੋਸ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਸੀ ਤੇ ਲੋਹੋ ਦੀ ਜਿਹੜੀ ਹੈਗੀ ਹੈ ਨੀਤੀ ਉਹ ਕਿਸ ਨੇ ਸ਼ੁਰੂ ਕੀਤੀ ਸੀ ਠੀਕ ਹੈ ਜਾਂ ਕਈ ਵਾਰੀ ਇਹ ਵੀ ਪੁੱਛ ਲੈਂਦੇ ਆ ਖusro ਜਿਹੜਾ ਹੈਗਾ ਕਿਸ ਦਾ ਦਰਬਾਰੀ ਕਵੀ ਸੀ ਇਹ ਦੇਖੋ ਇੱਕ ਲਾਈਨ ਦੇ ਵਿੱਚ ਹੀ ਮੈਂ ਜਿਹੜੀ ਹੈਗੀ ਆ ਉਹ ਇਸ ਨੂੰ ਕੁਐਸਚਨ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਗੇ ਹੈਗਾ ਖਿਲਜੀ ਵੰਸ਼ ਜੇ ਲਾਲੂਦੀਨ ਦਾ ਪਹਿਲਾ ਜਿਹੜਾ ਸੰਸਥਾਪਕ ਸੀ ਇਸ ਦੀ ਜਿਹੜੀ ਹੱਤਿਆ ਸੀ ਇਸ ਦੇ ਭਤੀਜੇ ਤੇ ਜੋ ਆਈ ਅਲਾਉਦੀਨ ਖਿਲਜੀ ਨੇ 1996 ਈਸਵੀ ਵਿੱਚ ਕੀਤੀ ਸੀ अलाउद्दीन खिलजी देखो अजेहा सुल्तान ਸੀ ਜਿਸ ਨੇ ਸੈਨਾ ਨੂੰ ਨਗਦ ਤਨਖਾਹ ਦੇਣੀ ਸ਼ੁਰੂ ਕੀਤੀ ਸੀ ਇਸ ਕੋ ਸਭ ਤੋਂ ਵੱਧ ਸੈਨਾ ਸੀ ਇਹ ਕੁਐਸਚਨ ਪੁੱਛਦੇ ਨੇ ਕਿ ਨਗਦ ਤਨਖਾਹ ਕਿਸ ਨੇ ਦੇਣੀ ਸ਼ੁਰੂ ਕੀਤੀ ਸੀ ਅੱਛਾ ਦੇਖੋ ਅਗੇ ਕੁਐਸਚਨ ਹੈ ਕੋੜੇ ਦਾਗਨ ਦਾ ਕੰਮ ਤੇ ਸੈਨਾ ਦਾ ਹੁਲੀਆ ਨੋਟ ਕਰਨ ਦਾ ਕੰਮ ਜੋ ਹੈ ਇਸ ਨੇ ਹੀ ਸ਼ੁਰੂ ਕੀਤਾ ਸੀ ਇਸ ਨੇ ਟੈਕਸ ਜਿਹੜਾ ਹੈਗਾ 1/2 ਕਰ ਦਿੱਤਾ ਸੀ ਇਸ ਨੇ ਘੱਟ ਤੋਲਣ ਵਾਲਿਆਂ ਦਾ ਉਹਨਾਂ ਉਹਨਾਂ ਦਾ ਉਹਨਾਂ ਮਾਸ ਕੱਟ ਕੇ ਮਤਲਬ ਕਿ ਉਹ ਤੋਲਦਾ ਸੀ ਕਿ ਜਿੰਨਾ ਮਾਸ ਮਤਲਬ ਕਿ ਉਹਨਾਂ ਦਾ ਉਹਨਾਂ ਮਾਸ ਕੱਟ ਲਿਆ ਜਾਂਦਾ ਸੀ ਜਿੰਨਾ ਉਹ ਘੱਟ ਤੋਲਦੇ ਸਨ ਇਹ ਇਸ ਨੇ ਮੂਲ ਜਿਹੜਾ ਹੈਗਾ ਨਿਧਾਰਨ ਪ੍ਰਣਾਲੀ ਵੀ ਸਥਾਪਿਤ ਕੀਤੀ ਸੀ ਮਤਲਬ ਕਿ ਮੁੱਲ ਜਿਹੜਾ ਹੈਗਾ ਉਹ ਨਿਧਾਰਤ ਕੀਤਾ ਜਾਂਦਾ ਸੀ ਵੀ ਇਸ ਚੀਜ਼ ਦਾ ਪਈ ਇਹ ਮੁੱਲ ਹੈ ਇਸ ਤੋਂ ਜਿਹੜਾ ਹੈਗਾ ਵੱਧ ਕੋਈ ਮੁੱਲ ਜਿਹੜਾ ਹੈਗਾ ਨਹੀਂ ਲੈ ਸਕਦਾ ਜੇ ਕੋਈ ਲੈਂਦਾ ਸੀ ਤਾਂ ਉਸ ਦੇ ਉੱਤੇ ਜਿਹੜੀ ਹੈਗੀ ਪ੍ਰੋਪਰ ਕਾਰਵਾਈ ਕੀਤੀ ਜਾਂਦੀ ਸੀ ਅ ਇਸ ਨੇ ਜਿਹੜਾ ਵਿਅਕਤੀ ਸੀ ਇਸ ਨੇ ਜਿਹੜਾ ਦੱਖਣ ਦੀ ਜਿੱਤ ਲਈ ਅ ਮਲਿਕ ਗਫੂਰ ਨੂੰ ਭੇਜਿਆ ਸੀ ਇਸ ਨੇ ਜੈ ਅਨਮਤ ਖਾਨਾ ਖਾਨਾ ਜਹਮਤ ਖਾਨਾ ਤੇ ਮਸਜਿਦ ਅ ਅਲਾਈ ਦਰਵਾਜਾ ਸੀਰੀ ਦਾ ਕਿਲਾ ਤੇ ਹਜ਼ਾਰ ਖੰਬਿਆਂ ਵਾਲਾ ਮਹਿਲ ਬਣਾਇਆ ਸੀਗਾ ਇਸ ਨੇ ਦੇਵੀ ਧਿਕਾਨ ਨੂੰ ਚਲਾਇਆ ਸੀਗਾ ਤੇ ਚਿਤੋੜ ਦੀ ਰਾਣੀ ਰਤਨ ਸਿੰਘ ਦੀ ਪਤਨੀ ਨੇ ਜੋਹਰ ਕੀਤਾ ਸੀ ਇਸ ਦਾ ਨਾਮ ਪਦਮਨੀ ਸੀ ਅੱਛਾ ਅੱਗੇ ਹੈ ਤੁਗਲਕ ਵਾਂਗ ਤੁਗਲਕ ਵੰਸ਼ ਦਾ ਜਿਹੜਾ ਸੰਸਥਾਪਕ ਸੀ ਦੇਖੋ ਗਿਆਸੂਦੀਨ ਤੁਗਲਕ ਸੀ ਇਸਨੇ ਤੁਗਲਕ ਕਵੰਸ਼ ਦੀ ਨੀਂ ਰੱਖੀ ਇਸ ਨੂੰ ਨਹਿਰਾਂ ਬਣਾਉਣ ਵਾਲਾ ਪਹਿਲਾ ਸੁਲਤਾਨ ਵੀ ਕਿਹਾ ਜਾਂਦਾ ਹੈ ਮੁਹੰਮਦ ਬਿਨ ਤੁਗਲਕ ਦਾ ਨਾਮ ਜੂਨਾ ਖਾਨ ਸੀ ਇਸਨੇ ਰਈ ਰਵਾਈਤਿਕ ਕਰਕੇ ਇਸ ਨੂੰ ਸੱਪਨਸ਼ੀਲ পাগল ਅਤੇ ਖੂਨ ਪੀਣ ਵਾਲੇ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ ਇਸ ਨੇ ਆਪਣੀ ਰਾਜਸਥਾਨੀ ਦੇਖੋ ਦਿੱਲੀ ਤੋਂ ਦੇਵਾਗਰੀ ਬਣਾ ਲਈ ਤੇ ਦੇਵਾਗਰੀ ਦਾ ਨਾਮ ਬਦਲ ਕੇ ਦੋਲਤਾਬਾਦ ਰੱਖ ਦਿੱਤਾ ਉਸ ਤੋਂ ਬਾਅਦ ਇਸ ਨੇ ਪਿੱਤਲ ਤੇ ਤਾਂਬੇ ਦੇ ਸਿੱਕੇ ਚਲਾਏ ਇਬਨ ਬਤੂਤਾ ਅਫਰੀਕਾ ਮਰੱਕੋ ਤੋਂ ਜੋ ਮਤਲਬ ਕਿ ਇਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਉਸਨੇ ਆਪਣੇ ਕਿਤਾਬ ਰੋਹਿਲਾ ਵਿੱਚ ਤੁਗਲਕ ਬਾਰੇ ਲਿਖਿਆ ਉਸ ਤੋਂ ਬਾਅਦ ਹੈ ਹਰੀ ਹਕ ਤੇ ਬੁੱਕਾ ਨੇ 1336 ਈਸਵੀ ਵਿੱਚ ਜਿਹੜਾ ਇੱਕ ਸੁਤੰਤਰ ਵਿਜੇਨਗਰ ਰਾਜ ਦੀ ਨੀਂ ਰੱਖੀ ਇਸ ਦੀ ਰਾਜਧਾਨੀ ਹੰਪੀ ਸੀ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਹੰਪੀ ਕਿਸ ਦੀ ਰਾਜਧਾਨੀ ਸੀ ਪ੍ਰਸਿੱਧ ਵਿਸ਼ਨਠ ਵਿਸ਼ੁਟ ਸੁਆਮੀ ਮੰਦਿਰ ਹੰਪੀ ਵਿੱਚ ਹੈ ਅੱਗੇ ਹੈ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਦੇਖੋ ਹੰਪੀ ਦਾ ਚਿੱਤਰ ਜੋ ਅੱਜਕੱਲ ਨਵੇਂ ਨੋਟ ਚੱਲਦੇ ਹਨ ਉਹਨਾਂ ਚੋਂ ਕਿਸ ਕਿਹੜੇ ਨਵੇਂ ਨੋਟ ਹੈ 50 ਰੁਪਏ ਦਾ ਜੋ ਨਵਾਂ ਨੋਟ ਹੈ ਜੀ ਉਸ ਦੇ ਉੱਤੇ ਹੰਪੀ ਦੀ ਜਿਹੜੀ ਹੈਗੀ ਆ ਚਿੱਤਰ ਉਰੇ ਬੈਕ ਸਾਈਡ ਤੇ ਉਹਦਾ ਚਿੱਤਰ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ ਅੱਗੇ ਦੇਖੋ ਫਿਰੋਜ਼ ਸ਼ਾ ਤੁਗਲਕ ਇਸ ਨੇ ਪਹਿਲੀ ਵਾਰੀ ਹਿੰਦੂਆਂ ਤੇ ਜਜ਼ੀਆ ਕਰ ਲਗਾਇਆ ਫਿਰੋਜ਼ ਸ਼ਾ ਨੇ 3000 ਨਵੇਂ ਸ਼ਹਿਰ ਬਣਾਏ ਜਿਨ੍ਹਾਂ ਵਿੱਚ ਦੇਖੋ ਮੁੱਖ ਆਪਾ ਸ਼ਹਿਰ ਜੋ ਹਨ ਜਿਵੇਂ ਕਿ ਹਿਸਾਰ ਫਿਰੋਜ਼ਾਬਾਦ ਫਤਿਹਬਾਦ ਜੌਨਪੁਰ ਫਿਰੋਜ਼ਪੁਰ ਫਿਰੋਜ਼ਪੁਰ ਜੋ ਆ ਅੱਜਕੱਲ ਆਪਣੇ ਪੰਜਾਬ ਦਾ ਸ਼ਹਿਰ ਹੈ ਉਸ ਤੋਂ ਬਾਅਦ ਅੱਗੇ ਹੈ ਫਿਰੋਜ਼ ਸ਼ਾਹ ਦੇ ਸਮੇਂ ਹੀ ਖਿਜਰਾਬਾਦ ਟੋਪਰਾ ਇੱਕ ਪਿੰਡ ਦਾ ਨਾਮ ਹੈ ਅਤੇ ਮਿਰਰ ਤੋਂ ਅਸ਼ੋਕ ਦੇ ਦੋ ਸਤੰਭ ਲਿਆ ਕੇ ਦਿੱਲੀ ਵੀ ਖਿੜਾਏ ਗਏ ਇੱਕ ਵਾਰ ਸਵਾਲ ਪੁੱਛਿਆ ਜਾਂਦਾ ਵੀ ਕਿਸ ਦੇ ਸ਼ਾਸਨ ਕਾਲ ਵਿੱਚ ਜਾਂ ਕਿਸ ਨੇ ਜਿਹੜੇ ਹੈਗੇ ਆ ਇਹ ਜੋ ਸਤੰਭ ਸੀਗੇ ਸ਼ੋਕ ਦੇ ਉਹ ਦਿੱਲੀ ਲਗਵਾਈ ਸਨ ਅ ਇਸ ਨੇ ਮੁਸਲਮਾਨਾਂ ਲਈ ਅਨਾਥ ਤੇ ਵਿਧਵਾਵਾਂ ਔਰਤਾਂ ਲਈ ਦੀਵਾਨੇ ਖੈਰਾਤ ਨਾਂ ਦੇ ਵਿਭਾਗ ਦੀ ਦੇਖੋ ਸਥਾਪਨਾ ਕੀਤੀ ਹੈ ਇਸ ਦੇ ਸਮੇਂ ਦੌਰਾਨ ਹੀ ਦਾਸਾਂ ਦੀ ਸਭ ਤੋਂ ਵੱਧ ਸੰਖਿਆ ਸੀ ਦਾਸ ਦੇਖੋ ਇਸ ਨੇ ਸਭ ਤੋਂ ਵੱਧ ਜਿਹੜੇ ਹੈਗੇ ਆ ਉਹ ਰੱਖੇ ਹੋਏ ਸਨ ਅੱਗੇ ਦੇਖੋ ਫਿਰੋਜ਼ ਸ਼ਾਹ ਦੀ ਆਤਮ ਕਥਾ ਬਰੇ ਆ ਗਿਆ ਫਤੂਹ ਇਹ ਫਰੋਸ਼ਾਹੀ ਇਹ ਦੇਖੋ 32 ਪੇਜਾਂ ਦੀ ਹੈ ਤੇ ਉਸ ਤੋਂ ਬਾਅਦ ਹੈ ਇਸ ਨੇ ਜਵਾਲਾਮੁਖੀ ਦਾ ਮੰਦਿਰ ਲੁੱਟਿਆ ਸੀ ਇਸ ਨੇ 1300 ਗ੍ਰੰਥਾਂ ਵਿੱਚੋਂ ਕੁਝ ਨੂੰ ਫਾਰਸੀ ਵਿੱਚ ਲਿਖਵਾਇਆ ਸੀ ਉਸ ਤੋਂ ਬਾਅਦ ਅੱਗੇ ਆ ਗਿਆ ਸੈਦ ਵਾਂਸ਼ ਇਹ ਖਿਜਰ ਖਾਨ ਨੇ ਇਸ ਦੀ ਸਥਾਪਨਾ ਕੀਤੀ ਸੀ ਇਹਨਾਂ ਦਾ ਆਖਰੀ ਜੋ ਸ਼ਾਸਕ ਸੀ ਅਲਾਉਦੀਨ ਆਲਮ ਸ਼ਾ ਸੀ ਇਸ ਬਾਰੇ बस ਇੰਨੀ ਕੀ ਜਾਣਕਾਰੀ ਹੈ ਤੇ ਅੱਗੇ ਹੈ ਲੋਧੀ ਵੰਸ਼ ਜੋ ਕਿ ਬੜਾ ਇੰਪੋਰਟੈਂਟ ਹੈ ਲੋਧੀ ਵੰਸ਼ ਇਸ ਦੀ ਜਿਹੜੀ ਵੰਸ਼ ਦਾ ਗ੍ਰਹ ਸੰਸਥਾਪਕ ਸੀ ਬਹਿਲੋਲ ਲੋਧੀ ਸੀਗਾ ਇਹ ਪਹਿਲਾ ਅਫਗਾਨ ਸੀਗਾ ਉਸ ਤੋਂ ਬਾਅਦ ਆ ਗਿਆ ਅੱਗੇ ਆ ਗਿਆ ਸਿਕੰਦਰ ਲੋਧੀ ਇਸ ਨੇ ਗਜੇ ਸਿਕੰਦਰੀ ਚਲਾਇਆ ਸੀ ਇਸ ਨੇ ਆਗਰਾ ਨੂੰ ਆਪਣੀ ਨਵੀਂ ਰਾਜਧਾਨੀ ਬਣਾਇਆ ਇਸ ਨੇ ਜਵਾਲਾਮੁਖੀ ਦੀ ਮੂਰਤੀ ਤੋੜ ਕੇ ਕਸਾਈਆਂ ਨੂੰ ਮਾਸ ਮਾਸ ਤੋਲਣ ਵਾਸਤੇ ਦਿੱਤੀ ਸੀ ਇਸ ਨੇ ਤਾਜ਼ੀਆ ਤੇ ਪੀਰਾਂ ਦੀ ਦਰਗਾਹ ਤੇ ਆਉਣ ਉੱਤੇ ਪਾਬੰਦੀ ਲਗਾ ਦਿੱਤੀ ਗਲੇ ਦੀ ਬਿਮਾਰੀ ਕਾਰਨ ਇਸ ਦੀ ਜੋ ਹੈ ਮੌਤ ਹੋ ਗਈ ਸੀ ਉਸ ਤੋਂ ਬਾਅਦ ਅੱਗੇ ਆ ਗਿਆ ਇਸ ਤੋਂ ਬਾਅਦ ਇਬਰਾਹਿਮ ਲੋਦੀ ਜੋ ਗੱਦੀ ਤੇ ਬੈਠਿਆ ਜੋ ਪਾਣੀਪਤ ਦੀ ਪਹਿਲੀ ਲੜਾਈ 21 ਅਪ੍ਰੈਲ 1526 ਵਿੱਚ ਬਾਬਰ ਤੋਂ ਹਾਰ ਗਿਆ ਸੀ ਮਦਕਾਲੀਨ ਦਾ ਇਹ ਪਹਿਲਾ ਸ਼ਾਸਕ ਸੀ ਜੋ ਯੁੱਧ ਮੈਦਾਨ ਵਿੱਚ ਮਾਰਿਆ ਗਿਆ ਇਹ ਕੁਐਸਚਨ ਪੁੱਛ ਪੁੱਛ ਲੈਂਦੇ ਨੇ ਮੱਧਕਾਲੀਨ ਵਿੱਚ ਕਿਹੜਾ ਇਦਾਂ ਦਾ ਸ਼ਾਸਕ ਸੀ ਜੋ ਯੁੱਧ ਮੈਦਾਨ ਵਿੱਚ ਮਾਰਿਆ ਗਿਆ ਸੀ ਉਸ ਤੋਂ ਬਾਅਦ ਅੱਗੇ ਹੈ ਸੁਲਤਾਨ ਕਾਲ ਵਿੱਚ ਪ੍ਰਾਂਤ ਜਿਹੜਾ ਇਕਤਾ ਵਿੱਚ ਵੰਡਿਆ ਹੋਇਆ ਸੀ ਜਾਂ ਫਿਰ ਇਹਨਾਂ ਨੂੰ ਸੂਬਾ ਕਿਹਾ ਜਾਂਦਾ ਸੀ ਇਸ ਦਾ ਪ੍ਰਬੰਧਕ ਜੋ ਹੈਗਾ ਉਹ ਨਾਇਕ ਜਾਂ ਬਲੀ ਜਾਂ ਮੁਫਤੀ ਚਲਾਉਂਦੇ ਸੀ ਉਸ ਤੋਂ ਬਾਅਦ ਦੇਖੋ ਹੁਣ ਅੱਗੇ ਆਪਣੇ ਕੋ ਕੁਝ ਕੁਐਸਚਨ ਜੋ ਹਨ ਉਹ ਆ ਗਏ ਹਨ ਆਧੁਨਿਕ ਜੋ ਆਪਣਾ ਕਾਲ ਹੈ ਉਸ ਦੇ ਆਪਾਂ ਕੁਝ ਕੁਐਸਚਨ ਦੇਖਦੇ ਹਾਂ ਇਹ ਜਿਹੜਾ ਕੁਐਸਚਨ ਹੈਗੇ ਇਹ ਸਭ ਤੋਂ ਵੱਧ ਇੰਪੋਰਟੈਂਟ ਹਨ ਇਹ ਬਹੁਤ ਸਾਰੇ ਕੁਐਸਚਨ ਇਹਨਾਂ ਦੇ ਵਿੱਚੋਂ ਹੀ ਪੁੱਛੇ ਜਾਂਦੇ ਹਨ ਦੇਖੋ ਸ਼ੁਰੂ ਹੁੰਦਾ ਹੈ ਮੁਗਲ ਵੰਸ਼ ਤੋਂ ਮੁਗਲ ਜਿਹੜੇ ਹੈਗਾ ਬਾਬਰ ਨੇ ਮੁਗਲ ਵੰਸ਼ ਦੀ ਨੀਂਹ ਰੱਖੀ ਸੀ ਉਹ ਤੁਰਕੀ ਦਾ ਸੁੰਨੀ ਮੁਸਲਮਾਨ ਸੀ ਦੇਖੋ ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਬਾਬਰ ਨੇ ਪਹਿਲੀ ਵਾਰ ਬਾਦਸ਼ਾਹ ਦੀ ਪਦਵੀ ਧਾਰਨ ਕੀਤੀ ਬਾਬਰ ਨੇ ਪਹਿਲੀ ਵਾਰ ਤੋਪਖਾਨੇ ਦੀ ਵਰਤੋਂ ਪਾਣੀਪਤ ਦੀ ਲੜਾਈ ਵਿੱਚ ਕੀਤੀ ਸੀ ਬਾਬਰ ਨੂੰ ਉਦਾਰ ਹੋਣ ਕਾਰਨ ਕਲੰਦਰ ਵੀ ਕਿਹਾ ਜਾਂਦਾ ਸੀ ਖਾਨਵਾਦੀ ਜਿੱਤ ਤੋਂ ਬਾਅਦ ਗਾਜੀ ਦੀ उपाधि ਇਸ ਨੂੰ ਦਿੱਤੀ ਗਈ ਸੀ 17 ਮਾਰਚ 1527 ਵਿੱਚ ਰਾਣਾ ਸੰਗਾ ਤੇ ਬਾਬਰ ਵਿਚਕਾਰ ਇੱਕ ਲੜਾਈ ਹੋਈ ਇਸ ਵਿੱਚ ਬਾਬਰ ਦੀ ਜਿੱਤ ਹੋਈ ਬਾਬਰ ਨੇ चारबाग ਦਾ ਜ਼ਿਕਰ ਪਹਿਲੀ ਵਾਰ ਬਾਬਰ ਨਹੀਂ ਕੀਤਾ ਸੀ ਉਸ ਤੋਂ ਬਾਅਦ ਆ ਗਿਆ ਹਮਾਇੂ ਹਮਾਇੂ ਵੀ ਕਾਫੀ ਇੰਪੋਰਟੈਂਟ ਹੈ ਹਮਾਇੂ ਨੇ ਕੋਹਿੰਨूर ਹੀਰਾ ਗਵਾਲੀਅਰ ਦੇ ਰਾਜਾ ਵਿਕਰਮਜੀਤ ਦੇ ਪਰਿਵਾਰ ਤੋਂ ਲਿਆ ਸੀ ਹਮਾਇੂ ਦਾ ਨਾਮ ਨਸੀਰਉਦੀਨ ਹਮਾਇੂ ਸੀ ਇਹ ਚੋਸਾ ਅਤੇ ਕਨੌਜ ਦਾ ਬਿਲਗ੍ਰਾਮ 17 17 ਮਈ 1540 ਸ਼ੇਖਾ ਸੂਰੀ ਤੋਂ ਹਾਰ ਗਿਆ ਤੇ ਸਿੰਧ ਚਲਾ ਗਿਆ ਉੱਥੇ ਇਸ ਨੇ 15 ਸਾਲ ਬਿਤਾਏ ਹਮਾਇੂ ਜੋਤਸ਼ੀਆਂ ਵਿੱਚ ਬਹੁਤ ਵਿਸ਼ਵਾਸ ਰੱਖਦਾ ਸੀ ਇਸ ਕਰਕੇ ਉਹ ਹਫ਼ਤੇ ਦੇ ਹਰੇਕ ਦਿਨ ਵੱਖਰੇ ਰੰਗ ਦੇ ਕੱਪੜੇ ਪਾਉਂਦਾ ਸੀ ਇਸ ਦੀ ਮੌਤ ਪੁਸਤਕਾਲਿਆ ਦੀਆਂ ਪੋੜੀਆਂ ਤੋਂ ਡਿੱਗ ਕੇ ਹੋਈ ਸੀ ਇਸ ਦੀ ਮੌਤ ਬਾਰੇ ਵੀ ਪੁੱਛਿਆ ਜਾਂਦਾ ਇਸ ਦੀ ਮੌਤ ਕਿੱਦਾਂ ਹੋਈ ਸੀ ਅੱਗੇ ਦੇਖੋ ਸ਼ੇਰ ਸ਼ਾਹ ਸੂਰੀ ਜੀ ਇਹ ਵੀ ਬੜਾ ਇੰਪੋਰਟੈਂਟ ਹੈ ਸ਼ੇਰ ਸ਼ਾਹ ਸੂਰੀ ਦਾ ਨਾਮ ਜਿਹੜਾ ਫਰੀਦ ਖਾਨ ਸੀ ਇਸ ਨੇ ਸ਼ੇਰ ਖਾਨ ਦੀ ਉਪਾਧੀ ਬਿਹਾਰ ਦੇ ਅਫਗਾਨ ਸ਼ਾਸਕ ਮੁਹੰਮਦ ਬਹਾਨ ਖਾਨ ਲੋਹਾਨੀ ਨੇ ਦਿੱਤੀ ਸੀ ਸ਼ੇਰ ਖਾਨ ਸ਼ੇਰ ਖਾਨ ਸਮੇਂ ਮਤਲਬ ਕਿ ਸ਼ੇਰ ਸ਼ਾਹ ਸੂਰੀ ਦੇ ਸਮੇਂ ਲਾਲੀਆਪਾ ਉੱਪਰ ਦਾ 1/3 ਭਾਗ ਜੋ ਹੈ ਟੈਕਸ ਦੇ ਰੂਪ ਵਿੱਚ ਲਿਆ ਜਾਂਦਾ ਸੀ ਉਸ ਤੋਂ ਬਾਅਦ ਅੱਗੇ ਹੈ ਅਕਬਰ ਦੀ ਅਕਬਰ ਬੜਾ ਇੰਪੋਰਟੈਂਟ ਹੈ ਅਕਬਰ ਦੇ ਸ਼ਾਸਨ ਪ੍ਰਣਾਲੀ ਦਾ ਮੁੱਖ ਜਿਹੜਾ ਕੰਮ ਮੰਨਸਬਦਾਰੀ ਪ੍ਰਥਾ ਸੀ ਅਕਬਰ ਦਾ ਸਮਕਾਲੀ ਸ਼ੇਖ ਸਲੀਮ ਚਿਸਤੀ ਸੀ ਅਕਬਰ ਨੇ ਜਜ਼ੀਆ ਕਰ ਬੰਦ ਕਰ ਦਿੱਤਾ ਸੀ ਜੋ ਕਿ ਪਹਿਲੀ ਪਹਿਲੀ ਵਾਰ ਉਤਬੋਦੀਨ ਐਬਕ ਨੇ ਲਗਾਇਆ ਸੀ ਬਾਅਦ ਵਿੱਚ ਫਿਰ ਔਰੰਗਜੀਬ ਦੇ ਇਸ ਨੂੰ ਲਗਾ ਦਿੱਤਾ ਸੀ ਉਸ ਤੋਂ ਬਾਅਦ ਅੱਗੇ ਹੈ ਅਕਬਰ ਨੇ ਚਾਰ ਬਾਗ ਦੀ ਪ੍ਰਥਾ ਸ਼ੁਰੂ ਕੀਤੀ ਤਾਨसेन ਦਾ ਜਨਮ 1506 ਇਸਵੀ ਵਿੱਚ ਹੋਇਆ ਸੀ ਉਸ ਦਾ ਅਸਲੀ ਨਾਮ ਰਾਮ ਤਨੂ पांडे ਸੀ ਤਾਨ세 ਨੂੰ ਕੰਠ ਪਰਨ ਵਾਣੀ ਵੀ ਲਾਸ ਦੀ उपाधि ਅਕਬਰ ਨੇ ਦਿੱਤੀ ਸੀ ਅਕਬਰ ਦੇ ਕਾਲ ਨੂੰ ਹਿੰਦੀ ਸਾਹਿਤ ਦਾ ਸੁਨਹਿਰੀ ਕਾਲ ਵੀ ਕਿਹਾ ਜਾਂਦਾ ਹੈ ਮੁਗਲ ਕਾਲ ਦੀ ਰਾਜਸੀ ਭਾਸ਼ਾ ਫਾਰਸੀ ਸੀ ਇਹ ਬੜੀ ਵੱਡੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਮੁਗਲ ਕਾਲ ਦੇ ਵਿੱਚ ਜਿਹੜੀ ਹੈਗੀ ਹੈ ਭਾਸ਼ਾ ਰਾਜਸੀ ਭਾਸ਼ਾ ਕਿਹੜੀ ਸੀ ਕਈ ਵਾਰੀ ਅੱਪਾ ਕਰਦੇ ਕਰਦੇ ਉਰਦੂ ਜਾਂ ਅਰਬੀ ਜਾਂ ਕੋਈ ਹੋਰ ਭਾਸ਼ਾ ਲਗਾ ਦੇਣੇ ਆ ਪਰ ਫਾਰਸੀ ਭਾਸ਼ਾ ਉੱਥੇ ਤੁਸੀਂ ਅਨਸਰ ਲਗਾਣਾ ਹੈ ਫਾਰਸੀ ਭਾਸ਼ਾ ਜੋ ਹੈ ਰਾਜ ਦੀ ਰਾਜਸੀ ਭਾਸ਼ਾ ਸੀਗੀ ਮੁਗਲ ਮੁਗਲ ਕਾਲ ਸਮੇਂ ਅਕਬਰ ਨਗਾਰਾ ਵਜਾਉਂਦਾ ਸੀ ਅਕਬਰ ਨੇ ਦੀਨ ਇਲਾਹੀ ਧਰਮ ਚਲਾਇਆ ਜਿਸ ਨੂੰ ਸਭ ਤੋਂ ਪਹਿਲਾਂ ਬੀਰ ਬਲ ਨੇ ਅਪਣਾਇਆ ਸੀ ਕਈ ਵਾਰੀ ਇਹ ਕੁਐਸਚਨ ਪੁੱਛ ਲੈਂਦੇ ਨੇ ਅਕਬਰ ਦੇ ਬਾਰੇ ਤਾਂ ਸਭ ਜਾਣਦੇ ਹਨ ਕਿ ਉਸਨੇ ਜੋ ਹੈਗਾ ਜੋ ਹੈਗਾ ਅ ਟਰਮ ਦੀ ਨਿਲਾਹੀ ਚਲਾਇਆ ਪਰ ਉਹ ਕਿਸ ਨੇ ਸਭ ਤੋਂ ਪਹਿਲਾਂ ਅਡਾਪਟ ਕੀਤਾ ਸੀਗਾ ਉਸ ਬਾਰੇ ਨਹੀਂ ਪਤਾ ਲੱਗਦਾ ਕਿ ਵਾਰੀ ਤੇ ਬੀਰਬਲ ਉਸਤਦ ਜਿਹੜਾ ਹੈਗਾ ਆਨਸਰ ਹੈ ਕਿ ਬੀਰਬਲ ਨੇ ਸਭ ਤੋਂ ਪਹਿਲਾਂ ਇਸ ਟਰਮ ਨੂੰ ਅਡਾਪਟ ਕੀਤਾ ਸੀ ਅੱਗੇ ਹੈ ਜਹਾਂਗੀਰ ਇਸ ਦਾ ਨਾਮ ਸਲੀਮ ਸੀ ਇਸ ਦਾ ਪੂਰਾ ਨਾਮ ਨਸੀਰਉਦੀਨ ਮੁਹੰਮਦ ਜਹਾਂਗੀਰ ਬਾਦਸ਼ਾਹੀ ਗਾਜ਼ੀ ਸੀ ਠੀਕ ਹੈ ਨਿਆ ਦੀ ਜੰਜੀਰ ਦੁਆਰਾ ਨਿਆ ਦੀ ਜੰਜੀਰ ਜਿਹੜੀ ਹੈਗੀ ਆ ਉਹ ਆਗਰੇ ਦੇ ਕਿਲੇ ਵਿੱਚ ਲੱਗੀ ਹੋਈ ਸੀ ਜਿਸ ਦਾ ਜਿਸ ਦਾ ਪੁੱਤਰ ਖੁਸਰੋ ਸੀ ਜੋ ਕਿ ਗੁਰੂ ਅਰਜਨ ਦੇਵ ਜੀ ਨੂੰ ਗੋਬਿੰਦਵਾਲ ਵਿਖੇ ਮਿਲਿਆ ਸੀ ਇਹ ਕੁਐਸਚਨ ਨਾਲ ਹੀ ਇੱਥੇ ਅਟੈਚਮੈਂਟ ਕੀਤਾ ਹੈ ਕਿਉਂਕਿ ਇਹ ਕੁਐਸਚਨ ਪੁੱਛ ਲੈਂਦੇ ਨੇ ਖੁਸਰੋ ਕਿਸ ਦਾ ਪੁੱਤਰ ਸੀ ਇਹ ਉਹ ਕਿਹੜੇ ਗੁਰੂ ਸਾਹਿਬਾਨ ਨੂੰ ਮਿਲਿਆ ਸੀ ਉਸ ਤੋਂ ਬਾਅਦ ਅੱਗੇ ਕੋਸ਼ਣ ਹੈ ਨੂਰ ਜਹਾਂ ਬਾਰੇ ਨੂਰ ਜਹਾਂ ਦਾ ਅਸਲੀ ਨਾਮ ਮਹਿਰੂਨ ਈਸਾ ਸੀ ਅਤੇ ਉਹ ਜਹਾਂਗੀਰ ਦੀ ਪਤਨੀ ਸੀ ਨੂਰ ਜਹਾਂ ਦੀ ਮਾਂ ਅਸਤਮ ਬੇਗਮ ਨੇ ਇਤਰ ਬਣਾਉਣ ਦੀ ਵਿਧੀ ਲੱਭੀ ਸੀ ਜਹਾਂਗੀਰ ਸਮੇ ਮੁਗਲ ਚਿੱਤਰਕਾਰੀ ਸਿਖਰਾਂ ਤੇ ਸੀ ਇਸ ਕਰਕੇ ਇਸ ਨੂੰ ਚਿੱਤਰ ਕਾਲੀਦਾਸ ਸੁਨਹਿਰੀ ਕਾਲ ਵੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਇਹ ਇਤ ਮਾਇੋ ਦੋਲਾ ਦੇ ਮਕਬਰੇ ਵਿੱਚ ਸਭ ਤੋਂ ਪਹਿਲੀ ਵਾਰ ਪਿਤਰਾ ਦੂਆ ਦੀ ਵਰਤੋਂ ਕੀਤੀ ਗਈ ਸੀ ਇਹ ਮਕਬਰਾ ਨੂਰਜਹਾਂ ਨੇ 1626 ਵਿੱਚ ਬਣਵਾਇਆ ਸੀ ਜਹਾਂਗੀਰ ਦੇ ਸਮੇਂ ਕੈਪਟਨ ਹਾਕਿੰਗ ਪਹਿਲਾ ਸੀਗਾ ਅਤੇ ਇਸ ਤੋਂ ਇਲਾਵਾ ਸਰ ਟਾਮਸ ਰੋ ਵਿਲੀਅਮ ਫਿਚ ਐਡਵਿਡ ਟੈਰੀ ਆਦਿ ਯੂਰੋਪੀਅਨ ਇਸ ਸਮੇਂ ਭਾਰਤ ਵਿੱਚ ਆਏ ਸਨ ਅੱਗੇ ਆ ਗਿਆ ਦੇਖੋ ਜੀ ਸ਼ਾਹਜਹਾਂ ਉਸਤਾਦ ਈਸਾ ਨੇ ਤਾਜਮਹਿਲ ਦੀ ਰੂਪਰੇਖਾ ਤਿਆਰ ਕੀਤੀ ਸੀ ਅਤੇ ਇਸ ਨੂੰ ਉਸਤਾਦ ਅਹਿਮਦ ਲਾਹੌਰੀ ਨੇ ਬਣਵਾਇਆ ਸੀ ਇਹ ਕੁਐਸਚਨ ਬੜੀ ਵਾਰੀ ਪੁੱਛਿਆ ਜਾਂਦਾ ਹੈ ਸ਼ਾਹਜਹਾਂ ਬਾਰੇ ਕੁਐਸਚਨ ਜਿਹੜੇ ਘੱਟ ਤੇ ਉਹ ਉਸਦੀ ਜੋ ਸ਼ਾਸਨ ਦੇ ਵਿੱਚ ਚੀਜ਼ਾਂ ਬੜੀਆਂ ਸੀ ਉਸ ਬਾਰੇ ਪੁੱਛ ਲੈਂਦੇ ਨੇ ਵੀ ਤਾਜਮਹਿਲ ਦੱਸੋ ਜੀ ਕਿਸ ਨੇ ਬਣਾਇਆ ਸੀਗਾ ਉਸਦੀ ਰੂਪਰੇਖਾ ਕਿਸ ਨੇ ਬਣਾਈ ਸੀ ਆ ਦੇਖੋ ਉਹਨਾਂ ਦੋਨਾਂ ਦੇ ਨਾਮ ਜਿਹੜੇ ਹੈਗੇ ਮੈਂ ਇਸ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਾਲ ਨੂੰ ਇਸ ਜਿਹੜਾ ਸ਼ਾਹਜਹਾਂ ਦੇ ਜਿਹੜੇ ਕਾਲ ਨੂੰ ਹੈਗਾ ਪਵਨ ਨਿਰਮਾਨ ਕਲਾ ਦਾ ਸੁਨਹਿਰੀ ਕਾਲ ਵੀ ਕਿਹਾ ਜਾਂਦਾ ਹੈ। ਆਗਰਾ ਦੀ ਮਸਜਿਦ ਜਿਹੜੀ ਹੈਗਾ ਉਸ ਦਾ ਨਿਰਮਾਨ ਵੀ ਸ਼ਾਹਜਹਾਂ ਦੀ ਜਿਹੜੀ ਪੁੱਤਰੀ ਨੇ ਕਰਵਾਇਆ ਸੀ। ਉਸ ਤੋਂ ਬਾਅਦ ਦੇਖੋ ਅੱਗੇ ਆ ਗਿਆ ਜੀ ਔਰੰਗਜ਼ੇਬ। ਔਰੰਗਜ਼ੇਬ ਦੇ ਬਾਰੇ ਜੋ ਹੈ ਇਸ ਦੇ ਗੁਰੂ ਮੀਰ ਮੁਹੰਮਦ ਹਕੀਮ ਸਨ। ਔਰੰਗਜੀਬ ਸੁੰਨੀ ਮੁਸਲਮਾਨ ਸੀ ਇਸ ਨੂੰ ਜਿੰਦਾ ਪੀਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਕਬਰ ਦਾ ਅ ਅਕਬਰ ਦਾ ਖਤਮ ਕੀਤਾ ਹੋਇਆ ਜਜ਼ੀਆ ਟੈਕਸ ਇਸ ਨੇ 1679 ਈਸਵੀ ਵਿੱਚ ਦੁਬਾਰਾ ਫਿਰ ਲਗਾ ਦਿੱਤਾ ਸੀ ਦੇਖੋ ਇਹ ਕੁਸ਼ਨ ਪੁੱਛ ਲੈਂਦੇ ਆ ਦੁਬਾਰਾ ਜਜ਼ੀਆ ਟੈਕਸ ਕਿਸ ਨੇ ਲਗਾਇਆ ਸੀ ਤਾਂ ਉਥਾ ਉਥੇ ਆਨਸਰ ਹੈਗਾ ਔਰੰਗਜੀਬ ਅੱਗੇ ਆਪਾਂ ਗੱਲ ਕਰਦੇ ਹਾਂ ਔਰੰਗਜ਼ੇਬ ਸਮੇਂ ਸਭ ਤੋਂ ਵੱਧ Hindu ਅਧਿਕਾਰੀ ਮੰਨਸਬਦਾਰ ਅਤੇ Hindu ਸੈਨਾ ਅਤੀ ਸੰ ਨਵਰੋਜਾ ਆਦੀ ਦੇ ਤਿਉਹਾਰ ਇਸ ਨੇ ਬੰਦ ਕਰਵਾ ਦਿੱਤੇ ਸਨ ਤੰਬਾਕੂ ਤੇ ਵੀ ਇਸ ਨੇ ਰੋਕ ਲਗਾਈ ਸੀ ਦੇਖੋ ਇਹ ਕੁਐਸਚਨ ਪੁੱਛਿਆ ਜਾਂਦਾ ਤੰਬਾਕੂ ਤੇ ਰੋਕ ਕਿਸ ਨੇ ਲਗਾਈ ਸੀ ਦੇਖੋ ਹੁਣ ਆ ਇਹ ਮੁਗਲਾਂ ਬਾਰੇ ਇੱਥੇ ਖਤਮ ਹੋ ਗਿਆ ਇਸ ਮੁਗਲ ਜਿਹੜਾ ਸਾਮਰਾਜ ਸੀਗਾ ਇਸ ਸਾਮਰਾਜ ਦੀਆਂ ਕਿਹੜੀਆਂ-ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਸਨ ਉਹਨਾਂ ਬਾਰੇ ਆਪਾਂ ਥੋੜਾ ਜਿਹਾ ਦੇਖ ਲੈਣੇ ਆ ਕਿਉਂਕਿ ਇਹਨਾਂ ਬਾਰੇ ਕੁਐਸਚਨ ਕਾਫੀ ਪੁੱਛ ਲਿਆ ਜਾਂਦਾ ਤੇ ਅੱਗੇ ਹੈਗਾ ਦੇਖੋ ਸਮਰਾਟ ਤੋਂ ਬਾਅਦ ਮਹੱਤਵਪੂਰਨ ਅਧਿਕਾਰੀ ਵਕੀਲ ਹੁੰਦਾ ਸੀ ਸਭ ਤੋਂ ਛੋਟੀ ਇਕਾਈ ਗ੍ਰਾਮ ਸੀ ਜਿਸ ਨੂੰ ਮਾਵਦਾ ਜਾਂ ਦਿਹਾ ਕਿਹਾ ਜਾਂਦਾ ਸੀ ਉਸ ਤੋਂ ਬਾਅਦ ਅਕਬਰ ਨੇ ਦਹਿਸ਼ਾਲਾ ਨਾਮ ਦੀ ਕਰ ਵਿਵਸਥਾ ਸ਼ੁਰੂ ਕੀਤੀ ਸੀ ਜਿਸ ਨੂੰ ਟੋਡਰਮਲ ਬੰਦੋਬਸ ਕਿਹਾ ਜਾਂਦਾ ਸੀ ਟੋਡਰਮਲ ਨੇ ਜਬਤੀ ਪ੍ਰਣਾਲੀ ਵੀ ਸ਼ੁਰੂ ਕੀਤੀ ਸੀ ਮੁਗਲ ਕਾਲ ਵਿੱਚ ਸਭ ਤੋਂ ਪਹਿਲਾਂ ਰੁਪਏ ਦੀ ਟੁਲਾਈ ਔਰੰਗਜ਼ੇਬ ਨੇ ਸ਼ੁਰੂ ਕੀਤੀ ਸੀ ਆਨੇ ਦੇ ਸਿੱਕੇ ਨੂੰ ਸ਼ਾਹਜਹਾਨ ਨੇ ਸ਼ੁਰੂ ਕੀਤਾ ਸਭ ਤੋਂ ਵੱਡੇ ਸੋਨੇ ਦਾ ਸਿੱਕਾ ਸ਼ਸ਼ਵਸੀ ਅਤੇ ਸੋਨੇ ਦੇ ਸਿੱਕਿਆਂ ਵਿੱਚੋਂ ਸਭ ਤੋਂ ਪ੍ਰਚਲਿਤ ਸਿੱਕਾ ਇਲਾਹੀ ਸੀ ਅੱਗੇ ਹੈਗਾ ਮੁਗਲ ਕਾਲ ਸਮੇਂ ਆਰਥਿਕ ਵਿਵਸਥਾ ਦਾ ਆਧਾਰ ਚਾਂਦੀ ਦਾ ਸਿੱਕਾ ਸੀ ਮੁਗਲ ਸੈਨਾ ਦਾ ਜਿਹੜੀ ਹੈਗੀ ਮੁਗਲ ਸੈਨਾ ਉਹ ਚਾਰ ਮਤਲਬ ਕਿ ਉਸ ਵਿੱਚ ਭਾਗਾਂ ਵਿੱਚ ਵੰਡੀ ਹੋਈ ਸੀ ਪੈਦਲ ਸੈਨਾ ਸੀ ਜਿਸ ਵਿੱਚ ਕੋੜ ਕੋਟ ਸਵਾਰ ਸੈਨਾ ਸੀ ਤੋਪਖਾਨੇ ਵਾਲੀ ਸੀਗੀ ਤੇ ਹਾਥੀ ਸੈਨਾ ਸੀ ਉਸ ਤੋਂ ਬਾਅਦ ਅੱਗੇ ਹੈਗਾ ਮਨਸਬਦਾਰੀ ਪ੍ਰਥਾ ਅਕਬਰ ਨੇ ਸ਼ੁਰੂ ਕੀਤੀ ਸੀ ਮਰਾਠਿਆਂ ਦਾ ਉਦੇ ਹੁਣ ਦੇਖੋ ਮਰਾਠਿਆਂ ਦੇ ਉਦੇ ਦੇ ਵਿੱਚ ਕਿਹੜੇ-ਕਿਹੜੇ ਇੰਪੋਰਟੈਂਟ ਕੁਐਸਚਨ ਬੰਦੇ ਆ ਸ਼ਿਵਜੀ ਦਾ ਸ਼ਿਵਾਜੀ ਦਾ ਸ਼ਿਵਾਜੀ ਦਾ ਦੇਖੋ ਜਨਮ ਇੰਪੋਰਟੈਂਟ ਹੈ 6 April 1627 ਈਸਵੀ ਵਿੱਚ ਸ਼ਿਵਨੇਰ ਦੁਰਗ ਦੇ ਨੇੜੇ ਹੋਇਆ ਇਹਨਾਂ ਦੇ ਜਿਹੜੇ ਪਿਤਾ ਦਾ ਨਾਮ ਸੀ ਸ਼ਾਜੀ ਭੋਸਲੇ ਸੀ ਤੇ ਮਾਤਾ ਦਾ ਨਾਮ ਜੀਜਾਬਾਈ ਸੀ ਇਹਨਾਂ ਦੇ ਗੁਰੂ ਕੋਂਡ ਦੇਵ ਸਨ ਸਭ ਤੋਂ ਪਹਿਲਾਂ ਸ਼ਿਵ ਸ਼ਿਵਾਜੀ ਨੇ ਤੋਰਨ ਦੀ ਪਹਾੜੀ ਤੇ ਮਤਲਬ ਕਿ ਉੱਥੇ ਇੱਕ ਕਿਲਾ ਸੀ ਉੱਥੇ ਕਬਜ਼ਾ ਕੀਤਾ ਸੀ ਸ਼ਿਵ ਸ਼ਿਵਾਜੀ ਜੀ ਜਿਹੜੀ ਰਾਜਤਾਨੀ ਹੈ ਰਾਏਗੜ ਸੀ ਇਹਨਾਂ ਦੀ ਮੌਤ 3 ਅਪ੍ਰੈਲ 1680 ਵਿੱਚ ਹੋਈ ਸੀ ਦੇਖੋ ਇਹਨਾਂ ਦੀ ਜਿਹੜਾ ਜਨਮ ਹੈਗਾ 6 ਅਪ੍ਰੈਲ ਤੇ ਮੌਤ ਜਿਹੜੀ ਗਈ ਹੈ 3 ਅਪ੍ਰੈਲ ਦੇਖੋ ਇਹ ਇੱਕੋ ਹੀ ਮੰਥ ਦੇ ਵਿੱਚ ਇਹ ਜੋ ਮੰਥ ਦੇ ਵਿੱਚ ਇੱਕ ਉਸੇ ਮੰਥ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਸੇ ਮੰਥ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਇਹ ਗੱਲ ਇੰਪੋਰਟੈਂਟ ਹੈ ਇਸ ਨੂੰ ਯਾਦ ਕਰਨਾ ਹੈ ਅੱਗੇ ਹੈ ਇਹਨਾਂ ਦੇ ਸ਼ਿਵਾਜੀ ਦੇ ਨੇ ਜਿਹੜਾ ਚੌਥਾ ਜਾਂ ਸਰਵਦੇਸ਼ ਮੁਖੀ ਕਰ ਲਗਾਏ ਦਿੱਲੀ ਤੇ ਪਹਿਲੀ ਵਾਰ ਹਮਲਾ ਕਰਨ ਵਾਲਾ ਪਹਿਲਾ ਪੇਸ਼ਵਾ ਬਾਜੀਰਾਓ ਪਹਿਲਾ ਸੀ ਬਾਲਾਜੀ ਬਾਜੀਰਾਓ ਨੂੰ ਨਾਨਾ ਸਾਹਿਬ ਵੀ ਕਿਹਾ ਜਾਂਦਾ ਹੈ ਅੱਗੇ ਹੈਗਾ 1857 ਦਾ ਵਿਦਰੋਹ ਇਹ ਵੀ ਬੜਾ ਇੰਪੋਰਟੈਂਟ ਹੈ ਇਸ ਵਾਰ ਇਹ ਦੇਖੋ ਕਿਡੀਆਂ-ਕਿਡੀਆਂ ਪਹਿਲਾਂ ਮੁਖਨ ਇਹ ਹੈਗੀਆਂ ਗੱਲਾਂ ਕਾਨਪੁਰ ਤੋਂ ਨਾਨਾ ਸਾਹਿਬ ਤੇ ਤਾਤੀਆ ਤੋਪੇ ਲਖਨਊ ਤੋਂ ਹਜਰਤ ਮਹਿਲ ਇਹ ਇਲਾਹਾਬਾਦ ਤੋਂ ਲਿਆਕਤ ਅਲੀ ਤੇ ਜਗਦੀਸ਼ਪੁਰ ਤੋਂ ਕੁਵਰ ਸਿੰਘ ਬਰੇਲੀ ਤੋਂ ਖਾਨ ਬਹਾਦਰ ਖਾਨ ਫੈਜ਼ਲਾਬਾਦ ਤੋਂ ਮੌਲਵੀ ਮੁਹੰਮਦ ਉੱਲਾ ਤੇ ਫਤਿਹਪੁਰ ਤੋਂ ਅਜੀਜ਼ ਉੱਲਾ ਨੇ ਵਿਦਰੋਹ ਦਾ ਵਿद्रोह ਦੀ ਜੋ ਪ੍ਰਧਾਨਗੀ ਜੋ ਹੈ ਉਹ ਕੀਤੀ ਹੈ ਇਹ ਬੜੇ ਇੰਪੋਰਟੈਂਟ ਨੇ ਇਹ ਬੜੇ ਯਾਦ ਕਰਨੇ ਜ਼ਰੂਰੀ ਨੇ ਪੁੱਛ ਲੈਂਦੇ ਨੇ ਕਿ ਕਿੱਥੋਂ ਕਿਸ ਨੇ ਅਗਵਾਈ ਕੀਤੀ ਸੀਗੀ ਤਾਤੀਆ ਤੋਂ ਪਹਿਦਾ ਅਸਲੀ ਨਾਮ ਰਾਮਚੰਦਰ 판ਡੂ ਰੰਗ ਸੀ ਪਹਿਲਾ ਅੰਗਰੇਜ਼ੀ ਵਿਦਰੋਹ ਸੰਨਿਆਸੀਆਂ ਦਾ ਦੁਆਰਾ ਕੀਤਾ ਗਿਆ ਸੀ ਪਹਿਲਾ ਅੰਗਰੇਜ਼ਾਂ ਦਾ ਵਿਰੋਧ ਵਿਦਰੋਹ ਦੇਖੋ ਕਿੰਨਾ ਨੇ ਕੀਤਾ ਸੀ ਸੰਨਿਆਸੀਆਂ ਨੇ ਕੀਤਾ ਸੀਗਾ ਇਹ ਇੰਪੋਰਟੈਂਟ ਕੁਐਸਚਨ ਹੈ ਅੱਗੇ ਹੈ ਦਾਦਾભાઈ ਨਾਰੋਜੀ ਪਹਿਲੇ ਭਾਰਤੀ ਸਨ ਜਿਨ੍ਹਾਂ ਨੇ ਬ੍ਰਿਟਿਸ਼ ਹਾਊਸ ਆਫ ਕਾਮਨ ਦਾ ਚੋਣ ਲੜਿਆ ਸੀ ਉਹਨਾਂ ਨੇ ਲਿਬਰਲ ਪਾਰਟੀ ਵੱਲੋਂ ਚੋਣ ਲੜਿਆ ਸੀ ਉਸ ਤੋਂ ਬਾਅਦ ਅੱਗੇ ਹੈ ਸਭ ਤੋਂ ਪਹਿਲਾ ਸਵਰਾਜ ਦੀ ਮੰਗ 1906 ਈਸਵੀ ਵਿੱਚ ਕੋਲਕਾਤਾ ਦੇ ਅਧਿਵੇਸ਼ਨ ਵਿੱਚ ਦਾਦਾભાઈ ਨਾਰੋਜੀ ਦੁਆਰਾ ਪੇਸ਼ ਕੀਤੀ ਗਈ ਸੀ ਉਸ ਤੋਂ ਬਾਅਦ ਹੈ 1907 ਵਿੱਚ ਸੂਰਤ ਦੇ ਅਦਿবেশਨ ਸਮੇਂ ਕਾਂਗਰਸ ਨਰਮ ਦਲ ਅਤੇ ਗਰਮ ਦਲ ਵਿੱਚ ਵੰਡੀ ਗਈ ਸੀ ਇਸ ਸਮੇਂ ਰਾਜ ਬਿਹਾਰੀ ਬੋਸ ਨੇ ਇਸ ਅਦਿবেশਨ ਦੀ ਪ੍ਰਧਾਨਗੀ ਕੀਤੀ ਸੀ ਉਸ ਤੋਂ ਬਾਅਦ ਹੈਗਾ ਵਿਵੇਕਾਨੰਦ ਨੇ 1893 ਈਸਵੀ ਚ ਸ਼ਿਕਾਗੋ ਵਿਖੇ ਭਾਸ਼ਣ ਦਿੱਤਾ ਸੀ ਇਸ ਕਰਕੇ ਇਸ ਨੂੰ ਤੂਫਾਨੀ Hindu ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਛਾ ਉਸ ਤੋਂ ਬਾਅਦ ਹੈ ਵੈਲ ਨਾਈਡ ਸਿਰਾਲੇ ਨੇ ਬਾਲ ਗੰਗਾਧਰ ਤਿਲਕ ਨੂੰ ਭਾਰਤ ਸੰਤੋਸ਼ ਦਾ ਜਨਕ ਵੀ ਕਿਹਾ ਸੀ ਅਗਿਆ ਲੀਗ ਦਾ ਜਿਹੜਾ ਸੰਵਿਧਾਨ 1907 ਵਿੱਚ ਕ੍ਰਾਚੀ ਵਿੱਚ ਬਣਿਆ ਅਤੇ ਇਸ ਦਾ ਪਹਿਲਾ ਅਦਿবেশਨ 1908 ਅੰਮ੍ਰਿਤਸਰ ਵਿਖੇ ਹੋਇਆ ਸੀ ਆਗਾ ਖਾਨ ਇਸ ਦੇ ਦੇਖਸਨ ਇਹਨਾਂ ਨੇ ਬੰਗਾਲ ਵੰਡ ਦਾ ਸਮਰਥਨ ਵੀ ਕੀਤਾ ਸੀ 1905 ਵਿੱਚ ਅੰਗਰੇਜ਼ਾਂ ਦੁਆਰਾ ਅ ਅੰਗਰੇਜ਼ ਸਰਕਾਰ ਨੇ ਮਹਾਤਮਾ ਗਾਂਧੀ ਨੂੰ ਕੇਸਰੀ ਹਿੰਦ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ ਉਸ ਤੋਂ ਬਾਅਦ ਗਾਂਧੀ ਨੂੰ ਭਾਰਤੀ ਅ ਗਾਂਧੀ ਨੂੰ ਪਰਤੀ ਕਰਵਾਉਣ ਵਾਲਾ ਸਰਜੈਂਟ ਵੀ ਕਿਹਾ ਜਾਂਦਾ ਹੈ ਜਦੋਂ ਪਹਿਲੇ ਵਿਸ਼ਵ ਯੁੱਧ ਵਿੱਚ ਗਾਂਧੀ ਨੇ ਲੋਕਾਂ ਨੂੰ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਸੀ ਗਾਂਧੀ ਜੀ ਨੇ ਸत्याग्रह ਦਾ ਸਭ ਤੋਂ ਪਹਿਲਾ ਪ੍ਰਯੋਗ ਅਫਰੀਕਾ ਵਿੱਚ ਅਤੇ ਭਾਰਤ ਵਿੱਚ ਸਭ ਤੋਂ ਪਹਿਲਾ ਪ੍ਰਯੋਗ 1917 ਵਿੱਚ ਚੰਪਾਰਨ ਵਿਖੇ ਕੀਤਾ ਸੀ ਇਸ ਨਾਲ ਤਿੰਨ ਇਕੱਠੀਆਂ ਪ੍ਰਥਾ ਜਿਹੜੀ ਹੈਗੀ ਆ ਉਹ ਖਤਮ ਹੋਈ ਸੀ ਇਹ ਬੜਾ ਇੰਪੋਰਟੈਂਟ ਕੁਸ਼ਨ ਹੈ ਕਿ ਭਾਰਤ ਵਿੱਚ ਦੱਸੋ ਜੀ ਗਾਂਧੀ ਜੀ ਨੇ ਜਿਹੜਾ ਸत्याग्रह ਹੈ ਉਹ ਜਿਹੜਾ ਹੈਗਾ ਕਿੱਥੇ ਕੀਤਾ ਸੀ ਤੇ ਉਹ ਹੈਗਾ 1917 ਚੰਪਾਰਨ ਵਿਖੇ ਉਸ ਤੋਂ ਬਾਅਦ ਇਹ ਜਲਿਆਂਵਾਲੇ ਬਾਗ ਵਿੱਚ ਸਰਕਾਰੀ ਰਿਪੋਰਟ ਅਨੁਸਾਰ 379 ਵਿਅਕਤੀ ਮਾਰੇ ਗਏ ਸਨ ਪਰ ਅਸਲ ਵਿੱਚ 1000 ਤੋਂ ਵੀ ਵੱਧ ਵਿਅਕਤੀ ਜੋ ਮਾਰੇ ਗਏ ਸਨ ਜਲਿਆਂਵਾਲਾ ਬਾਗ ਹੱਤਿਆਕਾਂਡ ਦੇ ਕਾਰਨ ਗਾਂਧੀ ਜੀ ਨੇ ਕੇਸਰੀ ਹਿੰਦ ਗਵਿੰਦਰ ਨਾਥ ਟੈਗੋਰ ਨੇ ਸਰਦੀ ਉਪਾਦੀ ਤੇ ਜਮਨਾਲ ਨੇ ਰਾਏ ਬਹਾਦਰ ਦੀ ਉਪਾਦੀ ਨੂੰ ਵਾਪਸ ਕਰ ਦਿੱਤਾ ਸੀ ਇਹ ਪੁੱਛ ਲੈਂਦੇ ਨੇ ਜਿਹੜਾ ਹੈਗਾ ਮਹਾਤਮਾ ਗਾਂਧੀ ਜੀ ਨੇ ਕੇਸਰੀ ਹਿੰਦ ਦੀ ਉਪਾਦੀ ਕਦੋਂ ਵਾਪਸ ਕੀਤੀ ਸੀ ਜਾਂ ਟੈਗੋਰ ਜੀ ਨੇ ਜਿਹੜੀ ਇਹ ਜਿਹੜੀ ਸਰਦੀ ਪਾਦੀ ਹੈ ਉਹ ਕਦੋਂ ਵਾਪਸ ਕੀਤੀ ਸੀ ਤੇ ਉਸ ਤੋਂ ਬਾਅਦ ਅਗਲਾ ਹੈਗਾ 203ਵਾਂ ਕੁਐਸਚਨ ਇਹਦੇ ਵਿੱਚ ਹੈ 19 ਅਕਤੂਬਰ 1919 ਨੂੰ ਭਾਰਤ ਵਿੱਚ ਖিলাਫਤ ਦਿਵਸ ਮਨਾਇਆ ਗਿਆ 1782 ਵਿੱਚ ਹیدر ਅਲੀ ਦੂਜੇ ਐਂਗਲੋ ਮੈਸੂਰ ਯੁੱਧ ਵਿੱਚ ਮਾਰਿਆ ਗਿਆ ਸੀ ਟੀਪੂ ਸੁਲਤਾਨ ਨੇ ਆਪਣੀ ਰਾਜਧਾਨੀ ਸਿਰੰਗਾਪਟਨਾ ਵਿਖੇ ਸੁਤੰਤਰਤਾ ਦਾ ਰੁਖ ਲਗਾਇਆ ਸੀ ਤੀਪੂ ਸੁਲਤਾਨ ਜੈਕੋਬਿਨ ਕਲੱਬ ਦਾ ਮੈਂਬਰ ਵੀ ਸੀ ਅੱਗੇ ਹੈ ਟੀਪੂ ਸੁਲਤਾਨ ਨੇ ਬਾਦਸ਼ਾਹ ਦੀ ਉਪਾਧੀ ਧਾਰਨ ਕੀਤੀ ਸੀ ਟੀਪੂ ਸੁਲਤਾਨ 1799 ਵਿੱਚ ਲਾਰਡ ਵੈਲਜਲੀ ਦੇ ਕਾਰਜਕਾਲ ਵਿੱਚ ਮਾਰਿਆ ਗਿਆ ਸੀ ਦੇਖੋ ਜੀ ਕਦੋਂ ਮਾਰੇ ਗਏ ਸੀ 1799 ਡੇਟ ਤੁਸੀਂ ਯਾਦ ਰੱਖ ਸਕਦੇ ਹੋ 1699 ਖਾਲਸਾ ਪੰਥ ਦੀ ਸਥਾਪਨਾ ਤੋਂ 100 ਸਾਲ ਬਾਅਦ ਇਹਨੂੰ ਇਦਾਂ ਯਾਦ ਰੱਖਣਾ ਹੈ ਤੁਸੀਂ ਤੇ ਅੱਗੇ ਹੈਗਾ ਲਾਵਾ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀਆਂ ਸਨ ਮੰਜੀ ਪ੍ਰਥਾ ਅ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ ਉਸ ਸਮੇਂ 22 ਮੰਜੀਆਂ ਸਨ ਇਹ ਮੰਜੀਆਂ ਦੀ ਸੰਖਿਆ ਅਕਵੇਰੀ ਪੁੱਛ ਲੈਂਦੇ ਆ ਜੀ ਅਕਬਰ ਨੇ ਗੁਰੂ ਰਾਮਦਾਸ ਨਾਲ ਗੋਬਿੰਦ왈 ਵਿਖੇ ਮੁਲਾਕਾਤ ਕੀਤੀ ਅਤੇ ਉਸ ਦੀ ਪੁੱਤਰੀ ਜਿਹੜੀ ਬੀਬੀ ਭਾਨੀ ਜੀ ਨੂੰ ਦਾਨ ਵਿੱਚ ਕਈ ਪਿੰਡਾਂ ਦੀ ਜ਼ਮੀਨ ਦਿੱਤੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਬਣਵਾਇਆ ਸੀ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੁਣਵਾਇਆ ਸੀ ਇਹ ਕੁਸ਼ਣ ਪੁੱਛ ਲੈਂਦੇ ਆ ਨੀਹਾਂ ਵਿੱਚ ਕਿਸ ਨੇ ਕਿਸ ਨੇ ਚੁਣਵਾਇਆ ਸੀਗਾ ਛੋਟੇ ਸਹਿਬਜ਼ਾਦਿਆਂ ਨੂੰ ਤਾਂ ਵਜ਼ੀਰ ਖਾਨ ਹੈ ਉਹਦਾ ਨਾਮ ਅੱਗੇ ਹੈ ਗੁਰੂ ਗੋਬਿੰਦ ਸਿੰਘ ਦੀ ਹੱਤਿਆ ਮੁਗਲ ਠੀਕ ਹੈ ਕਿਸ ਨੇ ਕੀਤੀ ਸੀ ਇਹ ਕੀਤੀ ਸੀ ਗੁਲਖਾਨ ਨੇ ਕੀਤੀ ਸੀ ਗੁਲਖਾਨ ਨਾਮ ਹੈ ਯਾਦ ਰੱਖਣ ਵਾਲੀ ਗੱਲ ਹੈ ਅੱਗੇ ਹੈ ਬਹਾਦਰ ਬੰਦਾ ਬਹਾਦਰ ਵਾਰੇ ਬੰਦਾ ਬਹਾਦਰ ਦੀ ਦੇਖੋ ਰਾਜਧਾਨੀ ਪੁੱਛ ਲੈਂਦੇ ਹੈ ਕਿ ਵੀ ਇਹ ਹੈ ਲੋਗੜ ਸੀ ਫਾਰਕਸ਼ੀਰ ਦੇ ਕਹਨ ਤੇ ਬੰਦਾ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ਤੋਂ ਫੜ ਕੇ ਮੌਤ ਦੀ ਸਜ਼ਾ ਜੋ ਹੈ ਜੂਨ 1716 ਈਸਵੀ ਦਿੱਲੀ ਵਿਖੇ ਦਿੱਤੀ ਗਈ ਸੀ ਇਹ ਥਾਂ ਪੁੱਛ ਲੈਂਦੇ ਆ ਕਈ ਵਾਰੀ ਬੰਦਾ ਉੱਥੇ ਲਾਹੌਰੀ ਲਗਾ ਦਿੰਦਾ ਤਾਂ ਉਹ ਆਨਸਰ ਗਲਤ ਹੋ ਜਾਂਦਾ ਦਿੱਲੀ ਵਿਖੇ ਸਜਾ ਮਿਲੀ ਸੀ ਤੇ ਜਿਹੜੀ ਹੈਗੀ ਕਿਸ ਨੇ ਜੋ ਮਤਲਬ ਕੀ ਇਸ ਨੂੰ ਪਕੜਨ ਦੇ ਉਦੇਸ਼ ਦਿੱਤੇ ਸੀ ਫਾਰੂਖ ਸ਼ੀਰ ਠੀਕ ਹੈ ਅੱਗੇ ਦੇਖੋ ਅੱਗੇ ਹੈ ਅੱਗੇ ਹੈਗਾ 213ਵਾਂ ਕੁਐਸਚਨ ਕਪੂਰ ਸਿੰਘ ਨੇ 1748 ਵਿੱਚ ਦਲ ਖਾਲਸਾ ਬਣਾਇਆ ਸੀ ਦਲਖਾਹ ਸਾਨੂੰ ਜੱਸਾ ਸਿੰਘ ਆਲੂ ਵਾਲੀਆ ਦੀ ਨਿਗਰਾਨੀ ਅਧੀਨ ਰੱਖਿਆ ਗਿਆ ਸੀ ਅੱਗੇ ਹੈਗਾ ਮਿਸਲ ਸ਼ਬਦ ਕਿਸ ਭਾਸ਼ਾ ਦਾ ਸ਼ਬਦ ਹੈ ਇਹ ਬਹੁਤ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੈ ਤੇ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸਮਾਨ ਬਰਾਬਰ ਇਕੁਅਲ ਉਸ ਤੋਂ ਬਾਅਦ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਵਿੱਚ ਸ਼ੁਕਰਚੱਕੀਆ ਮਿਸਲ ਦੇ ਮੁਖੀ ਮਹਾ ਸਿੰਘ ਦੇ ਘਰ ਹੋਇਆ ਸੀ ਇਸ ਦੇ ਦਾਦਾ ਜੀ ਦਾ ਨਾਮ ਚਰਤ ਸਿੰਘ ਸੀ ਉਸ ਤੋਂ ਬਾਅਦ ਹੈ 1700 1890 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਮਹਾਰਾਜਾ ਰਣਜੀਤ ਸਿੰਘ ਨੇ ਜੋ ਮਤਲਬ ਕਿ ਲਾਹੌਰ ਸ਼ਾਸਨ ਲਾਹੌਰ ਤੇ ਕਬਜ਼ਾ ਕੀਤਾ ਮਤਲਬ ਕਿ ਉਸ ਨੂੰ ਸ਼ਾਸਨ ਵਿੱਚ ਸ਼ਾਮਲ ਕੀਤਾ 1800 ਨੋ ਦੇ ਵਿੱਚ ਚਾਰਲਸ ਮੈਟਕਾਫ ਤੇ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਦੀ ਸੰਧੀ ਹੋਈ ਉਸ ਤੋਂ ਬਾਅਦ ਹੈ ਲਾਰਡ ਡਲਹੌਜੀ ਨੇ 29 ਮਾਰਚ 1849 ਨੂੰ ਭਾਰਤ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ਉਸ ਤੋਂ ਬਾਅਦ ਦਲੀਪ ਸਿੰਘ ਨੂੰ 50000 ਪੌਂਡ 50000 ਪੌਂਡ ਵਾਰਸ਼ਿਕ ਪੈਨਸ਼ਨ ਲਗਾਈ ਗਈ ਤੇ ਰਾਬਰਟ ਕਲਾਈਬ ਨੇ ਦੂਰੀ ਸ਼ਾਸਨ ਵਿਵਸਥਾ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਪਹਿਲੀ ਗਵਰਨਰ ਜਨਰਲ ਵਾਰਨ ਹੇਸਟਿੰਗ ਸੀ ਪਹਿਲਾ ਗਵਰਨਰ ਜਨਰਲ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਕੌਣ ਸੀ ਵਾਰਨ ਹੇਸਟਿੰਗ ਸੀ 1774 ਤੋਂ ਲੈ ਕੇ 1785 ਤੱਕ ਇਸ ਨੇ ਕਲਕੱਤਾ ਵਿਖੇ ਮੁਸਲਮਾਨਾਂ ਲਈ ਪਹਿਲਾ ਮਦਰਸਾ ਖੋਲ੍ਹਿਆ ਸੀ ਬੰਗਾਲ ਗੈਜਟ ਦੇਖੋ ਪਹਿਲਾ ਅਖਬਾਰ ਸੀ ਜੋਗੀ 1780 ਵਿੱਚ ਜੇਮਸ ਸਿੱਕੇ ਦੁਆਰਾ ਛਾਪਿਆ ਗਿਆ ਸੀ ਰੈਗੂਲੇਟਿੰਗ ਐਕਟ ਦੁਆਰਾ 1776 ਵਿੱਚ ਕੋਲਕੱਤਾ ਵਿਖੇ ਪਹਿਲਾ ਉੱਚ ਨਿਆਏ ਆਲਿਆ ਖੋਲ੍ਹਿਆ ਗਿਆ ਸੀਗਾ ਲਾਰਡ ਕਾਰਨੋਵਾਲਿਸ ਨੇ ਸਥਾਈ ਬੰਦਬਸਤ ਸ਼ੁਰੂ ਕੀਤਾ ਸੀ ਇਸ ਦੀ ਯੋਜਨਾ ਸਰ ਸ਼ੋਰ ਨੇ ਬਣਾਈ ਇਸ ਨੂੰ ਬੰਗਾਲ ਬਿਹਾਰ ਉੜੀਸਾ ਬਨਾਰਸ ਅਤੇ ਮਦਰਾਸ ਦੇ ਕੁਝ ਹਿੱਸਿਆਂ ਵਿੱਚ ਲਾਗੂ ਕੀਤਾ ਗਿਆ ਕਾਨੂੰਨ ਵਾਲਿਸ ਨੂੰ ਹੀ ਨਾਗਰਿਕ ਸੇਵਾ ਦਾ जनक ਵੀ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਅਗਲਾ ਕੁਸ਼ਚਨ ਹੈ ਲਾਰਡ ਹੇਸਟਿੰਗ ਨੇ ਪ੍ਰੈਸ ਤੇ ਲੱਗੇ ਪ੍ਰਤੀਬੰਧ ਹਟਾਏ ਸਨ ਚਾਰਲਸ ਮੈਟਕਾਫ ਨੇ ਵੀ ਪ੍ਰੈਸ ਤੋਂ ਪ੍ਰਤੀਬੰਧ ਹਟਾਏ ਸਨ ਜਿਸ ਕਰਕੇ ਇਸ ਨੂੰ ਪ੍ਰੈਸ ਦਾ ਮੁਕਤੀ ਦਾਤਾ ਵੀ ਕਿਹਾ ਜਾਂਦਾ ਹੈ ਅੱਗੇ ਕੁਐਸਚਨ ਆ ਗਿਆ ਲਾਰਡ ਕੈਨਨ ਸਮੇ 1857 ਦਾ ਵਿਦਰੋਹ ਹੋਇਆ ਸੀ ਲਾਰਡ ਕੈਨਨ ਪਹਿਲਾ ਵਾਇਸਰਾਏ ਤੇ ਆਖਰੀ ਗਵਰਨਰ ਜਨਰਲ ਸੀ ਇਹ ਬੜੀ ਇੰਪੋਰਟੈਂਟ ਗੱਲ ਹੈ ਲਾਰਡ ਲਾਰੈਂਸ ਦੇ ਸਮੇਂ ਵਿੱਚ ਉੜੀਸਾ ਬੁਦੇਲਖੰਡ ਅਤੇ ਰਾਏਪੁਰ ਵਿੱਚ ਭयंकर ਅਕਾਲ ਪੈਈ ਸਨ ਅੱਗੇ ਕੁਐਸਚਨ ਹੈ ਲਾਰਡ ਮਿਊ ਦੇ ਇਸ ਸਮੇਂ ਭਾਰਤ ਵਿੱਚ ਪਹਿਲੀ ਵਾਰੀ ਜਨਗਣਨਾ ਜਿਹਨੂੰ ਆਪਾਂ ਸੈਂਸਸ ਬੋਲਦੇ ਹਾਂ 1872 ਵਿੱਚ ਹੋਈ ਸੀ ਉਸ ਤੋਂ ਬਾਅਦ ਅੱਗੇ ਹੈਗਾ ਲਾਰਡ ਲਿਟਨ ਸਮੇਂ 1878 ਵਿੱਚ ਇੱਕ ਐਕਟ ਪਾਸ ਕੀਤਾ ਗਿਆ ਸੀ ਕਿ ਭਾਰਤੀ ਆਪਣੇ ਕੋਲ ਹਥਿਆਰ ਨਹੀਂ ਰੱਖ ਸਕਦੇ ਇਸ ਨੇ ਇਸ ਨੇ ਪ੍ਰੈਸ ਤੇ પ્રતિਬੰਧ ਇਸੇ ਸਾਲ ਲਗਾਈ ਸੰ ਅੱਗੇ ਹੈਗਾ ਲਾਰਡ ਰਿਪਨ ਨੇ ਪ੍ਰੈਸ ਨੂੰ ਆਜ਼ਾਦੀ ਦਿੰਦੇ ਹੋਏ 1882 ਵਿੱਚ ਪਾਸ ਹੋਏ ਵਰਨੇਕੂਲਰ ਪ੍ਰੈਕਸ ਐਕਟ ਨੂੰ ਰੱਦ ਕਰ ਦਿੱਤਾ ਸੀ ਉਸ ਤੋਂ ਬਾਅਦ ਹੈ ਇਲਬਰਟ ਵਿਦਰੋਹ ਨੂੰ ਸਫੇਦ ਵਿਦਰੋਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਾਂਗਰਸ ਦੀ ਸਥਾਪਨਾ ਲਾਰਡ ਡਫਰਿੰ ਦੇ ਸਮੇ ਹੋਈ ਸੀ ਲਾਰਡ ਮਿੰਟੋ ਦੂਜੇ ਦੇ ਸਮੇ ਮੁਸਲਿਮ ਲੀਗ ਦੀ ਸਥਾਪਨਾ ਆਗਾ ਖਾਨ ਤੇ ਮੁਸਲਿਮ ਉੱਲਾ ਖਾਨ ਸਲੀਮ ਉੱਲਾ ਖਾਨ ਦੇ ਦੁਆਰਾ ਟਾਕਾ ਵਿਖੇ 1906 ਇਸਵ ਵਿੱਚ ਕੀਤੀ ਗਈ ਸੀ ਅੱਗੇ ਹੈ ਮੁਸਲਮਾਨਾਂ ਨੂੰ ਵੱਖਰੀਆਂ ਸੀਟਾਂ ਮਾਰਲੇ ਮਿੰਟੋ ਸੁਧਾਰ 1909 ਦੇ ਅਧਿਨਿਯਮ ਦੁਆਰਾ ਮਿਲੇ ਸਨ ਲਾਰਡ ਹਾਰਡਿੰਗ ਦੇ ਸਮੇਂ ਬ੍ਰਿਟਨ ਬ੍ਰਿਡਨ ਦੇ ਮਹਾਰਾਜਾ ਜਾਂਜ ਪੰਜਵਾਂ ਭਾਰਤ ਆਇਆ ਅਤੇ ਇਸਨੇ ਦਿੱਲੀ ਵਿੱਚ ਇੱਕ ਦਰਬਾਰ ਲਗਾਇਆ ਜਿਸ ਵਿੱਚ ਬੰਗਾਲ ਦੀ ਵੰਡ ਨੂੰ ਭੰਗ ਕੀਤਾ ਗਿਆ ਅਤੇ ਉਸੇ ਦਿਨ 12 ਦਸੰਬਰ 1911 ਨੂੰ ਭਾਰਤ ਦੀ ਰਾਜਧਾਨੀ ਕਲਕੱਤਾ ਤੋਂ ਬਦਲ ਕੇ ਦਿੱਲੀ ਕਰ ਦਿੱਤਾ ਗਿਆ ਸੀ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ ਇਹ ਇਹ ਬਣੀ 12 ਦਸੰਬਰ 1911 ਦੇ ਵਿੱਚ ਤੇ ਇਹ ਯਾਦ ਰੱਖ ਲੋ ਬੜਾ ਇੰਪੋਰਟੈਂਟ ਕੁਐਸਚਨ ਹੈ ਅੱਗੇ ਹੈਗਾ ਕੁਐਸਚਨ ਜੇਮਸ ਵੁੱਡ ਦੇ ਰਾਜਕਾਲ ਸਮੇਂ ਲਖਨਊ ਅਦਿਵਿਸ਼ਣ ਵਿੱਚ 1916 ਵਿੱਚ ਕਾਂਗਰਸ ਅਤੇ ਮੁਸਲਿਮ ਲੀਗ ਇਕੱਠੇ ਹੋਏ ਸਨ ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਹੈ ਲਾਰਡ ਲਿੰਥੋਗੋ ਸਮੇਂ ਪਹਿਲੀ ਵਾਰ 1937 ਵਿੱਚ ਭਾਰਤ ਵਿੱਚ ਚੋਣ ਕਰਵਾਏ ਗਏ ਜਿਸ ਵਿੱਚ ਕਾਂਗਰਸ ਕਾਂਗਰਸ 8 ਪ੍ਰਾਂਤਾਂ ਵਿੱਚੋਂ 6 ਪ੍ਰਾਂਤਾਂ ਵਿੱਚ ਜਿੱਤੀ ਸੀ ਅਗੇ ਕੁਐਸਚਨ ਹੈ 1940 ਵਿੱਚ ਲਾਹੌਰ ਐਡਵੈਸ਼ਨ ਵਿੱਚ ਪਹਿਲੀ ਵਾਰੀ ਪਾਕਿਸਤਾਨ ਦੀ ਮੰਗ ਉਠਾਈ ਗਈ ਸੀ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਲਾਰਡ ਵੇਬਲ ਦੇ ਸਮੇ ਸ਼ਿਮਲਾ ਸਮਝੌਤਾ 1945 ਵਿੱਚ ਹੋਇਆ ਸੀ ਅੱਗੇ ਹੈ ਗਾਂਧੀ ਜੀ ਬੈਲਗਾਮ ਦੇ ਅਦਿਵੈਸ਼ਨ ਵਿੱਚ ਹੀ ਕਾਂਗਰਸ ਦੇ ਸਿਰਫ ਇੱਕ ਵਾਰ ਹੀ ਅਧਿਖਸ਼ ਬਣੇ ਸਨ ਇਹ ਅਦਿਵੈਸ਼ਨ ਜਿਹੜਾ ਇਹ ਵੀ ਪੁੱਛ ਲੈਂਦੇ ਕਦੋਂ ਹੋਇਆ ਸੀ ਇਹ ਹੋਇਆ ਸੀ 1924 ਵਿੱਚ ਤੇ 9 ਅਗਸਤ 1925 ਵਿੱਚ ਖਜ਼ਾਨਾ ਲੁੱਟਣ ਖਜ਼ਾਨਾ ਲੁੱਟਣ ਕਰਕੇ ਰਾਮ ਪ੍ਰਸ਼ਾਦ ਬਿਸਮਿਲ ਦਾ ਇਸ ਵਿੱਚ ਹਤਸੀ ਜਿਸ ਨੂੰ ਕਾਕੋਰੀ ਕਾਂਡ ਕਿਹਾ ਜਾਂਦਾ ਹੈ ਰਾਮ ਪ੍ਰਸ਼ਾਦ ਬਿਸਮਿਲ ਦਾ ਵਿਚ ਆ ਸੀ ਕਿ ਮੈਂ ਰਾਜ ਦੇ ਪਤਨ ਦੀ ਇੱਛਾ ਰੱਖਦਾ ਹਾਂ ਅੱਗੇ ਹੈ ਅਸ਼ਫ ਉੱਲਾ ਖਾਨ ਪਹਿਲਾ ਮੁਸਲਿਮ ਸੀ ਜੋ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਚੜਾਇਆ ਗਿਆ ਸੀ ਉਸ ਤੋਂ ਬਾਅਦ ਆਇਆਗਾ ਸਾਈਮਨ ਕਮਿਸ਼ਨ ਨੂੰ ਵਾਈਟ ਮੈਨ ਕਮਿਸ਼ਨ ਵੀ ਕਿਹਾ ਜਾਂਦਾ ਸੀ ਕਿਉਂਕਿ ਇਸ ਦੇ ਵਿੱਚ ਜਿੰਨੇ ਵੀ ਜੋ ਅਧਿਕਾਰੀ ਸਨ ਉਹ ਅੰਗਰੇਜ਼ ਹੀ ਸਨ ਅੱਗੇ ਹੈ ਸਾਈਮਨ ਕਮਿਸ਼ਨ ਦਾ ਵਿਦਰੋਹ ਜਸਟਿਸ ਪਾਰਟੀ ਅਤੇ ਪੰਜਾਬ ਯੂਨੀਨਿਸਟ ਪਾਰਟੀ ਨੇ ਨਹੀਂ ਕੀਤਾ ਸੀ ਇਹ ਨੋਟ ਕਰਨ ਵਾਲਾ ਕੁਸ਼ਣ ਹੈ ਕਿ ਕਿਹਨਾਂ ਨੇ ਇਹਨਾਂ ਦਾ ਵਿਰੋਧ ਨਹੀਂ ਕੀਤਾ ਸੀ ਇਹ ਕੁਸ਼ਣ ਹੀ ਪੁੱਛਿਆ ਜਾਂਦਾ ਹੈ ਪਬਲਿਕ ਸੇਫਟੀ ਬਿਲ ਪਾਸ ਹੋਣ ਦੇ ਵਿਦਰੋਹ ਵਿੱਚ 8 April 1929 ਨੂੰ ਬੁਕੇਸ਼ਵਰ ਦੱਤ ਅਤੇ ਭਗਤ ਸਿੰਘ ਨੇ ਦਿੱਲੀ ਵਿਖੇ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਿਆ ਇਹ ਕੁਐਸਚਨ ਵੀ ਬੜਾ ਇੰਪੋਰਟੈਂਟ ਹੈ ਇਹ ਕੁਐਸਚਨ ਪੁੱਛ ਲੈਂਦੇ ਆ ਬੁਕੇਸ਼ਵਰ ਦੱਤ ਤੇ ਭਗਤ ਸਿੰਘ ਨੇ ਦਿੱਲੀ ਵਿਖੇ ਜੋ ਮਤਲਬ ਕਿ ਦਿੱਲੀ ਸੈਂਟਰਲ ਅਸੈਂਬਲੀ ਵਿੱਚ ਬੰਬ ਕਿਉਂ ਸੁੱਟਿਆ ਕਾਰਨ ਕੀ ਸੀ ਉਹਰਾ ਤੇ ਉਹ ਪਬਲਿਕ ਸੇਫਟੀ ਬਿੱਲ ਜੋ ਵਾਸ ਹੋਇਆ ਸੀ ਉਸਦੇ ਵਿਦਰੋਹ ਦੇ ਵਿੱਚ ਸਿੱਟਿਆ ਗਿਆ ਸੀ ਇਹ ਅੱਗੇ ਹੈਗਾ ਸੁਭਾਸ਼ ਚੰਦਰ ਬੋਸ ਨੇ ਗਾਂਧੀ ਜੀ ਦੀ ਨਮਕ ਯਾਤਰਾ ਦੀ ਤੁਲਨਾ ਨੇਪੋਲੀਅਨ ਦੇ ਐਲਵਾ ਤੋਂ ਪੈਰਿਸ ਯਾਤਰਾ ਦੇ ਨਾਲ ਕੀਤੀ ਹੈ ਅੱਗੇ ਹੈਗਾ 5 ਮਾਰਚ 1931 ਨੂੰ ਗਾਂਧੀ ਿਰਵੰਸ ਸਮਝੌਤਾ ਹੋਇਆ ਸੀ ਜਿਸ ਵਿੱਚ ਗਾਂਧੀ ਜੀ ਨੇ ਸਵੇ ਅਵਗਿਆ ਅੰਦੋਲਨ ਨੂੰ ਖਤਮ ਕਰ ਦਿੱਤਾ ਸੀ ਅਤੇ ਇਸ ਨੂੰ ਦਿੱਲੀ ਸਮਝੌਤੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਗੇ ਤੀਜੀ ਗੋਲ ਮੇਜ ਕਾਨਫਰੰਸ ਦੇ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਜੀ ਜੇਮਸ ਰੈ ਰੈਮਾਂਡੇ ਮੈਕਡੋਨਲਡ ਸੀ ਅੱਗੇ ਹੈ ਆਜ਼ਾਦ ਹਿੰਦ ਫੌਜ ਦੀਆਂ ਤਿੰਨ ਬਰਗੇਡਾਂ ਸਨ ਇਹ ਤਿੰਨ ਬਰਗੇਡਾਂ ਦੇ ਨਾਮ ਪੁੱਛ ਲੈਂਦੇ ਕਈ ਵਾਰੀ ਪਹਿਲੀ ਦਾ ਨਾਮ ਸੀ ਸੁਭਾਸ ਜਿਸ ਦਾ ਹੀ ਗਾਂਧੀ ਤੇ ਤੀਜੇ ਦਾ ਸੀ ਨਾਮ ਲక్ష్ਮੀ ਅੱਗੇ ਭਾਰਤ ਵਿੱਚ 27 ਮਾਰਚ 1947 ਨੂੰ ਪਾਕਿਸਤਾਨ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਸੀ ਅੱਗੇ ਹੈ ਆਜ਼ਾਦ ਆਜ਼ਾਦੀ ਪ੍ਰਾਪਤੀ ਸਮੇ ਕਾਂਗਰਸ ਦਾ ਅਧਿਐਕਸ਼ ਜੇਬੀ ਕ੍ਰਿਪਲਾਨੀ ਸੀ ਕਿ ਜਦੋਂ ਭਾਰਤ ਆਜ਼ਾਦ ਹੋਇਆ ਸੀ ਉਦੋਂ ਕਾਂਗਰਸ ਦਾ ਅਧਿਐਕਸ਼ ਦੱਸੋ ਜੀ ਕੌਣ ਸੀ ਤੇ ਜੇਬੀ ਕ੍ਰਿਪਲਾਨੀ ਸੀ ਉਦੋਂ ਅਧਿਐਕਸ਼ ਏ ਦੀਨ ਬੰਦੂ ਦਾ ਮਸ਼ਹੂਰ ਨਾਟਕ ਸੀ ਨੀਲਦਰਪਣ ਅਗਿਆਨ ਨਿਰੰਕਾਰੀ ਅੰਦੋਲਨ ਦੀ ਸ਼ੁਰੂਆਤ ਦਿਆਲ ਦਾਸ ਨੇ ਕੀਤੀ ਬ੍ਰਹਮੋ ਸਮਾਜ ਦਾ ਪ੍ਰਤੀ ਪ੍ਰਤੀਗਿਆ ਪੱਤਰ ਦਵਿੰਦਰਨਾਥ ਠਾਕੁਰ ਨੇ ਤਿਆਰ ਕੀਤਾ ਸੀ ਆਰੀਆ ਸਮਾਜ ਨੇ ਨਾਰਾ ਦਿੱਤਾ ਸੀ ਭਾਰਤ ਭਾਰਤੀਆਂ ਕੇ ਲਈ ਸਭ ਤੋਂ ਛੋਟੀ ਉਮਰ ਵਿੱਚ ਫਾਂਸੀ ਤੇ ਚੜਨ ਵਾਲਾ ਕ੍ਰਾਂਤੀਕਾਰੀ ਖੁੱਦੀ ਰਾਮ ਬੋਸ ਸੀ ਭਗਤ ਸਿੰਘ ਨੂੰ ਫਾਂਸੀ ਸੁਣਾਉਣ ਵਾਲੇ ਜੱਜ ਦਾ ਨਾਮ ਕਈ ਵਰੀ ਪੁੱਛ ਲੈਂਦੇ ਆ ਹਿਲਟਨ ਸੀਗਾ ਉਹਨਾਂ ਦਾ ਨਾਮ ਅੱਗੇ ਹੈਗਾ ਗੋਖਲੇ ਦੇ ਅਧਿਆਤਮਕ ਗੁਰੂ ਐਸਜੀ ਰੋਨਾਡੇ ਸੀ ਅਤੇ ਗਾਂਧੀ ਜੀ ਦਾ ਰਾਜਨੀਤਿਕ ਗੁਰੂ ਗੋਖਲੇ ਸੀ ਸੁਭਾਸ਼ ਚంద్ర ਬੋਸ ਦੇ ਰਾਜਨੀਤਿਕ ਗੁਰੂ ਸੀ ਆਰ ਦਾਸ ਜਿਨ੍ਹਾਂ ਦਾ ਦੂਜਾ ਨਾਮ ਆਪਾਂ ਜਾਣਦੇ ਹਾਂ ਦੇਸ਼ ਬੰਦੂ ਚਿਤਰੰਜਨ ਦਾਸ ਜੀ ਸੀ ਭਾਰਤ ਦਾ ਬਿਸਮਾਰਕ ਵੱਲੋਂ ਭਾਈ ਪਟੇਲ ਨੂੰ ਕਿਹਾ ਜਾਂਦਾ ਹੈ ਇਹ ਬਹੁਤ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੈ ਭਾਰਤ ਦਾ ਬਿਸਮਾਰਕ ਕਿਸ ਨੂੰ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਸ਼ੁੱਧੀ ਅੰਦੋਲਨ ਦੇ ਪ੍ਰਵਕਤਾ Swami Dayanand Saraswati ਸਨ ਭਾਰਤੀ ਪੁਨਰ ਜਾਗਰਿਕਤੀ ਦਾ ਗੁਰੂ ਰਾਜਾ ਰਾਮ ਮੋਹਨ ਰਾਏ ਸਨ ਅੱਗੇ ਹੈ ਚਰਚਿਲ ਨੇ ਗਾਂਧੀ ਨੂੰ ਅੱਨਾ ਚਰਚਿਲ ਨੇ ਗਾਂਧੀ ਨੂੰ ਅਧਨੰਗਾ ਫਕੀਰ ਵੀ ਕਿਹਾ ਹੈ ਅਧਨੰਗਾ ਫਕੀਰ ਅੱਗੇ ਹੈ ਕੋਸ਼ਨ ਰਾਸ਼ਟਰੀ ਯੁਵਾ ਦਿਵਸ ਸਵਾਮੀ ਵਿਵੇਕਾਨੰਦ ਦੇ ਨਾਮ ਨਾਲ ਸੰਬੰਧਿਤ ਹੈ ਜੋ ਕਿ 12 ਜਨਵਰੀ ਨੂੰ ਮਨਾਇਆ ਜਾਂਦਾ ਹੈ ਅਗੇ ਬਿੰਦ ਤਾਜਦਾ ਬਾਸ਼ਾ ਸਰਿੰਦਰਨਾਥ ਬਨਰਜੀ ਨੂੰ ਕਿਹਾ ਜਾਂਦਾ ਹੈ ਬੰਦੇ ਮਾਤਰਮ ਨੂੰ ਆਂਧਰਾ ਵਿੱਚ ਸਵਦੇਸ਼ੀ ਕਿਹਾ ਜਾਂਦਾ ਹੈ ਮਦ ਆਸਾਮ प्रियंक प्रियंक की सन यह फोर्स लेबर सी उस तो बाद है स्त्री पुरुष तुलना स्त्री पुरुष तुलना ताराबाई शिंदे की रचना है अगर समुंदर ਗੁਪਤ ਨੂੰ ਪਾਰਦਾ ਨੇਪੋਲੀਅਨ ਵੀ ਕਿਹਾ ਜਾਂਦਾ ਹੈ ਇਹ ਨਾਮ ਇਸ ਨੂੰ ਵੀ ਐ ਸੁਮਿਥ ਨੇ ਦਿੱਤਾ ਸੀ ਅੱਗੇ ਹੈ ਰਾਇਤਵਾਰੀ ਸਿਸਟਮ 1820 ਵਿੱਚ ਮਨਰੋ ਸਿਸਟਮ ਇਸ ਦਾ ਦੂਜਾ ਨਾਮ ਸੀ ਇਹ ਮਦਰਾਸ ਬੰਬਈ ਅਸਾਮ ਦੇ ਕੁਝ ਖੇਤਰਾਂ ਵਿੱਚ ਲਾਇਆ ਗਿਆ ਸੀ ਰਾਇਤਵਾਰੀ ਸਿਸਟਮ ਪੰਜਾਬ ਵਿੱਚ ਚੱਲਦਾ ਸੀ ਇਹ 1822 ਵਿੱਚ ਸ਼ੁਰੂ ਕੀਤਾ ਗਿਆ ਸੀ ਹੇਸਟਿੰਗ ਦੁਆਰਾ ਉਸ ਤੋਂ ਐ ਸਥਾਈ ਬੰਦੋਬਸ ਲਾਰਡ ਕਾਰਨਵਾਲਿਸ ਨੇ ਸ਼ੁਰੂ ਕੀਤਾ ਸੀ 1793 ਬੰਗਾਲ ਬਿਹਾਰ ਉੜੀਸਾ ਵਿੱਚ ਉਸ ਤੋਂ ਬਾਅਦ ਅਗਲਾ ਹੈ ਕੁਐਸਚਨ ਸਥਾਈ ਬੰਦੋਬਸ ਲਾਰਡ ਇਹ ਹੋ ਗਿਆ ਕੁਐਸਚਨ 1687 ਵਿੱਚ ਮਦਰਾਸ ਵਿੱਚ ਪਹਿਲੀ ਵਾਰ ਮ्युनਿਸਪਲ ਕਾਰਪੋਰੇਸ਼ਨ ਬਣਾਈਆਂ ਗਈਆਂ ਸਨ ਉਸ ਤੋਂ ਬਾਅਦ ਦਰਸ਼ਨ ਸ਼ਾਸਤਰ ਦੀ ਗਿਣਤੀ 6 ਹੈ ਦਰਸ਼ਨ ਸ਼ਾਸਤਰ ਕਈ ਵਾਰ ਪੁੱਛ ਲੈਂਦੇ ਆ ਕਿੰਨੀਆਂ ਗਿਣਤੀ ਰਾਇਲ ਫਰੇਮਨ ਜਾਂ ਸ਼ਾਹੀ ਫਰਮਾਨ ਫਾਰਕੀਅਰ ਨੇ 1717 ਨੂੰ ਸ਼ੁਰੂ ਕੀਤਾ ਸੀ ਇਸ ਨੂੰ ਮੈਗਨਾ ਕਾਟਾ ਵੀ ਕਿਹਾ ਜਾਂਦਾ ਹੈ ਅਕਬਰ ਦੂਜੇ ਨੇ ਰਾਜਾ ਰਾਮਮਨ ਰਾਏ ਨੂੰ ਰਾਜਾ ਦੀ ਜਿਹੜੀ ਉਪਾਧੀ ਦਿੱਤੀ ਸੀ ਹੁਣ ਦੇਖੋ ਇਹਦੇ ਵਿੱਚ ਅੱਗੇ ਕੁਝ ਕੁਐਸਚਨ ਜੋ ਹਨ ਉਹ ਆਉਂਦੇ ਹਨ ਆਧੁਨਿਕ ਭਾਰਤ ਬਾਰੇ ਆਧੁਨਿਕ ਭਾਰਤ ਬਾਰੇ ਵੀ ਕਾਫੀ ਕੁਐਸਚਨ ਪੁੱਛ ਲਈ ਜਾਂਦੇ ਹਨ ਤੇ ਬੜੇ ਇੰਪੋਰਟੈਂਟ ਕੁਐਸਚਨ ਹਨ ਇਹਨਾਂ ਨੂੰ ਵੀ ਬੜਾ ਧਿਆਨ ਨਾਲ ਕਰਨਾ ਪੈਣਾ ਹੈ ਇਹਦੇ ਵਿੱਚ ਕੁਐਸਚਨ ਹੈ ਬਹਾਦਰ ਸ਼ਾ ਨੂੰ ਸ਼ਾਹ-ਏ-ਖਬਰ ਦੇਣਾ ਨਾਲ ਵੀ ਜਾਣਿਆ ਜਾਂਦਾ ਹੈ। ਮੁਹੰਮਦ ਸ਼ਾ ਨੂੰ ਰੰਗੀਲਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਇਹ ਆਖਰੀ ਮੁਗਲ ਸਮਰਾਟ ਸੀ ਜੋ ਕਿ ਮੋਰ ਸਿੰਘ ਅਸਨ ਤੇ ਬਿਰਾਜਮਨ ਹੋਇਆ ਸੀ। ਇਹ ਵੀ ਕੋਸ਼ਣ ਪੁੱਛ ਲੈਂਦੇ ਹਾਂ ਮੋਰ ਸਿੰਘ ਅਸਨ ਤੇ ਬਿਰਾਜਮਨ ਹੋਣ ਵਾਲਾ ਆਖਰੀ ਸ਼ਾਸਕ ਕੌਣ ਸੀ? ਠੀਕ ਹੈ ਅਗਲਾ ਦੇਖੋ ਕੋਸ਼ਣ। ਨਾਦਰ ਸ਼ਾਹ ਨੇ ਭਾਰਤ ਦੇ 1739 ਵਿੱਚ ਹਮਲਾ ਕੀਤਾ ਸੀ ਇਸ ਨੂੰ ਇਰਾਨ ਦਾ ਨੈਪੋਲੀਅਨ ਵੀ ਕਿਹਾ ਜਾਂਦਾ ਹੈ ਇਹ ਭਾਰਤ ਦੇ ਮੋਰ সিংਹਾਸਨ ਅਤੇ ਕੋਹినూర్ ਹੀਰਾ ਲੁੱਟ ਕੇ ਲੈ ਗਿਆ ਸੀ ਅਗਲਾ ਕੁਐਸਚਨ ਹੈ ਪਾਣੀਪਤ ਦੀ ਤੀਜੀ ਲੜਾਈ 1761 ਈਸਵੀ ਵਿੱਚ ਮਰਾਠਿਆਂ ਅਤੇ ਅਮਰ ਸ਼ਾਹ ਅਬਦਾਲੀ ਵਿਚਕਾਰ ਹੋਈ ਸੀ ਇਸ ਲੜਾਈ ਵਿੱਚ ਮਰਾਠੇ ਹਾਰ ਗਏ ਸੀ ਅਮਰ ਸ਼ਾਹ ਅਬਦਾਲੀ ਦਾ ਅਸਲੀ ਨਾਮ ਜੋ ਹੈ ਅਹਿਮਦ ਖਾਂਸੀ ਇਸ ਨੇ ਭਾਰਤ ਤੇ ਅਠ ਹਮਲੇ ਕੀਤੇ ਸਨ ਉਸ ਤੋਂ ਬਾਅਦ ਅੱਗੇ ਹੈ ਬੁਰਤਗਾਲੀਆਂ ਨੇ ਆਪਣੀ ਪਹਿਲੀ ਫੈਕਟਰੀ ਕੋਚਿੰਗ ਵਿਖੇ ਲਗਾਈ ਸੀ ਡੱਚਾਂ ਨੇ ਆਪਣੀ ਪਹਿਲੀ ਫੈਕਟਰੀ ਮਛਲੀਪਟਮ ਵਿਖੇ ਲਗਾਈ ਸੀ ਤੇ ਡੱਚਾਂ ਨੇ ਹੀ ਵੇਤਨ ਭੋਗੀ ਕਰਮਚਾਰੀ ਰੱਖੇ ਸਨ ਅਤੇ ਉਦਯੋਗਾਂ ਵਿੱਚ ਮਤਲਬ ਕਿ ਉਦਯੋਗਾਂ ਵਿੱਚ ਵੇਤਨ ਭੋਗੀ ਮਤਲਬ ਕਿ ਉਹਨਾਂ ਨੂੰ ਇੱਕ ਤਨਖਾਹ ਦਿੱਤੀ ਜਾਂਦੀ ਸੀ ਪ੍ਰੋਪਰ ਤਨਖਾਹ ਉਹਨਾਂ ਨੂੰ ਦਿੱਤੀ ਜਾਂਦੀ ਸੀ ਅੰਗਰੇਜ਼ਾਂ ਦਾ ਪਹਿਲਾ ਵਿਅਕਤੀ ਕੈਪਟਨ ਹਾਕਿੰਸ ਸੀ ਜੋ ਮਹਾਂਗੀਰ ਦੇ ਦਰਬਾਰ ਵਿੱਚ ਆਇਆ ਸੀ ਅੱਗੇ ਦੇਖੋ ਭਾਰਤ ਵਿੱਚ ਆਉਣ ਵਾਲਾ ਪਹਿਲਾ ਜਹਾਜ਼ ਉਹ ਪਹਿਲੇ ਉਹ ਜਹਾਜ਼ ਦਾ ਨਾਮ ਪੁੱਛ ਲੈਂਦੇ ਆ ਉਹਦਾ ਨਾਮ ਸੀ ਰੈਡ ਡ੍ਰੈਗਨ ਅੱਗੇ ਹੈ ਜਹਾਂਗੀਰ ਨੇ ਅੰਗਰੇਜ਼ ਅ ਅੰਗਰੇਜ਼ਾਂ ਮਤਲਬ ਕਿ ਥਾਮਸ ਅਲਵਰਥ ਨੂੰ 1613 ਈਸਵੀ ਵਿੱਚ ਸ਼ਾਹੀ ਫਰਮਾਨ ਰਾਹੀਂ ਪਹਿਲੀ ਫੈਕਟਰੀ ਲਗਾਉਣ ਦੀ ਇਜਾਜ਼ਤ ਜੋ ਹੈ ਉਹ ਦਿੱਤੀ ਸੀ ਇਹ ਫੈਕਟਰੀ ਕਿੱਥੇ ਲਗਾਈ ਗਈ ਸੀ ਕਈ ਵਾਰ ਇਹ ਹੀ ਪੁੱਛ ਲੈਂਦੇ ਆ ਇਹ ਸੂਰਤ ਵਿਖੇ ਲਗਾਈ ਗਈ ਸੀ 1661 ਈਸਵੀ ਵਿੱਚ ਪੁਰਤਗਾਲੀਆਂ ਨੇ ਕੈਥਰਿਨ ਬਰਗੈਂਜ਼ਾ ਜੋ ਕਿਥੋਂ ਦੀ ਸੀ ਪੁਰਤਗਾਲੀ ਸੀ ਅਤੇ ਰਾਜਕੁਮਾਰ ਚਾਰਲਸ ਦੂਜਾ ਜੋ ਕਿਥੋਂ ਦਾ ਸੀ ਬ੍ਰਿਟੇਨ ਦਾ ਸੀ ਵਿਆਹ ਮੌਕੇ ਬੰਬਈ ਦਾਜ ਦੇ ਵਿੱਚ ਦਿੱਤਾ ਸੀ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਉਸ ਤੋਂ ਬਾਅਦ ਹੈ 1668 ਈਸਵੀ ਚ ਚਾਰਲਸ ਦੂਜੇ ਨੇ ਬੰਬਈ 10 ਪਾਉਂਡ ਵਾਰਸ਼ਿਕ ਕਿਰਾਏ ਤੇ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਸੀ ਉਹਨੂੰ ਅੱਗੇ ਮਿਲਿਆ ਸੀ ਸੋਗਾਤ ਦੇ ਵਿੱਚ ਉਹਨੇ ਅੱਗੇ ਫਿਰ ਉਹਨੂੰ ਕਿਰਾਏ ਤੇ ਦਿੱਤਾ ਸੀ ਅੱਛਾ ਅਗਲਾ ਕੁਐਸਚਨ ਹੈ ਕਲਕੱਤਾ ਦੀ ਨੀ ਜਾਂਜ ਚਾਰ ਨੋਕ ਨੇ ਰੱਖੀ ਸੀ 1760 ਇਸਵੀ ਚ ਅੰਗਰੇਜ਼ਾਂ ਆਈ ਕ੍ਰੂਟ ਨੇ ਨੇਤ੍ਰਿਤ ਵਿੱਚ ਵਾਡੀ ਵਾਂਡੀ ਵਾਸ਼ ਲੜਾਈ ਵਿੱਚ ਫ੍ਰਾਂਸੀਸੀਆਂ ਨੂੰ ਹਰਾਇਆ ਸੀ ਇਹ ਵਾਂਡੀ ਵਾਸ਼ ਦੀ ਜਿਹੜੀ ਲੜਾਈ ਹੈ ਬਹੁਤ ਖਤਰਨਾਕ ਸੀ ਬਹੁਤ ਮਾਰ ਕਾਰ ਟਿਸਟ ਦੇ ਵਿੱਚ ਉਹ ਹੋਈ ਸੀ ਅਗਲੀ ਹੈ ਪਲਾਸੀ ਦੀ ਲੜਾਈ ਜੋ ਕਿ 23 ਜੂਨ 1757 ਨੂੰ ਰਾਬਟ ਕਲਾਈਵ ਤੇ ਅ ਸਿਰ ਦੋਲਾ ਵਿੱਚ ਘਰ ਹੋਈ ਜਿਸ ਤੋਂ ਬਾਅਦ ਮੀਰ জাফর ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਗਲਾ ਕੁਸ਼ਨ ਹੈ 1760 ਵਿੱਚ ਅੰਗਰੇਜ਼ਾਂ ਨੇ ਮੀਰ জাফর ਨੂੰ ਹਟਾ ਕੇ ਉਸ ਦੇ ਜੋ ਆਈ ਮੀਰ ਕਾਸਿਮ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਸੀ ਬੰਗਾਲ ਦੀ ਰਾਜਧਾਨੀਆਂ ਦੇਖੋ ਸਭ ਤੋਂ ਪਹਿਲੀ ਹੋਈ ਰਾਜਧਾਨੀ ਸੀ ਟਾਕਾ ਫਿਰ ਉਸ ਤੋਂ ਬਾਅਦ ਮੁਰਸ਼ੀਦਾਬਾਦ ਫਿਰ ਮੁੰਗੇਰ ਇਹ ਰਾਜਧਾਨੀਆਂ ਇਸੀ ਸੀਕੁਐਂਸ ਵਿੱਚ ਯਾਦ ਕਰ ਲੋ ਬੜੀਆਂ ਇੰਪੋਰਟੈਂਟ ਨੇ ਪੁੱਛ ਲੈਂਦੇ ਨੇ ਕਈ ਵਾਰੀ ਅਗਲਾ ਕੁਸ਼ਨ ਹੈ ਬਕਸਰ ਦੀ ਲੜਾਈ ਇਹ 1764 ਈਸਵੀ ਚ ਮੀਰ ਕਾਸਿਮ ਅਵਦ ਦਾ ਨਵਾਬ ਸਿਜਦੋਲਾ ਸ਼ਾ ਆਲਮ ਦੂਜਾ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਸੀ ਜਿਸ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਜਿਸ ਤੋਂ ਬਾਅਦ ਮੀਰ ਕਾਸਿਮ ਦੀ ਥਾਂ ਫਿਰ ਤੋਂ ਮੀਰ জাফর ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਗੋਪਾਲ ਹਰੀਦੇਸ਼ ਮੁਖ ਨੂੰ ਲੋਕ ਹਿੱਤਵਾਦੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਉਹ ਹਿਊਮ ਨੂੰ ਹਰਮਿਟ ਆਫ ਸ਼ਿਮਲਾ ਵੀ ਕਿਹਾ ਜਾਂਦਾ ਹੈ ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਹੋਇਆ ਹੈ ਇਹ ਉਹ ਹਿਊਮ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਹਰਮਿਟ ਆਫ ਸ਼ਿਮਲਾ ਵੀ ਕਿਹਾ ਜਾਂਦਾ ਹੈ ਇਹ ਉਹ ਹਿਊਮ ਬਾਰੇ ਅਸਾਂ ਪਾ ਇੰਨਾ ਕੀ ਜਾਣਦੇ ਆ ਕਿ ਉਸ ਨੇ ਕਾਂਗਰਸ ਦੀ ਜੋ ਹੈ ਸਥਾਪਨਾ ਕੀਤੀ ਸੀ ਪਰ ਇਹ ਕੁਐਸਚਨ ਵੀ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਅਗੇ ਕੁਐਸਚਨ ਹੈ 22 ਦਸੰਬਰ 1939 ਨੂੰ ਕਾਂਗਰਸ ਦੇ ਸਭ ਤੋਂ ਸਭ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਮੁਸਲਿਮ ਲੀਗ ਦੇ ਮੁਕਤੀ ਦਿਵਸ ਦੇ ਰੂਪ ਵਿੱਚ ਮਨਾਇਆ ਸੀ ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ ਅਗਲਾ ਹੈਗਾ ਪਾਕਿਸਤਾਨ ਦਾ ਜਨਮਦਾਤਾ ਚੌਧਰੀ ਰਹਿਮਤ ਅਲੀ ਸੀ ਅੱਗੇ ਹੈ ਲਖਨਊ ਪੈਕਟ 1916 ਈਸਵੀ ਵਿੱਚ ਲੀਗ ਤੇ ਕਾਂਗਰਸ ਦੇ ਵਿਚਕਾਰ ਇੱਕ ਸਮਝੌਤਾ ਸੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਅਕਤੂਬਰ 1924 ਵਿੱਚ ਸਚੀਦੰਦਰ ਸੰਨਿਆਲ ਨੇ ਬਣਾਈ ਸੀ ਉਸ ਤੋਂ ਬਰਦੋਲੀ ਸत्याग्रह 1928 ਗੁਜਰਾਤ ਦੇ ਕਿਸਾਨਾਂ ਦੇ ਲਗਾਨ ਨੂੰ ਵਧਾਉਣ ਪ੍ਰਤੀ ਵਿਰੋਧੀ ਜੋ ਕਿ ਵੱਲੋ ਭਾਈ ਪਟੇਲ ਦੀ ਨੇਤ੍ਰਿਤਵ ਵਿੱਚ ਹੋਇਆ ਸੀ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਆਪਣੇ ਕੋਲ ਅਗਲਾ ਕੁਐਸਚਨ ਆਪਾਂ ਦੇਖਦੇ ਹਾਂ ਇਹਦੇ ਵਿੱਚ ਹੈ ਹਿੰਦੂਸਤਾਨ ਰਿਪਬਲਿਕ ਐਸੋਸੀਏਸ਼ਨ ਹੋ ਗਿਆ ਬਰਦੋਲੀ ਸਤਿਆਗ੍ਰਹਿ ਹੋ ਗਿਆ ਅ ਉਸ ਤੋਂ ਬਾਅਦ ਹੈ ਪੂਨਾ ਪੈਕਟ 24 ਸਤੰਬਰ 1932 ਨੂੰ ਮਹਾਤਮਾ ਗਾਂਧੀ ਅਤੇ ਪੀਮਰਾਓ ਅੰਬੇਦਕਰ ਵਿਚਕਾਰ ਹੋਇਆ ਸੀ ਜਿਸ ਵਿੱਚ ਦਲਿਤਾਂ ਦੀ ਸੰਖਿਆ ਵਧਾ ਕੇ 71 ਤੋਂ 148 ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਹੈ ਚੰਦਰ ਸ਼ੇਖਰ ਆਜ਼ਾਦ ਤੇ 30000 ਦਾ ਇਨਾਮ ਸੀ ਉਸ ਨੂੰ ਜਿੰਦਾ ਜਾਂ ਮਰਦਾ ਫੜਾਉਣ ਤੇ ਅੱਗੇ ਹੈ ਕੁਸ਼ਣ ਮਦਨਨਾਥ ਢਿੰਗਰਾ ਨੇ ਕਰਜਨ ਵਾਈਲੀ ਦੀ ਹੱਤਿਆ ਕੀਤੀ ਸੀ ਜਿਸ ਕਰਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਦਮੋਦਰ ਚਾਪੇਕਰ ਨੇ ਰੈੱਡ ਅਤੇ ਇਹ आईएस ਦੀ ਹੱਤਿਆ ਕੀਤੀ ਜੋ ਕਿ ਪਹਿਲੇ ਕਿਸੇ ਯੂਰਪੀ ਦੀ ਹੱਤਿਆ ਹੋਈ ਸੀ 22 ਜੂਨ 1897 ਨੂੰ ਅੱਗੇ ਹੈ ਦੇਖੋ ਕਿਹੜੇ ਵਿਅਕਤੀ ਨੇ ਕਿਹੜੇ ਜਿਹੜੇ ਹੈਗੇ ਨਾਰੇ ਦਿੱਤੇ ਇਹ ਬੜੇ ਇੰਪੋਰਟੈਂਟ ਨੇ ਬਹੁਤ ਵਾਰ ਇਹ ਕੁਐਸਚਨ ਜਿਹੜੇ ਹੈਗੇ ਪੁੱਛਲੇ ਜਾਂਦੇ ਹਨ ਤੇ ਇਹਨਾਂ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ ਇੱਕ ਕੁਐਸਚਨ ਹੈ ਵੈਦਾਂ ਦੇ ਵੱਲ ਚਲੋ ਦੇਵਾਨੰਦ ਸਰਸਵਤੀ ਮਾਰੋ ਫਰੰਗੀ ਕੋ ਮੰਗਲ पांडे ਜੈ ਜਗਤ ਵਿਨੋਬਾਬਾ ਵੇ ਕਰ ਮਤ ਦੋ ਇਹ ਹੈਗਾ ਸਰਦਾਰ ਵੱਲਪਾਈ ਪਟੇਲ ਅੱਗੇ ਹੈ ਸੰਪੂਰਨ ਕ੍ਰਾਂਤੀ ਜੈ ਪ੍ਰਕਾਸ਼ ਨਾਰਾਇਣ ਵਿਜੇ ਵਿਸ਼ਵ ਤਿਰੰਗਾ ਪਿਆਰਾ ਸ਼ਾਮ ਲਾਲ ਗੁਪਤਾ ਪਾਰਸ਼ਦ ਸਮਝੀਏ ਇਸ ਕਰਕੇ ਇਹਨਾਂ ਦੇ ਪਾਰਸ਼ਦ ਲਿਖਿਆ ਜਾਂਦਾ ਪਿੱਛੇ सरफरोशी की तमन्ना अब हमारे दिल में है ये बिस्मिल जी ने कहा तो है साइमन कमीशन वापस जाओ यह लाला लाजपत राय जी ने उस तो बाद अगले क्वेश्चन आप देखते हैं यंग इंडिया हरिजन नवजीवन हिंदू सम स्वराज माई एक्सपीरियंस विद ट्रुथ गांधी जी दिया रचनाव हैं उन्होंने लिखिया है किताबा हैं जी ये है। ਅੱਗੇ ਦੇਖੋ ਕੁਝ ਕਿਤਾਬਾਂ ਹੋਰ ਆਪਾਂ ਡਿਸਕਸ ਕਰ ਰਹੇ ਹਾਂ ਸੋਮ ਪ੍ਰਕਾਸ਼ ਈਸ਼ਵਰ ਚੰਦਰ ਵਿਦਿਆਸਾਗਰ ਦੀ ਲਿਖੀ ਹੋਈ ਹੈ ਅੱਗੇ ਹੈ ਸਤਿਆ ਪ੍ਰਕਾਸ਼ Swami Dayanand Saraswati ਦੀ ਲਿਖੀ ਹੋਈ ਹੈ ਰਾਜਾ ਰਾਮੋ ਰਾਏ ਨੂੰ ਭਾਰਤੀ ਪੱਤਰਕਾਵਾਂ ਦਾ ਅਗਰਦੂਤ ਵੀ ਕਿਹਾ ਜਾਂਦਾ ਹੈ ਦੇਸ਼ ਰਤਨ ਅਤੇ ਆਜ਼ਾਦ ਸ਼ਤਰੂ ਦੀ ਉਪਾਧੀ ਰਜਿੰਦਰ ਪ੍ਰਸਾਦ ਨੂੰ ਮਹਾਤਮਾ ਗਾਂਧੀ ਜੀ ਨੇ ਦਿੱਤੀ ਸੀ ਕਈ ਅੱਗੇ ਹੈ ਕਾਦੇ ਆਜ਼ਮ ਮੁਹੰਮਦ ਅਲੀ ਜਿਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਉਪਾਦੀ ਉਹਨਾਂ ਨੂੰ ਮਹਾਤਮਾ ਗਾਂਧੀ ਜੀ ਨੇ ਦਿੱਤੀ ਸੀ ਅੱਗੇ ਹੈ ਦੇਸ਼ ਨਾਇਕ ਦੀ ਉਪਾਦੀ ਸੁਭਾਸ਼ ਚੰਦਰ ਬੋਸ ਨੂੰ ਰਵਿੰਦਰਨਾਥ ਠਾਕੁਰ ਜੀ ਨੇ ਦਿੱਤੀ ਸੀ ਅੱਗੇ ਹੈ ਕਲਕੱਤਾ ਦिवेशन ਬਾਰੇ ਕਲਕੱਤਾ ਦिवेशन 1896 ਵਿੱਚ ਪਹਿਲੀ ਵਾਰੀ ਬੰਦੇ ਮਾਤਰਮ ਕਾਇਆ ਗਿਆ ਸੀਗਾ ਅੱਗੇ ਹੈ ਕਾਂਗਰਸ ਦੇ ਸੰਵਿਧਾਨ ਦਾ ਨਿਰਮਾਣ 1908 ਈਸਵੀ ਵਿੱਚ ਮਦਰਾਸ ਦੇ ਦिवेशन ਵਿੱਚ ਰਾਸ ਬਿਹਾਰੀ ਬੋਸ ਦੇ ਸਮੇਂ ਹੋਇਆ ਸੀ ਇਸ ਵਿੱਚ ਪਰਿਵਰਤਨ 1920 ਵਿੱਚ ਨਾਗਪੁਰ ਦੇ ਅਦਿਵਿਸ਼ਣ ਵਿੱਚ ਹੋਇਆ ਸੀ ਪਹਿਲੀ ਵਾਰੀ ਰਾਸ਼ਟਰੀ ਗਾਣ ਜਨ ਗਣ ਮਨ ਕਲਕੱਤਾ ਦੇ ਅਦਿਵਿਸ਼ਣ 1911 ਵਿੱਚ ਗਾਇਆ ਗਿਆ ਸੀ ਕਾਂਗਰਸ ਦਾ ਸਭ ਤੋਂ ਜਵਾਨ ਅਧਿਐਕਸ਼ਕ ਅਬਦੁਲ ਕਲਾਮ ਆਜ਼ਾਦ ਸੀ ਜੋ ਕਿ 1923 ਦਿੱਲੀ ਦਾ ਅਦਿਵਿਸ਼ਣ ਸੀ ਉੱਥੇ ਇਹ ਬਣੇ ਸੀ ਅਧਿਐਕਸ਼ਕ ਅਗੇ ਹੈ ਕਾਂਗਰਸ ਦਾ ਪਿੰਡਾਂ ਦਾ ਅਦਿবেশਨ ਫੈਜਾਪੁਰ ਵਿਖੇ ਹੋਇਆ ਸੀ ਇਸ ਦਾ ਅਧਿਐਕਸ਼ ਜੋ ਸੀਗਾ ਉਹ ਉਹ ਸਨ ਜਵਾਹਰ ਲਾਲ ਨਹਿਰੂ ਜੀ ਅਗੇ ਕਾਂਗਰਸ ਦਾ ਦੂਜਾ ਵਿਭਾਜਨ ਪਹਿਲਾ ਵਿਭਾਜਨ ਹੋਇਆ ਸੀ ਇਕਾ ਦੂਜਾ ਵਿਭਾਜਨ ਵੀ ਹੋਇਆ ਸੀ ਇਹ ਹੋ ਸੀ 1918 ਦੇ ਵਿੱਚ ਮੁੰਬਈ ਵਿਖੇ ਹੋਇਆ ਸੀ ਉਸ ਤੋਂ ਬਾਅਦ ਹੰਟਰ ਯੋਗ ਸਿੱਖਿਆ ਦੇ ਆਧਾਰਤ ਸੀਗਾ ਜੋਗੀ 1882 ਵਿੱਚ ਆਇਆ ਸੀ ਇਹ ਪ੍ਰਾਇਮਰੀ ਸਿੱਖਿਆ ਤੇ ਜੋੜ ਇਸਨੇ ਦਿੱਤਾ ਸੀ ਉਸ ਤੋਂ ਬਾਅਦ ਹੈ ਹਲਦੀ ਘਾਟੀ ਦੀ ਲੜਾਈ ਇਹ 1576 ਵਿੱਚ ਅਕਬਰ ਅਤੇ ਰਾਣਾ ਪ੍ਰਤਾਪ ਵਿੱਚ ਹੋਈ ਸੀ ਇਸ ਦਾ ਅਕਬਰ ਇਸ ਵਿੱਚ ਜਿੱਤੇ ਸਨ ਅੱਗੇ ਦੇਖੋ ਇਸ ਤਰ੍ਹਾਂ ਦੇ ਜੋ ਇਹ ਕੁਐਸਚਨ ਤੁਸੀਂ ਕਿਤੇ ਨਾ ਇਹ ਹੁਣ ਕੁਝ ਵਿਸ਼ਵ ਦੇ ਕੁਐਸਚਨ ਨੇ ਵਿਸ਼ਵ ਇਤਿਹਾਸ ਦੇ ਕੁਐਸਚਨ ਵੀ ਕਈ ਵਾਰੀ ਵਕ ਵਕ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ ਉਹ ਵੀ ਆਪਾਂ ਥੋੜੇ ਦੇਖ ਲੈਂਦੇ ਹਾਂ ਇਹ ਵੀ ਬੜੇ ਇੰਪੋਰਟੈਂਟ ਕੁਐਸਚਨ ਹਨ ਇਹ ਸੁਣੋ ਇਸ ਵਿੱਚ ਕਿਹੜੇ ਕਿਹੜੇ ਕੁਐਸਚਨ ਨੇ ਪੁਨਰ ਜਾਗਰਕਤੀ ਦੀ ਜਿਹੜੀ ਸ਼ੁਰੂਆਤ ਹੈ ਇਟਲੀ ਦੇ ਫਲੋਰੈਂਸਟ ਨਗਰ ਤੋਂ ਹੋਈ ਸੀ ਇਟਲੀ ਦਾ ਮਹਾਨ ਕਵੀ ਦਾਂਤੇ ਸੀ ਜਿਸ ਨੇ ਡਿਵਾਈਨ ਕਮੀਡੀ ਮਹਾਕਾਵੇ ਲਿਖਿਆ ਸੀ ਇਹ ਬੜੀ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੈ ਅੱਗੇ ਹੈ ਧਰਮ ਸੁਧਾਰ ਦੀ ਸ਼ੁਰੂਆਤ 16ਵੀਂ ਸਦੀ ਵਿੱਚ ਮਾਰਟਿਨ ਲੂਥਰ ਨੇ 16ਵੀਂ ਸਦੀ ਵਿੱਚ ਕੀਤੀ ਸੀ ਇਸ ਨੇ ਬਾਈਬਲ ਨੂੰ ਪਹਿਲੀ ਵਾਰੀ ਜਰਮਨੀ ਵਿੱਚ ਲਿਖਿਆ ਸੀ ਕੁਝ ਵਿਦਵਾਨਾਂ ਅਨੁਸਾਰ ਇਸ ਦੀ ਸ਼ੁਰੂਆਤ ਇੰਗਲੈਂਡ ਤੋਂ ਮੰਨੀ ਜਾਂਦੀ ਹੈ ਅੱਗੇ ਦੇਖਦੇ ਹਾਂ ਸਮੁੰਦਰ ਰਾਹੀ ਸਾਰੇ ਹੀ ਵਿਸ਼ਵ ਦਾ ਚੱਕਰ ਲਗਾਉਣ ਵਾਲਾ ਵਿਅਕਤੀ ਮੈਗਲਨ ਸੀ ਉਸ ਤੋਂ ਬਾਅਦ ਅਗਲਾ ਹੈ ਅਮਰੀਕਾ ਨੂੰ ਆਜ਼ਾਦੀ 4 ਜੁਲਾਈ 1776 ਵਿੱਚ ਮਿਲੀ ਸੀ ਫਰਾਂਸ ਦੀ ਕ੍ਰਾਂਤੀ 1789 ਇਸ ਵਿੱਚ ਲੂਈਸ 16ਵੇਂ ਦੇ ਸ਼ਾਸਨ ਕਾਲ ਦੇ ਦੌਰਾਨ ਹੋਈ ਸੀ ਇਹ 14 ਜੁਲਾਈ ਨੂੰ ਹੋਈ ਇਸ ਲਈ ਇਸ ਨੂੰ ਰਾਸ਼ਟਰੀ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਇਹ ਇੱਕ ਪ੍ਰਕਾਰ ਦਾ ਕਰਤ ਦਾ ਨਾਮ ਹੈ। ਇਸ ਤੋਂ ਬਾਅਦ ਮਾਪ ਤੋਲ ਵਿੱਚ ਦਸ਼ਮਦਬ ਨਾਲੀ ਫਰਾਂਸ ਦੀ ਦਿਨ ਹੈ। ਇਟਲੀ ਦੇ ਏਕੀਕਰਨ ਦਾ জনক ਜੋਸਫ ਮੈਜ਼ੀਨੀ ਸੀ ਜਿਸ ਨੇ 1831 ਵਿੱਚ ਯੰਗ ਇੰਡੀਆ ਸੰਸਥਾ ਬਣਾਈ ਸੀ ਇਟਲੀ ਦੀ ਏਕੀਕਰਨ ਇਹ ਇਟਲੀ ਦੇ ਏਕੀਕਰਨ ਦੀ ਤਲਵਾਰ ਗੈਰੀ ਬਾਡੀ ਨੂੰ ਕਿਹਾ ਜਾਂਦਾ ਹੈ ਇਟਲੀ ਦੀ ਏਕੀਕਰਨ ਦਾ জনক ਨੇਪੋਲੀਅਨ ਸੀ ਅਗਿਆ ਜਰਮਨੀ ਦਾ ਏਕੀਕਰਨ ਬਿਸਮਾਰਕ ਨੇ ਕੀਤਾ ਸੀ ਜਰਮਨੀ ਦਾ ਸਭ ਤੋਂ ਵੱਡਾ ਸ਼ਕਤੀਸ਼ਾਲੀ ਰਾਜ ਪਰਮੰਦ ਪ੍ਰਸ਼ਾ ਸੀ ਸੂਡਾਨ ਤੇ ਯੁੱਧ ਤੋਂ ਬਾਅਦ ਜਰਮਨੀ ਦਾ ਏਕੀਕਰਨ ਸੰਭਵ ਹੋ ਸਕਿਆ ਸੀ ਵਿਗਿਆਨੀ ਵਿਗਿਆਨਿਕ ਸਮਾਜਵਾਦ ਦਾ ਸੰਸਥਾਪਕ 카ਰਲ ਮਾਰਕਸ ਸੀ ਜੋ ਕਿ ਜਰਮਨੀ ਦਾ ਨਿਵਾਸੀ ਸੀ ਜਿਸ ਦੇ ਦਾਸ ਕੈਪੀਟਲ ਅਤੇ ਕਮਿਊਨਿਸਟ ਮੈਨੀਫੈਸਟੋ ਦੋ ਕਿਤਾਬਾਂ ਲਿਖੀਆਂ ਹਨ ਰੂਸ ਦਾ ਅੰਤਿਮ ਯਾਰ ਯਾਰ ਨਿਕੁਲਸ ਦੂਜਾ ਸੀ 1917 ਈਸਵੀ ਵਿੱਚ ਰੂਸ ਦੀ ਕ੍ਰਾਂਤੀ ਦਾ ਕਾਰਨ ਵਿਸ਼ਵ ਯੁੱਧ ਵਿੱਚ ਇਸ ਦੀ ਹਾਰ ਸੀ ਇਹ ਕ੍ਰਾਂਤੀ 7 ਨਵੰਬਰ 1917 ਨੂੰ ਹੋਈ ਸੀ ਇਸ ਨੂੰ ਬੌਸ਼ਵਿਕ ਕ੍ਰਾਂਤੀ ਵੀ ਕਿਹਾ ਜਾਂਦਾ ਹੈ ਇਸ ਦਾ ਨੇਤਾ ਲੈਨਨ ਸੀ ਇਹ ਦੇਖੋ ਦੋ ਲਾਈਨਾਂ ਦੇ ਵਿੱਚ ਹੀ ਮੈਂ ਦੇਖੋ ਕਿੰਨਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਅੱਗੇ ਹੈ 16 ਨਵੰਬਰ 1917 ਨੂੰ ਲੈਨਨ ਦੀ ਕ੍ਰਾਂਤੀ ਅਪ੍ਰੈਲ ਬਿਸਿਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਗੇ ਹੈ ਆਧੁਨਿਕ ਰੂਸ ਦਾ ਨਿਰਮਾਤਾ ਸਟਾਲਿਨ ਸੀ ਪਹਿਲੇ ਵਿਸ਼ਵ ਯੁੱਧ ਵਿੱਚ ਲੈਨਨ ਦਾ ਨਾਰਾ ਸੀ ਯੁੱਧ ਦਾ ਅੰਤ ਕਰੋ 100 ਸਾਲ ਯੁੱਧ ਇੰਗਲੈਂਡ ਅਤੇ ਫਰਾਂਸ ਦੇ ਵਿਚਕਾਰ ਹੋਇਆ ਸੀ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ 18 ਜੁਲਾਈ 1914 ਵਿੱਚ ਅਸਰੀਆ ਦੁਆਰਾ ਸਰਬੀਆ ਉੱਤੇ ਹਮਲੇ ਦੇ ਕਾਰਨ ਹੋਈ ਸੀ ਇਸ ਯੁੱਧ ਇਹ ਯੁੱਧ 4 ਸਾਲ ਚੱਲਿਆ ਇਸ ਵਿੱਚ 37 ਦੇਸ਼ਾਂ ਨੇ ਭਾਗ ਲਿਆ ਇਸ ਦਾ ਕਾਰਨ ਸੀ ਆਸਟਰੀਆ ਦੇ ਰਾਜਕੁਮਾਰ ਫ੍ਰੈਂਡਨ ਦੀ ਹੱਤਿਆ ਬੋਸਨੀਆ ਦੀ ਰਾਜਧਾਨੀ ਸੈਰੀ ਜ਼ਿਵੋਵਿਕੇ ਹੋਈ ਸੀ ਮਿੱਤਰ ਦੇਸ਼ਾਂ ਦੇ ਨਾਮ ਦੇਖ ਲਓ ਜੀ ਕਿਹੜੇ-ਕਿਹੜੇ ਸਨ ਇੰਗਲੈਂਡ ਜਾਪਾਨ ਅਮਰੀਕਾ ਰੂਸ ਫਰਾਂਸ ਤੇ ਧੁਰੀ ਦੇਸ਼ ਐਕਸਿਸ ਪਾਵਰ ਜਿਨ੍ਹਾਂ ਨੂੰ ਕਹਿੰਦੇ ਹਨ ਅਸੀਆ ਹੰਗਰੀ ਇਟਲੀ ਜਰਮਨੀ ਇਹ ਸਨ ਅੱਗੇ ਹੈ ਗੁਪਤ ਸੰਧੀਆਂ ਦਾ जनक ਬਿਸਮਾਰਕ ਨੂੰ ਕਿਹਾ ਜਾਂਦਾ ਹੈ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਯੂ ਐਸ اے ਦਾ ਰਾਸ਼ਟਰਪਤੀ ਵੁਡਰੋ ਵਿਲਸਨ ਸੀ ਇਹ ਕੁਐਸਚਨ ਹਰ ਇੱਕ ਵਾਰੀ ਪੁੱਛਿਆ ਜਾਂਦਾ ਹੈ ਪਹਿਲੇ ਵਿਸ਼ਵ ਸਮੇਂ ਪਹਿਲੇ ਵਿਸ਼ਵ ਵਿਸ਼ਵ ਯੁੱਧ ਸਮੇਂ ਯੂ ਐਸ اے ਦਾ ਰਾਸ਼ਟਰਪਤੀ ਕੌਣ ਸੀ ਤੇ ਕੌਣ ਸੀ ਵੁਡਰੋ ਵਿਲਸਨ ਪਹਿਲੇ ਵਿਸ਼ਵ ਦੀ ਵਿਸ਼ਵ ਦੀ ਵਿਸ਼ਵ ਤੀ ਸਮਾਪਤੀ ਵਿਸ਼ਵ ਯੁੱਧ ਦੀ ਸਮਾਪਤੀ 11 ਨਵੰਬਰ 1800 1918 1918 ਨੂੰ ਹੋਈ ਸੀ 18 ਜੂਨ 1919 ਵਿੱਚ ਪੈਰਿਸ ਵਿੱਚ ਸ਼ਾਂਤੀ ਸੰਮੇਲਨ ਹੋਇਆ ਇਸ ਵਿੱਚ 27 ਦੇਸ਼ਾਂ ਨੇ ਭਾਗ ਲਿਆ ਸ਼ਾਂਤੀ ਦੀਆਂ ਸ਼ਰਤਾਂ ਤਿੰਨ ਦੇਸ਼ਾਂ ਬ੍ਰਿਟੇਨ ਫਰਾਂਸ ਅਤੇ ਅਮਰੀਕਾ ਨੇ ਤੈਅ ਕੀਤੀਆਂ ਵਰਸਾਈ ਦੀ ਸੰਧੀ 28 ਜੂਨ 1919 ਨੂੰ ਜਰਮਨੀ ਦੇ ਨਾਲ ਹੋਈ ਸੀ 1911 ਵਿੱਚ ਚੀਨ ਦੀ ਕ੍ਰਾਂਤੀ ਦਾ ਨਾਇਕ ਸਨਯਾਤ ਸੈਂਸੀ ਚੀਨ ਏਸ਼ੀਆ ਦੇ ਮਰੀਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਚੀਨ ਦੀ ਕਮਿਊਨਿਸਟ ਪਾਰਟੀ 1921 ਵਿੱਚ ਬਣੀ ਸੀ ਤੁਰਕੀ ਦੀ ਯੂਰਪ ਦਾ ਮਰੀਜ਼ ਵੀ ਕਿਹਾ ਜਾਂਦਾ ਹੈ ਤੁਰਕੀ ਨੂੰ ਯੂਰਪ ਦਾ ਮਰੀਜ਼ ਵੀ ਕਿਹਾ ਜਾਂਦਾ ਹੈ ਇੱਕ ਰਾਸ਼ਟਰ ਰਾਸ਼ਟਰ ਇਸ ਨੇਤਾ ਦਾ ਨਾਰਾ ਇੱਕ ਰਾਸ਼ਟਰੀ ਇੱਕ ਰਾਸ਼ਟਰ ਇੱਕ ਨੇਤਾ ਦਾ ਨਾਰਾ ਹਿਟਲਰ ਨੇ ਦਿੱਤਾ ਸੀ ਹਿਟਲਰ ਦੀ ਰਚਨਾ ਮਾਈ ਕੈਫ ਹੈ ਹਿਟਲਰ ਦੀ ਵਿਸਤਾਰਵਾਦੀ ਨੀਤੀ ਦਾ ਸ਼ਿਕਾਰ ਪਹਿਲਾ ਰਾਸ਼ਟਰ ਅਸਰੀਆ ਹੋਇਆ ਸੀ ਜਪਾਨ ਦੇ ਸਮਾਜਵਾਦ ਦਾ ਪਹਿਲਾ ਸ਼ਿਕਾਰ ਚੀਨ ਹੋਇਆ ਸੀ 1905 ਵਿੱਚ ਜਪਾਨ ਨੇ ਰੂਸ ਨੂੰ ਹਰਾਇਆ ਉਸ ਤੋਂ ਬਾਅਦ ਦੂਜਾ ਵਿਸ਼ਵ ਯੁੱਧ 1 ਸਤੰਬਰ 1939 ਨੂੰ ਸ਼ੁਰੂ ਹੋਇਆ ਇਸ ਵਿੱਚ ਇਹ 6 ਸਾਲ ਚੱਲਿਆ ਇਸ ਵਿੱਚ ਇਸ ਦਾ ਅੰਤ 2 ਸਤੰਬਰ 1945 ਨੂੰ ਹੋਇਆ ਇਸ ਵਿੱਚ 61 ਦੇਸ਼ਾਂ ਨੇ ਭਾਗ ਲਿਆ ਇਸ ਦਾ ਤਤਕਾਲੀ ਕਾਰਨ ਜਰਮਨੀ ਦਾ ਪੋਲੈਂਡ ਤੇ ਹਮਲਾ ਸੀ ਅਮਰੀਕਾ ਨੇ 6 ਅਗਸਤ 1945 ਨੂੰ ਹਿਰੋਸ਼ੀਮਾ ਤੇ ਨਾਗਾਸਾ키 ਵਿੱਚ ਬੰਬ ਸੁੱਟਿਆ ਹਿਰੋਸ਼ੀਮਾ ਤੇ ਜਿਹੜਾ ਹੈਗਾ ਲਿਟਲ ਬॉय ਜਿਹਦੇ ਵਿੱਚ ਯੂਰੇਨੀਅਮ 235 ਸੀਗਾ ਤੇ 9 9 ਅਗਸਤ ਨੂੰ ਨਾਗਾਸ਼ਾਕੀ ਵਿੱਚ ਫੈਟ ਬੋਏ ਨਾਮ ਦਾ ਪੈਲਟੋਨੀਅਮ ਜਿਸ ਵਿੱਚ 293 ਸੀ ਬੰਬ ਸੁੱਟਿਆ ਗਿਆ ਇਸ ਤੋਂ ਬਾਅਦ ਯੂਐਨਓ ਦੀ ਜਿਹੜੀ ਹੈਗੀ ਹੈ 24 ਅਕਤੂਬਰ 1945 ਦੇ ਵਿੱਚ ਸਥਾਪਨਾ ਹੋਈ ਇਹ ਵਿਸ਼ਵ ਲੈਵਲ ਦੇ ਜਿਹੜੇ ਹੈਗੇ ਆ ਕੁਐਸਚਨ ਸੀਗੇ ਤੇ ਸਾਰੇ ਕੁਐਸਚਨ ਤੁਸੀਂ ਕਰ ਲੈਣੇ ਹਨ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹਨ ਇਹਦੇ ਵਿੱਚ ਮੈਂ 344 ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਆਦਾ ਤੋਂ ਜਿਆਦਾ ਕੁਐਸਚਨ ਇਹਨਾਂ ਕੁਐਸਚਨਾਂ ਦੇ ਵਿੱਚੋਂ ਹੀ ਹਿਸਟਰੀ ਦੇ ਕੁਐਸਚਨ ਆਉਂਦੇ ਹਨ ਧੰਨਵਾਦ ਤੁਹਾਡਾ ਇੰਨੀ ਲੰਬੀ ਵੀਡੀਓ ਦੇਖਣ ਲਈ